ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਕਬੀਰ ਡਗਮਗਿਆ ਰਹੇ ਕਹਾਂ ਡੁਲਾਵੇ ਜੀਓ ਸਰਬ ਸੁਖ ਕੋ ਨਾਇ ਕੋ ਨਾਮ ਮਹਾਰਸ ਪੀਓ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਓ ਭਾਈ ਜਿਸ ਸਿਮਰਤ ਸੁਖ ਪਾਈਐ ਸਭ ਤਿਖ ਬੁਝਾਈ ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ ਅੰਮ੍ਰਿਤ ਨਾਮ ਨਿਧਾਨ ਮਿਲ ਜੀਵੋ ਭਾਈ ਨਿਰਮਲ ਰਸ ਅੰਮ੍ਰਿਤ ਪੀਓ ਨਿਰਮਲ ਰਸਨਾ ਅੰਮ੍ਰਿਤ ਪੀਓ ਨਿਰਮਲ ਰਸਨਾ ਅੰਮ੍ਰਿਤ ਕਰ ਮਨ ਮੇਰੇ
निर्मल जपिए हर बिंदु
हर कर्म श्रवण हर कथा हर दर है नानक हर जन के हम बल जाई हम बल जाई मेरा हर जन के हम बल जाई हम बल जाई मेरा हर जन के हम बल जाई हम बल जाई मेरा हर जन के हम बल जाई हम बल जाई मेरा हर जन के हम बल जाई बन जाए मेरे राम हर जन के बन जाए बन जाए मेरे राम हर जन के बन जाए बन जाए मेरे राम हर जन के बन जाए बन जाए मेरे राम हर जन के बन जाए आज के बड़ो जन के
कर कर जबर सुनावा के सबा कर जबर सुनावा के सबा कर जबर सुनावा के सबा कर जबर चरण धूड़ मुख लाई 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 बिना हर जन के अमल जाई अमल जाई मेरे राम हर जन के अमल जाई अमल जाई मेरे राम हर जन के अमल जाई अमल जाई मेरे राम हर जन के अमल जाई ਸਾਜੀਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਔਰ ਸਤਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ 'ਤੇ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਨੇੜਿਓਂ ਚੱਲ ਕੇ ਆਪਾਂ ਸਾਰੇ ਆਪਣੇ ਸਮੇਂ ਨੂੰ ਸਫਲ ਬਣਾ ਰਹੇ ਹਾਂ ਕਾਫੀ ਸਮੇਂ ਤੋਂ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਕਥਾ ਕੀਰਤਨ ਦਾ ਆਨੰਦ ਮਾਣਿਆ ਹੈ ਜਿਤਨਾ ਕੁ ਸਮਾਂ ਸਾਡੇ ਪਾਸ ਬਾਕੀ ਰਹਿੰਦਾ ਹੈ ਆਪਾਂ ਯਤਨ ਕਰੀਏ ਕਿ ਸਾਡਾ ਸਮਾਂ ਔਰ ਸਵਾਸ ਸਫਲ ਹੋ ਜਾ ਕੁਛ ਘੜੀਆਂ ਜ਼ਿੰਦਗੀ ਵਿੱਚ ਐਸੀਆਂ ਆਉਂਦੀਆਂ ਨੇ ਜੋ ਕਿ ਟੋਟਲੀ ਲਾਈਫ ਜਿਹੜੀ ਹੈ ਚੇਂਜ ਹੋ ਜਾਂਦੀ ਹੈ ਜਿਵੇਂ ਸ਼ਾਦੀ ਹੋ ਜਾਂਦੀ ਹੈ ਕਿਸੇ ਬੰਦੇ ਦੀ ਵਿਆਹ ਹੋ ਜਾਂਦਾ ਹੈ ਉਹਦੇ ਦੋਸਤ ਬਦਲ ਜਾਂਦੇ ਨੇ ਉਹਦਾ ਬਹਿਣਾ ਉੱਠਣਾ ਬਦਲ ਜਾਂਦਾ ਉਹਦੇ ਗੱਲ ਕਰਨ ਦਾ ਢੰਗ ਬਦਲ ਜਾਂਦਾ ਹੈ ਉਹ ਜ਼ਿੰਮੇਵਾਰ ਬਣ ਜਾਂਦਾ ਵਿਆਹਿਆ ਨਹੀਂ ਸੀ ਕੁਆਰਾ ਸੀ ਤੇ ਗੱਲ ਕੁਝ ਹੋਰ ਹੈ ਸ਼ਾਦੀ ਹੋ ਗਈ ਜ਼ਿੰਮੇਵਾਰ ਬਣ ਗਿਆ ਕਬੀਲਦਾਰ ਬਣ ਗਿਆ ਪਰਿਵਾਰ ਵਾਲਾ ਬਣ ਗਿਆ ਹੁਣ ਉਹਦੀ ਬਹਿਣੀ ਉੱਠਣੀ ਦਾ ਵੀ ਫਰਕ ਪੈ ਜਾਂਦਾ ਹੈ ਬੋਲ ਚਾਲ ਦਾ ਵੀ ਫਰਕ ਪੈ ਜਾਂਦਾ ਹੈ ਗ੍ਰਿਸਤੀ ਹੋ ਗਿਆ ਬਦਲ ਜਾਂਦਾ ਕਈ ਵਾਰੀ ਆਪਾਂ ਕਹਿੰਦੇ ਇਹਦਾ ਵਿਆਹ ਕਰ ਦਿਓ ਇਹ ਬਦਲ ਜਾਏਗਾ ਫਿਰਦਾ ਰਹਿੰਦਾ ਬਾਹਰ ਇਹਦਾ ਵਿਆਹ ਕਰ ਦਿਓ ਕਿਉਂਕਿ ਬੰਦਾ ਯੂ ਟਰਨ ਲੈ ਲੈਂਦਾ ਹੈ ਔਰ ਉਹ ਵੇਖੋ ਇੱਕਦਮ ਉਹ ਅੱਧਾ ਘੰਟਾ ਆਨੰਦ ਕਾਰਜ ਦਾ ਸਮਾਂ ਜਿਹੜਾ ਬੜੇ ਪਿਆਰ ਨਾਲ ਕਰੀਏ ਘੰਟਾ ਲੱਗ ਜਾਂਦਾ ਆਨੰਦ ਕਾਰਜ ਕਈ ਸੱਜਣ ਐਸੇ ਵੀ ਵੇਖੇ ਨੇ ਕਿ ਚਾਰ ਚਾਰ ਪੰਜ ਪੰਜ ਘੰਟੇ ਆਨੰਦ ਕਾਰਜਾਂ 'ਤੇ ਲੱਗਦੇ ਨੇ ਕੀਰਤਨ ਕਰਦੇ ਨੇ ਸਿਮਰਨ ਕਰਦੇ ਨੇ ਵਿੱਚ ਕਥਾ ਕਰਦੇ ਨੇ ਆਨੰਦ ਕਾਰਜ ਇੱਕ ਗੁਰਮਤਿ ਸਮਾਗਮ ਹੋ ਨਿਬੜਦਾ ਹੈ ਬਹੁਤ ਦਾ ਜੀਵਨ ਬਦਲਣ ਲੱਗ ਜਾਂਦਾ ਹੈ ਸੋ ਐਸਾ ਵੀ ਵੇਖਿਆ ਕਈ ਜਗ੍ਹਾ ਸੋ ਬਹੁਤਾਤ ਸਾਡੀ ਇਹ ਉਹਨਾਂ ਲੋਕਾਂ ਦੀ ਹੋਈ ਹੈ ਕਿ ਫਟਾਫਟ ਨਿਬੇੜੋ ਨਿਬੇੜਾ ਬਹੁਤਾ ਕਰਦੇ ਹਾਂ ਬਹੁਤੇ ਆਪਾਂ ਗ੍ਰੰਥੀਆਂ ਨੂੰ ਸਿੰਘਾਂ ਨੂੰ ਜਾ ਕੇ ਇਹੀ ਕਹਿੰਦੇ ਹਾਂ ਵੀ ਬਾਬਾ ਪੰਜ ਮਿੰਟ ਲਾਬਾ ਛੇਤੀ ਛੇਤੀ ਨਿਬੇੜ ਦੇ ਹੁਣ ਵੇਖੋ ਉਹ ਅੱਧੇ ਘੰਟੇ ਨੇ ਸਾਰਾ ਕੁਛ ਹੀ ਬਦਲ ਦਿੱਤਾ ਅੱਧਾ ਘੰਟਾ ਹੀ ਸੀ ਸਾਰਿਆਂ ਨੇ ਪ੍ਰਵਾਨਗੀ ਦਿੱਤੀ ਆਨੰਦ ਕਾਰਜ ਹੋਏ ਔਰ ਇੱਕਦਮ ਚੇਂਜ ਹੋ ਗਿਆ ਹੁਣ ਬਦਲ ਗਿਆ ਕੁਛ ਘੜੀਆਂ ਹੀ ਸੀ ਜ਼ਿੰਦਗੀ ਵਿੱਚ ਬਦਲ ਗਿਆ ਚੇਂਜ ਹੋ ਗਿਆ ਇਸੇ ਤਰ੍ਹਾਂ ਕਈ ਵਾਰੀ ਕੁਛ ਘੜੀਆਂ ਜ਼ਿੰਦਗੀ 'ਚ ਐਸੀਆਂ ਆ ਜਾਂਦੀਆਂ ਨੇ ਕਿ ਬੰਦਾ ਬਿਲਕੁਲ ਹੀ ਪੁੱਠੇ ਪਾਸੇ ਜਾਂਦਾ ਜਾਂਦਾ ਸਿੱਧੇ ਪਾਸੇ ਤੁਰ ਪੈਂਦਾ
ਜਿਵੇਂ ਮਰਦ ਦਾ ਬਚਨ ਪੜ੍ਹਨ ਕਾਜੀ ਸੋਝੋ ਉਲਟੀ ਕਰੇ ਉਲਟ ਕਰੇ ਪੁੱਠੇ ਕੰਮ ਕਰਦਾ ਹੈ ਉਲਟ ਕਰੇ ਉਦੋਂ ਉਲਟ ਕਰੇ ਗਲਤ ਜਾਂਦਾ ਉਦੋਂ ਉਲਟ ਚੱਲੇ ਮਤਲਬ ਸਿੱਧਾ ਹੋ ਜਾਏਗਾ ਜਿਵੇਂ ਆਪਾਂ ਕਿਸੇ ਨੂੰ ਕਹੀਏ ਵੀ ਇੱਧਰ ਨੂੰ ਨਹੀਂ ਤੂੰ ਉਲਟ ਜਾ ਰਿਹਾ ਇੱਧਰ ਨੂੰ ਜਾ ਜਦੋਂ ਉਹ ਵਾਪਸ ਮੁੜੇਗਾ ਉਲਟ ਚੱਲੇ ਜੋ ਮਾੜੇ ਕੰਮ ਕਰਦਾ ਉਦੋਂ ਉਲਟ ਚੱਲੇ ਮਾੜਿਆਂ ਦੇ ਉਲਟ ਕੀ ਹੈ ਚੰਗੇ ਕੰਮ ਕਰੇ ਮਾੜੇ ਕੰਮਾਂ ਦੇ ਉਲਟ ਕੀ ਹੈ ਚੰਗੇ ਕੰਮ ਕਰਨ ਲੱਗ ਜਾਵੇ ਸੋ ਜਦੋਂ ਬੰਦਾ ਯੂ ਟਰਨ ਲੈਂਦਾ ਜ਼ਿੰਦਗੀ ਵਿੱਚ ਸਭ ਕੁਝ ਬਦਲ ਜਾਂਦਾ ਸੋ ਇਹ ਸੰਗਤ ਵਿੱਚ ਆ ਕੇ ਪੋਸੀਬਲ ਹੁੰਦਾ ਹੈ ਜਿਹੜਾ ਕਿਤੇ ਵੀ ਨਹੀਂ ਬਦਲਦਾ ਸੰਗਤ ਵਿੱਚ ਬਦਲਦਾ ਵੇਖਿਆ ਜਿਹੜਾ ਅਸੀਂ ਮੰਨ ਹੀ ਨਹੀਂ ਸੀ ਸਕਦੇ ਵੀ ਕਦੇ ਯਾਰ ਇਹ ਵੀ ਬੰਦਾ ਅੰਮ੍ਰਿਤ ਛਕ ਸਕਦਾ ਕਦੇ ਇਹ ਵੀ ਦਾੜੀ ਰੱਖੇਗਾ ਕਦੇ ਇਹ ਵੀ ਸਿੰਘ ਬਣੇਗਾ ਆਪਾਂ ਸੋਚ ਵੀ ਨਹੀਂ ਸਕਦੇ ਵੀ ਯਾਰ ਕਦੇ ਵੀ ਸ਼ਰਾਬ ਛੱਡੇਗਾ ਪਰ ਛੱਡ ਜਾਂਦਾ ਇਹ ਬੰਦਾ ਨਸ਼ਾ ਛੱਡਦਾ ਹੈਗਾ ਨਸ਼ੇ ਕੈਂਪਾਂ ਵਿੱਚ ਰੱਖ ਰੱਖ ਕੇ ਵੇਖ ਲਿਆ ਨਸ਼ਾ ਛਡਾਊ ਕੈਂਪਾਂ ਵਿੱਚ ਜਾ ਕੇ ਵੀ ਜਿਹਨੇ ਨਸ਼ਾ ਨਹੀਂ ਛੱਡਿਆ ਪਰ ਸੰਗਤ ਵਿੱਚ ਆ ਕੇ ਬਦਲਦੇ ਵੇਖੇ ਮਨ ਬਦਲ ਗਿਆ ਬੁੱਲਿਆ ਮਨ ਦਾ ਕੀ ਸਮਝਾਉਣਾ ਇੱਧਰੋਂ ਫੁੱਟਿਆ ਇੱਧਰ ਲਾਉਣਾ ਤੇ ਸੰਗਤ ਵਿੱਚ ਆ ਕੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਮਨ ਵਿਚਾਰਾਂ ਦੇ ਸੰਗ੍ਰਹਿ ਨੂੰ ਕਹਿੰਦੇ ਨੇ ਮਨ ਦਾ ਆਪਣਾ ਕੀ ਰੂਪ ਹੈ ਇੱਕ ਵਿਚਾਰਾਂ ਦਾ ਜੋੜ ਹੀ ਹੈ ਮਾੜੇ ਵਿਚਾਰ ਆ ਰਹੇ ਨੇ ਮਾੜਾ ਮਨ ਹੈ ਚੰਗੇ ਵਿਚਾਰ ਆ ਰਹੇ ਨੇ ਚੰਗਾ ਮਨ ਹੈ ਇੱਕ ਮਨਮੁੱਖ ਹੈ ਇੱਕ ਗੁਰਮੁਖ ਹੈ ਗੁਰੂ ਦੇ ਪਿੱਛੇ ਤੁਰਨ ਵਾਲਾ ਜਿਹੜਾ ਜਿਹੜਾ ਗੁਰਬਾਣੀ ਪੜ੍ਹਦਾ ਰਿਹਾ ਗੁਰਬਾਣੀ ਪੜ੍ਹਦਿਆਂ ਸਤਿਗੁਰਾਂ ਦੇ ਵਿਚਾਰ ਸਾਡੇ ਵਿਚਾਰ ਬਣ ਗਏ ਇਹਦਾ ਅਰਥ ਇਹ ਹੈ ਗੁਰੂ ਦਾ ਮਨ ਸਾਡਾ ਮਨ ਬਣ ਗਿਆ ਗੁਰੂ ਨਾਨਕ ਦੇਵ ਜੀ ਦੇ ਮਨ ਦੇ ਦਰਸ਼ਨ ਕਰਨੇ ਨੇ ਆਪਾਂ ਕਹਿੰਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਆਤਮਾ ਤੇ ਗੁਰੂ ਨਾਨਕ ਦੀ ਕਿਤੇ ਨਹੀਂ ਗਈ ਜੇ ਗੁਰੂ ਅਰਜਨ ਦੇਵ ਜੀ ਦੀ ਆਤਮਾ ਵੇਖਣੀ ਹੈ ਉਹਨਾਂ ਦਾ ਮਨ ਵੇਖਣਾ ਹੈ ਉਹਨਾਂ ਦੇ ਵਿਚਾਰ ਮਨ ਕੀ ਹੈ ਵਿਚਾਰ ਤਨ ਸਾਡੇ ਕੋਲ ਨਹੀਂ ਪਰ ਮਨ ਸਾਡੇ ਕੋਲ ਹੈ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਮਨ ਸਾਡੇ ਕੋਲ ਹੈ ਗੁਰੂ ਅਰਜਨ ਦੇਵ ਜੀ ਦਾ ਮਨ ਸਾਡੇ ਕੋਲ ਵਿਚਾਰ ਮੇਰੇ ਅੰਦਰ ਕੀ ਚੱਲਦਾ ਜੀ ਮੇਰੇ ਅੰਦਰ ਕੀ ਚੱਲਦਾ ਨਹੀਂ ਪਤਾ ਮੇਰਾ ਚਿਹਰਾ ਦਿਸਦਾ ਹੈ ਮੇਰਾ ਸਰੀਰ ਦਿਸਦਾ ਹੈ ਮੈਨੂੰ ਤੁਹਾਡੀ ਬੋਡੀ ਦਿਸਦੀ ਹੈ ਸਰੀਰ ਦਿਸਦਾ ਹੈ ਮਨ ਨਹੀਂ ਦਿਸਦਾ ਵਿਚਾਰ ਕਿਹੋ ਜਿਹੇ ਨੇ ਕੀ ਹੈ ਨਹੀਂ ਪਤਾ ਲੱਗਣਾ ਇਦਾਂ ਵੇਖ ਕੇ ਪਰ ਬੰਦੇ ਦਾ ਪਤਾ ਤੇ ਵਿਚਾਰਾਂ ਤੋਂ ਹੀ ਲੱਗਣਾ ਹੈ ਉਦਾਂ ਤੇ ਵੇਖਣ ਨੂੰ ਤੇ ਸਭ ਕੁਝ ਵਧੀਆ ਹੀ ਨੇ ਵਿਚਾਰ ਕਿੱਦਾਂ ਦੇ ਨੇ ਉਹਦੇ ਵਿਚਾਰ ਕਿੱਦਾਂ ਦੇ ਨੇ ਉਹਦੀ ਸੋਚ ਕਿੱਦਾਂ ਦੀ ਹੈ ਪਤਾ ਤੇ ਉੱਥੋਂ ਹੀ ਲੱਗੇਗਾ ਤੇ ਸਤਿਗੁਰੂ ਤਾਂ ਸਰੀਰ ਨਹੀਂ ਦਿਸ ਰਿਹਾ ਸਾਨੂੰ ਅੱਜ ਦੇਹ ਗ੍ਰੰਥ ਹੈ ਦੇਹ ਹੈ ਗ੍ਰੰਥ ਪਹਿਲਾਂ ਦੇਹ ਹੁੰਦੇ ਸੀ ਸਾਡੇ ਵਰਗੀ ਜਿਵੇਂ ਆਪਣੀ ਹੱਡ ਚੰਮ ਦੀ ਦੇਹ ਹੈ ਪਹਿਲਾਂ ਦੇਹ ਇਦਾਂ ਦੀ ਸੀ ਪਰ ਹੁਣ ਦੇਹ ਹੈ ਗ੍ਰੰਥ ਤੇ ਗੁਰੂ ਹੈ ਗਿਆਨ ਉਦੋਂ ਉਹੀ ਗਿਆਨ ਦੇਹ ਵਿੱਚ ਵਰਤਦਾ ਸੀ ਉਹੀ ਗਿਆਨ ਅੱਜ ਗ੍ਰੰਥ ਵਿੱਚ ਵਰਤਦਾ ਹੈ ਪਰ ਸਾਡਾ ਗੁਰੂ ਗਿਆਨ ਹੈ ਦੇਹ ਨਹੀਂ ਆਖੋ ਸਤਨਾਮ ਜਿਲਦ ਜਾਂ ਕਾਗਜ਼ ਨਹੀਂ ਹੱਡੀਆਂ ਜਾਂ ਮਾਸ ਗੁਰੂ ਨਹੀਂ ਸਾਡਾ ਹੱਡੀ ਨਹੀਂ ਮਾਸ ਨਹੀਂ ਅੱਖਾਂ ਨਹੀਂ ਨੱਕ ਨਹੀਂ ਸਾਡਾ ਗੁਰੂ ਗਿਆਨ ਹੈ ਉਦੋਂ ਗਿਆਨ ਦੇਹ ਵਿੱਚ ਵਰਤਦਾ ਸੀ ਤੇ ਹੁਣ ਗਿਆਨ ਗ੍ਰੰਥ ਵਿੱਚ ਵਰਤਦਾ ਤਾਂ ਹੀ ਅਸੀਂ ਕਹਿੰਦੇ ਹਾਂ ਸਾਡਾ ਗੁਰੂ ਮਰਦਾ ਨਹੀਂ ਆਖੋ ਸਤਨਾਮ ਤਾਂ ਹੀ ਕਹਾਂਗੇ ਜੇ ਦੇਹ ਨੂੰ ਮੰਨੇਗਾ ਫਿਰ ਕਿਵੇਂ ਦੇਹ ਤੇ ਇੱਕ ਦਿਨ ਖਤਮ ਹੋ ਜਾਏਗੀ ਦੇਹ ਨੂੰ ਗੁਰੂ ਮੰਨੇਗਾ ਤੇ ਫਿਰ ਕਿਵੇਂ ਗੱਲ ਬਣੇਗੀ ਗਿਆਨ ਨੂੰ ਮੰਨਣਾ ਪਏਗਾ ਗੁਰੂ ਸੋ ਇਸ ਕਰਕੇ ਗਿਆਨ ਸਰੂਪ ਸਤਿਗੁਰੂ ਸਾਡੇ ਸਾਡੇ ਕੋਲ ਹਨ ਤੇ ਮੈਂ ਬੇਨਤੀ ਕਰਦਾ ਸੀ ਕਿ ਇਹ ਵਿਚਾਰ ਸਾਡੇ ਵਿਚਾਰ ਬਣ ਜਾਣ ਸਤਿਗੁਰਾਂ ਦੇ ਮਨ ਵਰਗਾ ਸਾਡਾ ਮਨ ਬਣ ਜਾਵੇ ਇਹਨੂੰ ਕਹਿੰਦੇ ਨੇ ਚਿੱਤ ਹੈ ਚਿੱਤ ਸਮਾਏ ਹੋਵੇ ਰੰਗ ਘਨਾ ਜੇ ਗੁਰੂ ਦੇ ਮਨ ਨਾਲ ਸਾਡਾ ਮਨ ਮਿਲ ਜਾਵੇ ਮਨ ਨਾਲ ਮਨ ਮਿਲ ਜਾਵੇ ਜਿਵੇਂ ਆਪਾਂ ਆਮ ਕਹਿੰਦੇ ਦਿਲ ਨਾਲ ਦਿਲ ਮਿਲ ਜਾਵੇ ਇਹ ਕਹਿ ਦਿੰਦੇ ਹਾਂ ਵੀ ਦਿਲ ਨਾਲ ਦਿਲ ਤੇ ਇੱਕ ਟੁਕੜਾ ਹੈ ਮਾਸ ਦਾ
ਦਿਲ ਨਾਲ ਦਿਲ ਤੇ ਨਹੀਂ ਨਾ ਮਿਲਦਾ, ਕਹਿਣ ਚ ਆ ਜਾਂਦੀ ਗੱਲ, ਵੈਸੇ ਮਨ ਨਾਲ ਮਨ ਮਿਲ ਸਕਦਾ, ਦਿਲ ਨਾਲ ਦਿਲ ਨਹੀਂ ਮਿਲਦਾ, ਮਨ ਨਾਲ ਮਨ ਮਿਲ ਸਕਦਾ। ਸਤਿਗੁਰਾਂ ਦੇ ਵਿਚਾਰ ਸਾਡੇ ਵਿਚਾਰ ਬਣ ਜਾਣ, ਸਾਡੇ ਵਿਚਾਰ ਗੁਰੂ ਦੇ ਵਿਚਾਰਾਂ ਵਰਗੇ ਬਣ ਜਾਣ, ਇਹਨੂੰ ਕਹਿੰਦੇ ਨੇ ਚਿੱਤ ਹੈ ਚਿੱਤ ਸਮਾਏ, ਗੁਰੂ ਦੇ ਚਿੱਤ ਵਿੱਚ ਸਾਡਾ ਚਿੱਤ ਸਮਾਈ ਜਾਵੇ, ਫਿਰ ਕਹਿੰਦੇ ਹੋਵੇ ਰੰਗ ਕਨਾ, ਕਹਿੰਦੇ ਫਿਰ ਬਹੁਤਾ ਹੀ ਆਨੰਦ ਆਏਗਾ, ਬਹੁਤਾ ਹੀ ਆਨੰਦ ਆਏਗਾ। ਸਾਡੇ ਵਿਚਾਰ ਤੇ ਗੁਰੂ ਦੇ ਵਿਚਾਰ ਇੱਕ ਹੋ ਜਾਣ, ਅਲੱਗ ਅਲੱਗ ਨੇ ਨਾ ਹੁਣ, ਤੇ ਜੇ ਸਾਡੇ ਸਾਡਾ ਮਨ ਸਤਿਗੁਰਾਂ ਦੇ ਮਨ ਵਿੱਚ ਹੀ ਮਿਲ ਜਾਵੇ, ਮਨ ਭਾਵ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਗਿਆਨ, ਸਾਡਾ ਮਨ ਮਨ ਸਿੱਖ ਹੈ, ਜੇ ਜੇ ਗੁਰੂ ਦੇ ਨਹੀਂ ਤੇ ਸਿੱਖ ਵੀ ਦੇ ਨਹੀਂ, ਜੇ ਗੁਰੂ ਦੇ ਨਹੀਂ ਹੁੰਦਾ ਤੇ ਸਿੱਖ ਵੀ ਦੇ ਨਹੀਂ ਹੁੰਦੀ, ਸਰੀਰ ਸਿੱਖ ਨਹੀਂ ਹੁੰਦਾ, ਮਨ ਸਿੱਖ ਹੁੰਦਾ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਜੇ ਗੁਰੂ ਗੁਰੂ ਦੇ ਨਹੀਂ ਹੁੰਦਾ ਤੇ ਸਿੱਖ ਵੀ ਦੇ ਨਹੀਂ ਹੁੰਦਾ, ਸਿੱਖ ਦੇ ਨਹੀਂ, ਸਿੱਖ ਸਾਡਾ ਮਨ ਹੈ, ਸਾਡੇ ਵਿਚਾਰ ਨੇ, ਦੇ ਬੱਚੇ ਵਾਲੀ ਹੋਵੇ, ਦੇ ਜਵਾਨ ਵਾਲੀ ਹੋਵੇ, ਦੇ ਬੁੱਢੇ ਵਾਲੀ ਹੋਵੇ, ਦੇ ਬੀਬੀ ਦੀ ਹੋਵੇ, ਦੇ ਤੱਕ ਮਤਲਬ ਨਹੀਂ, ਮਨ ਹੈ ਸਿੱਖ। ਤੇ ਜਦੋਂ ਅਸੀਂ ਇਹਨੂੰ ਇਸ ਇਸ ਤਰੀਕੇ ਸਿਰ ਸਮਝਣ ਦੀ ਕੋਸ਼ਿਸ਼ ਕਰਾਂਗੇ, ਜਦੋਂ ਅਸੀਂ ਸਮਝਾਂਗੇ ਕਿ ਮਨ ਸਿੱਖ ਹੈ ਤੇ ਗਿਆਨ ਗੁਰੂ ਹੈ, ਫਿਰ ਪਕੜ ਚ ਆਏਗੀ ਗੱਲ, ਫਿਰ ਸਤਿਗੁਰਾਂ ਦਾ ਗਿਆਨ ਜਦੋਂ ਕਦੋਂ ਵੀ ਜਿੱਥੇ ਕਿਤੇ ਵੀ ਮੈਨੂੰ ਲੋੜ ਪਏਗੀ ਮੇਰੇ ਨਾਲ, ਮੈਨੂੰ ਉਸੇ ਵੇਲੇ ਚੇਤਾ ਆ ਜਾਣਾ, ਮੇਰੇ ਮਹਾਰਾਜ ਜੀ ਇੱਦਾਂ ਕਹਿੰਦੇ ਆ, ਭਾਈ ਗੁਰੂ ਗ੍ਰੰਥ ਸਾਹਿਬ 'ਚ ਇੱਦਾਂ ਲਿਖਿਆ ਹੈ, ਗੁਰੂ ਨਾਨਕ ਜੀ ਇੱਦਾਂ ਕਹਿੰਦੇ ਆ, ਗੁਰੂ ਅੰਗਦ ਦੇਵ ਜੀ ਇੱਦਾਂ ਬਚਨ ਕਰਦੇ ਆ, ਫਿਰ ਮੈਂ ਕਹਿ ਸਕਣਾ ਗੁਰ ਮੇਰੇ ਸੰਗ ਸਦਾ ਹੈ, ਮੇਰੇ ਅੰਗ ਮੇਰੇ ਸਦਾ ਹੀ ਨਾਲ, ਤਾਂ ਹੀ ਕਹਿ ਸਕਦੇ ਜੇ ਨਾਲ ਹੋਏਗਾ, ਗਿਆਨ ਤੁਹਾਡੇ ਨਾਲ ਰਹੇਗਾ। ਜਿਵੇਂ ਹੁਣ ਵੇਖੋ ਨਾ ਜੀ, ਆਪਾਂ ਅੱਜ ਇੱਥੇ ਦੀਵਾਨ ਲਾ ਦਿੱਤਾ, ਆਪਾਂ ਸਾਰਿਆਂ ਨੇ ਸੁਣ ਲਿਆ, ਹੁਣ ਗੁਰੂ ਗ੍ਰੰਥ ਸਾਹਿਬ ਜੀ ਤੇ ਚਲੇ ਗਏ, ਗੁਰਦੁਆਰਾ ਸਾਹਿਬ ਦੇਹ ਤੇ ਗਈ, ਗੁਰਦੁਆਰਾ ਸਾਹਿਬ ਗਿਆਨ ਸਾਡੇ ਨਾਲ ਚਲਿਆ ਜਾਵੇ, ਗਿਆਨ ਗੁਰੂ ਦੇਹ 'ਚ ਤੇ ਵਰਤਦਾ ਤੇ ਗਿਆਨ ਸਾਡੇ ਨਾਲ ਜਾਵੇ, ਫਿਰ ਆਪਾਂ ਵੀ ਕਹਾਂਗੇ ਵੀ ਗੁਰ ਮੇਰੇ ਨਾਲ ਹੀ ਹੈ, ਮੈਂ ਘਰ ਆਇਆ, ਉਹ ਗੱਲਾਂ ਬਚਨ ਮੇਰੇ ਨਾਲ ਹੀ ਆ ਗਏ, ਬਚਨ ਗੁਰੂ ਦੇ ਮੇਰੇ ਨਾਲ ਹੀ ਆ ਗਏ ਤੇ ਗੁਰੂ ਦੇ ਤੇਰੇ ਨਾਲ ਹੀ ਚਲਿਆ ਗਿਆ। ਫਿਰ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਦਰ ਮੁਕਤ ਜਨਾ ਵੈਗੋ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰ, ਗਿਆਨ ਗੁਰੂ ਹੈ। ਤੇ ਜੇ ਬਾਣੀ ਨਾਲ ਲੈ ਜਾਈਏ ਆਪਾਂ, ਦੇਹ ਤੇ ਗੁਰਦੁਆਰਾ ਸਾਹਿਬ ਗਈ, ਬਾਣੀ ਆਪਣੇ ਨਾਲ, ਬਚਨ ਆਪਣੇ ਨਾਲ, ਆਪਣੀ ਸੁਰਤ ਵਿੱਚ ਟਿਕ ਗਏ, ਤੇ ਫਿਰ ਕਹਾਂਗੇ ਆਪਾਂ ਵੀ ਗੁਰੂ ਦੇ ਸਦਾ ਸਦਾ ਹੀ ਸਾਡੇ ਨਾਲ। ਇਸ ਗੱਲ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਭਾਈ, ਜੇ ਇਹ ਮੈਥਡ ਸਾਡੇ ਸਮਝ ਚ ਆਵੇ, ਕਈ ਬੰਦਿਆਂ ਦੇ ਗੱਲ ਸਮਝ ਚ ਨਹੀਂ ਆਉਂਦੀ, ਉਹ ਫਿਰ ਇੱਦਾਂ ਵੀ ਕਈ ਵਾਰੀ ਸੋਚ ਲੈਂਦੇ ਆ ਇਹ ਤੇ ਜੀ ਗਲਤ ਗੱਲਾਂ ਕਰਦੇ ਨੇ, ਗਲਤ ਗੱਲ ਕਹਦੀ ਹੈ, ਗੱਲ ਤੇ ਸਹੀ ਹੈ ਜੇ ਸਹੀ ਢੰਗ ਨਾਲ ਸਮਝਾਂਗੇ। ਜਿਹੜੇ ਬੰਦੇ ਦੇ ਗੱਲ ਤਾਂ ਤੋਂ ਲੰਘ ਜਾਂਦੀ ਹੈ ਉਹਨੂੰ ਲੱਗਦਾ ਵੀ ਇਹ ਗੱਲ ਐਵੇਂ ਹੀ ਹੈ, ਗੱਲ ਐਵੇਂ ਨਹੀਂ, ਗੱਲ ਸਮਝੋ, ਸਹੀ ਢੰਗ ਨਾਲ ਸਮਝੋ, ਮਨ ਸਿੱਖ ਹੈ, ਗਿਆਨ ਸਰੂਪ ਨੇ ਸਾਡੇ ਸਤਿਗੁਰੂ, ਗਿਆਨ ਸਰੂਪ ਹਨ, ਤੇ ਜਿਹੜੀ ਦੇਹ ਵਿੱਚ ਗਿਆਨ ਵਰਤੇਗਾ ਅਸੀਂ ਉਸ ਦੇਹ ਦਾ ਸਤਿਕਾਰ ਕਰਾਂਗੇ, ਜਿਸ ਦੇਹ ਵਿੱਚ ਵੀ ਗਿਆਨ ਵਰਤੇਗਾ ਗੁਰੂ, ਜਿਸ ਦੇਹ ਵਿੱਚ ਵਰਤੇਗਾ ਅਸੀਂ ਉਸ ਦੇਹ ਦਾ ਸਤਿਕਾਰ ਕਰਾਂਗੇ। ਤੇ ਜਦੋਂ ਸਾਡੇ ਸਾਡਾ ਸਾਡੇ ਸਤਿਗੁਰੂ ਗ੍ਰੰਥ ਵਿੱਚ ਵਰਤਦੇ ਨੇ ਤੇ ਅਸੀਂ ਗੁਰੂ ਗ੍ਰੰਥ ਕਰਕੇ ਸਤਿਕਾਰ ਕਰਦੇ ਹੀ ਹਾਂ, ਰੁਮਾਲੇ ਵੀ ਚੜਾਉਂਦੇ ਹਾਂ, ਪਾਲਕੀ ਸਾਹਿਬ 'ਚ ਵੀ ਸਜਾਉਂਦੇ ਹਾਂ, ਮੱਥਾ ਟੇਕਦੇ। ਤੇ ਜੇ ਗੁਰੂ ਨਾ ਵਰਤੇ ਦੇਹ 'ਚ, ਭਾਵ ਅੰਗ ਪੂਰੇ ਬਣਾ ਲਓ, ਜਿਲਦ ਲਾ ਲਓ, ਸਭ ਕੁਝ ਫੁੱਲ ਬੂਟੀਆਂ ਪਾ ਲਓ, ਆਲੇ ਦੁਆਲੇ ਸਾਰਾ ਕੁਝ ਕਰ ਲਓ, ਤੇ ਵਿੱਚ ਗੁਰੂ ਗਿਆਨ ਹੋਵੇ ਹੀ ਨਾ ਤੇ ਮੱਥਾ ਟੇਕੋਗੇ? ਪੂਰੀ ਪੂਰੇ ਪੇਜ ਬਣਾ ਕੇ ਸਭ ਕੁਝ ਬਣਾ ਕੇ ਲਿਆਓ,
ਤੇ ਲਿਖਿਆ ਵਿੱਚ ਕੁਝ ਹੈ ਹੀ ਨਹੀਂ, ਖਾਲੀ ਹੈ, ਫਿਰ ਥੋੜਾ ਮੱਥਾ ਟੇਕਾਂਗੇ। ਅਸੀਂ ਉਸ ਦੇਹ ਨੂੰ ਮੰਨਾਂਗੇ, ਸੁਣਿਓ, ਅਸੀਂ ਉਸ ਦੇਹ ਨੂੰ ਮੰਨਾਂਗੇ ਜਿਹਦੇ ਵਿੱਚ ਗੁਰੂ ਵਰਤੇਗਾ, ਅਸੀਂ ਉਸ ਗ੍ਰੰਥ ਨੂੰ ਮੰਨਾਂਗੇ ਜਿਹਦੇ ਵਿੱਚ ਗੁਰੂ ਵਰਤੇਗਾ, ਅਸੀਂ ਉਸ ਗ੍ਰੰਥ ਨੂੰ ਮੰਨਾਂਗੇ ਜਿਹਦੇ ਵਿੱਚ ਸਤਿਗੁਰ ਹੋਏਗਾ, ਸੱਚਾ ਗਿਆਨ ਹੋਏਗਾ, ਅਸੀਂ ਉਸ ਦੇਹ ਨੂੰ ਮੰਨਾਂਗੇ ਜਿਹਦੇ ਵਿੱਚ ਸੱਚਾ ਗਿਆਨ ਹੋਏਗਾ। ਕਿਉਂ ਆ ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ? ਅਸੀਂ ਕਾਗਜ਼ਾਂ ਦੇ ਪੁਜਾਰੀ ਨਹੀਂ, ਅਸੀਂ ਗਿਆਨ ਦੇ ਪੁਜਾਰੀ। ਤੇ ਜਿਸ ਦੇਹ ਵਿੱਚ ਜਦੋਂ ਗੁਰਬਾਣੀ ਲਿਖ ਦਿੱਤੀ ਗਈ, ਅਸੀਂ ਸਿਰ ਤੇ ਚੁੱਕ ਕੇ ਰੱਖਦੇ ਹਾਂ, ਫਿਰ ਅਸੀਂ ਇੰਨਾ ਪਿਆਰ ਕਰਦੇ ਹਾਂ ਕਿ ਕੋਈ ਹੱਥ ਨਾ ਲਾਵੇ, ਕੋਈ ਬੇਅਦਬੀ ਨਾ ਕਰੇ, ਕੋਈ ਅੱਗ ਦੀ ਤੀਲੀ ਲੈ ਕੇ ਨੇੜੇ ਨਾ ਜਾਵੇ, ਸਲਾਬ ਨਾ ਚੜ ਜਾਵੇ, ਅਸੀਂ ਬਹੁਤ ਫਿਰ ਖਿਆਲ ਰੱਖਾਂਗੇ। ਕਿਉਂ? ਕਿਉਂਕਿ ਸਾਡਾ ਗੁਰੂ ਵਰਤਦਾ ਹੈ, ਅਸੀਂ ਉਸ ਗਿਆਨ ਦੇ ਪੁਜਾਰੀ। ਤੇ ਮਾਫ ਕਰਨਾ ਜੀ, ਜੇ ਅਸੀਂ ਗਿਆਨ ਦੇ ਪੁਜਾਰੀ ਨਹੀਂ ਤੇ ਉਦਾਂ ਭਾਵੇਂ ਮੱਥੇ ਟੇਕੀ ਜਾਈਏ, ਉਦਾਂ ਭਾਵੇਂ ਪ੍ਰਸ਼ਾਦਾ ਚੁੱਕੀ ਫਿਰੋ, ਥਾਲ ਮਾਰਾ ਛਕ ਲਓ ਜੀ, ਸੱਚੇ ਪਾਤਸ਼ਾਹ ਜੀ ਤੁਸੀਂ ਛਕ ਲਓ, ਭਾਵੇਂ ਕੰਬਲ ਚੜ੍ਹਾਈ ਜਾਓ, ਭਾਵੇਂ ਏਸੀਆਂ 'ਚ ਰੱਖੀ ਜਾਓ, ਜੇ ਅਸੀਂ ਗਿਆਨ ਨਾ ਸੁਣਨਾ ਹੈ, ਨਾ ਸਮਝਣਾ ਹੈ, ਨਾ ਮੰਨਣਾ ਹੈ, ਤੇ ਇੱਦਾਂ ਕਰਦਿਆਂ ਭਾਵੇਂ ਸਾਰੀ ਜ਼ਿੰਦਗੀ ਲੰਘ ਜਾਏ, ਅਸੀਂ ਕੱਖ ਨਹੀਂ ਖੱਟ ਸਕਦੇ, ਫਿਰ ਅਸੀਂ ਖਾਲੀ ਰਵਾਂਗੇ। ਤੇ ਗੁਰਮੁਖੋ, ਜ਼ਿੰਦਗੀ ਦਾ ਭਰੋਸਾ ਨਹੀਂ, ਕਿੱਡੇ ਭਾਗਾਂ ਵਾਲੇ ਆ ਜਦੋਂ ਇਹ ਟੌਪਿਕ ਨੂੰ ਸਮਝਦੇ ਹਾਂ ਨਾ ਆਪਾਂ, ਇਸ ਗਹਿਰਾਈ ਨੂੰ ਸਮਝਦੇ ਹਾਂ, ਤੇ ਸ਼ੁਕਰ ਹੈ ਸੱਚੇ ਪਾਤਸ਼ਾਹ ਸਾਨੂੰ ਗਿਆਨ ਸਤਿਗੁਰੂ ਦੇ ਲੜ ਲਾਇਆ। ਤੇ ਜਿਸ ਕੌਮ ਦਾ ਗੁਰੂ ਕੋਈ ਸੱਪ ਨਹੀਂ, ਕੋਈ ਦੇਹ ਨਹੀਂ, ਜਿਸ ਕੌਮ ਦਾ ਗੁਰੂ ਕੋਈ ਪੱਥਰ ਨਹੀਂ, ਜਿਸ ਕੌਮ ਦਾ ਗੁਰੂ ਕੋਈ ਦਰਖਤ ਨਹੀਂ, ਜਿਸ ਕੌਮ ਦਾ ਗੁਰੂ ਕੋਈ ਪੱਥਰ ਨਹੀਂ, ਕੋਈ ਸੱਪ ਨਹੀਂ, ਕੋਈ ਦੇਹ ਨਹੀਂ, ਜਿਸ ਕੌਮ ਦਾ ਗੁਰੂ ਹੀ ਗਿਆਨ ਹੈ, ਉਹ ਕੌਮ ਅੱਜ ਅਗਿਆਨੀ ਕਿਉਂ ਫਿਰਦੀ ਹੈ? ਜਿਸ ਕੌਮ ਦਾ ਗੁਰੂ ਗਿਆਨ ਹੈ ਉਹ ਅਗਿਆਨੀ ਕਿਉਂ ਫਿਰਦੇ? ਸਾਡੀ ਤੇ ਕੌਮ ਦਾ ਗੁਰੂ ਹੀ ਗਿਆਨ ਹੈ। ਗੁਰੂ ਨਾਨਕ ਕਹਿੰਦੇ ਨੇ ਸ਼ਬਦ ਗੁਰੂ, ਸ਼ੁਰੂ ਤੋਂ ਲੈ ਕੇ ਅੱਜ ਤੱਕ ਗਿਆਨ ਹੀ ਗੁਰੂ ਹੈ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਿਆਨ ਸਰੂਪ ਨੇ, ਤੇ ਜਿਨ੍ਹਾਂ ਦਾ ਗੁਰੂ ਗਿਆਨ ਹੈ ਉਹ ਅਗਿਆਨੀ ਨਾ ਫਿਰਨ। ਉਹ ਤੇ ਗੁਰ ਕੀ ਮਤ ਤੂੰ ਲਿਹ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਤੂੰ ਮਤ ਲੈ, ਗੁਰੂ ਦੀ ਮਤ ਲੈ, ਸਤਿਗੁਰਾਂ ਦੀ ਮਤ ਆਪਣੀ ਮਤ ਬਣਾ ਲੈ, ਇਹ ਫਿਰ ਕਹਾਂਗੇ ਬੰਦੇ 'ਚ ਗੁਰਮਤ ਆ ਗਈ। ਸਤਿਗੁਰਾਂ ਦੀ ਮਤ ਸਾਡੀ ਮਤ ਬਣ ਗਈ, ਫਿਰ ਆਪਾਂ ਕਹਾਂਗੇ ਵੀ ਇਸ ਬੰਦੇ 'ਚ ਗੁਰਮਤ ਆ ਗਈ। ਇਹ ਗੁਰਮਤ ਅਨੁਸਾਰ ਚੱਲਦਾ ਹੈ, ਜਿਵੇਂ ਹੁਣ ਇੱਥੇ ਸਮਾਗਮ ਹੋ ਰਿਹਾ ਹੈ, ਜੇ ਗੁਰਮਤ ਗੁਰੂ ਦੀ ਮਤ ਮੁਤਾਬਕ ਹੋ ਰਿਹਾ ਤਾਂ ਇਹ ਗੁਰਮਤ ਸਮਾਗਮ ਹੈ। ਜੇ ਗੁਰੂ ਦੀ ਮਤ ਅਨੁਸਾਰ ਹੁੰਦਾ, ਜੇ ਮਨਮਤ ਚੱਲਦੀ ਹੈ, ਫਿਰ ਗੁਰਮਤ ਸਮਾਗਮ ਦਾ ਨਾਂ ਹੈ, ਫਿਰ ਗੁਰਮਤ ਸਮਾਗਮ ਨਹੀਂ। ਗੁਰੂ ਦੀ ਮਤ ਅਨੁਸਾਰ ਹੋਵੇ ਤਾਂ ਗੁਰਮਤ ਸਮਾਗਮ ਹੈ, ਜੋ ਸਤਿਗੁਰੂ ਮਤ ਦਿੰਦੇ ਨੇ ਉਸ ਮੁਤਾਬਕ ਹੋਵੇ। ਇਸ ਕਰਕੇ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ, ਆਪਣੀ ਜ਼ਿੰਦਗੀ ਦਾ ਏਮ ਬਣਾਉਣਾ, ਸਤਿਗੁਰ ਦੀ ਬਾਣੀ ਨੂੰ ਪੜ੍ਹਨਾ ਸਮਝਣਾ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਫੀਲ ਕਰਨਾ, ਮਹਿਸੂਸ ਕਰਨਾ, ਇਹ ਸਾਡੀ ਜ਼ਿੰਦਗੀ ਦਾ ਲਕਸ਼ ਹੈ, ਇਹ ਸਾਡੀ ਜ਼ਿੰਦਗੀ ਦਾ ਏਮ ਹੈ। ਤੇ ਜੇ ਅਸੀਂ ਇਹ ਨਾ ਖੱਟ ਸਕੇ ਤੇ ਫਿਰ ਕਰਤੂਤ ਪਸ਼ੂ ਕੀ ਮਾਨ ਸਜਾਤ ਲੋਕ ਪਚਾਰਾ ਕਰੇ ਦੇ। ਕਹਿੰਦੇ ਲੋਕਾਂ ਨੂੰ ਪਤਿਆਉਣ ਤੇ ਲੱਗਿਆ ਹੋਇਆ ਬੰਦਾ, ਲੋਕਾਂ ਨੂੰ ਪਤਿਆਉਣਾ ਕੀ ਹੁੰਦਾ ਹੈ? ਲੋਕਾਂ ਨੂੰ ਖੁਸ਼ ਕਰਨ ਤੇ ਲੱਗਿਆ ਹੋਇਆ, ਲੋਕਾਂ ਨੂੰ ਖੁਸ਼ ਕਰਦੇ ਫਿਰਦੇ ਆ ਸਾਰੀ ਜ਼ਿੰਦਗੀ। ਬੱਚਿਆਂ ਨੂੰ ਖੁਸ਼ ਕਰ ਲਓ, ਘਰ ਵਾਲੀ ਨੂੰ ਖੁਸ਼ ਕਰ ਲਓ, ਪਰਿਵਾਰ ਨੂੰ ਖੁਸ਼ ਕਰ ਲਓ, ਰਿਸ਼ਤੇਦਾਰਾਂ ਨੂੰ ਖੁਸ਼ ਕਰ ਲਓ, ਦੋਸਤਾਂ ਨੂੰ ਖੁਸ਼ ਕਰ ਲਓ। ਕਹਿੰਦੇ ਲੋਕਾਂ ਨੂੰ ਖੁਸ਼ ਕਰਨ ਤੇ ਲੱਗਿਆ ਰਿਹਾ। ਮੇਰਾ ਕਹਿਣ ਦਾ ਮਤਲਬ ਇਹ ਨਹੀਂ, ਪਰਿਵਾਰਕ ਜ਼ਿੰਮੇਵਾਰੀਆਂ ਤੇ ਸਾਰਿਆਂ ਨੇ ਨਿਭਾਉਣੀਆਂ ਹੀ ਨਿਭਾਉਣੀਆਂ ਨੇ। ਮਾਂ ਪ੍ਰਤੀ ਫਰਜ਼ ਨਿਭਾਉਣੇ ਨੇ, ਪਿਤਾ ਪ੍ਰਤੀ ਫਰਜ਼ ਨਿਭਾਉਣੇ ਨੇ, ਬੱਚਿਆਂ ਪ੍ਰਤੀ ਫਰਜ਼ ਨਿਭਾਉਣੇ ਨੇ, ਜ਼ਿੰਮੇਵਾਰੀਆਂ ਨਿਭਾਉਣੀਆਂ ਹੋਰ ਚੀਜ਼ ਹੁੰਦੀ ਹੈ, ਪਰ ਸਾਰੀ ਜ਼ਿੰਦਗੀ ਉਹਨਾਂ ਕੰਮਾਂ 'ਤੇ ਹੀ ਲਾ ਦੇਣੀ, ਅਸਲ ਕੰਮ ਹੀ ਭੁੱਲ ਜਾਵੇ।
ਤੇ ਜਿਹੜਾ ਸਾਡਾ ਅਸਲ ਕੰਮ ਹੈ ਜ਼ਿੰਦਗੀ ਦਾ ਪ੍ਰਯੋਜਨ ਹੈ ਉਹ ਨਾ ਭੁੱਲੀਏ ਅਸੀਂ ਇਹ ਕਹੀਏ ਮੇਰਾ ਹਰ ਚੀਜ਼ ਬਿਨਾ ਸਰ ਸਕਦਾ ਮੇਰਾ ਗੁਰੂ ਬਿਨਾ ਨਹੀਂ ਸਰਦਾ ਇੱਥੇ ਰੱਖੀਏ ਸੂਈ ਇਹ ਮੈਂ ਬੇਨਤੀ ਪਿਛਲੇ ਦੀਵਾਨਾਂ ਵਿੱਚ ਵੀ ਇੱਕ ਜਗ੍ਹਾ ਕੀਤੀ ਸੀ ਕਿ ਭਾਈ ਅੱਜ ਤੁਹਾਡੇ 'ਚ ਬਹੁਤ ਸਿੰਘ ਸਿੰਘਣੀਆਂ ਹੈ ਆ ਜਿਹੜੇ ਸਹਿਜ ਪਾਠ ਕਰਦੇ ਨੇ ਬਹੁਤ ਵੀਰ ਭੈਣਾਂ ਨੇ ਜਿਹੜੇ ਸਹਿਜ ਪਾਠ ਕਰਦੇ ਆ ਘਰਾਂ ਵਿੱਚ ਪਾਠ ਕਰਦੇ ਆ ਜਾਂ ਅਰਥਾਂ ਸਮੇਤ ਸਹਿਜ ਪਾਠ ਕਰਦੇ ਨੇ ਬੜੇ ਇਦਾਂ ਦੇ ਸਿੰਘ ਵੀ ਨੇ ਅਰਥਾਂ ਸਮੇਤ ਵੀ ਕਰ ਲੈਂਦੇ ਨੇ ਸਾਲ ਡੇਢ ਸਾਲ ਲਾ ਕੇ ਸਣੇ ਅਰਥਾਂ ਦੇ ਸਹਿਜ ਪਾਠ ਕਰ ਲੈਂਦੇ ਬੜੇ ਸਿੰਘ ਨੇ ਭੈਣਾਂ ਬਹੁਤ ਨੇ ਸਹਿਜ ਪਾਠ ਕਰਨ ਵਾਲੀਆਂ ਹੁਣ ਬਹੁਤਿਆਂ ਨੂੰ ਜਦੋਂ ਆਪਾਂ ਪੁੱਛਦੇ ਹਾਂ ਪੜ੍ਹੇ ਵੀ ਹੈ ਨੇ ਅਖਬਾਰ ਪੜ੍ਹਦੇ ਨੇ ਗੁਰਬਾਣੀ ਨਹੀਂ ਪੜ੍ਹਦੇ ਜੇ ਪੁੱਛੀ ਕਿਉਂ ਨਹੀਂ ਪੜ੍ਹਦੇ ਕਹਿੰਦੇ ਪੜ੍ਹਨੀ ਨਹੀਂ ਆਉਂਦੀ ਪੜ੍ਹਨੀ ਕਿਉਂ ਨਹੀਂ ਸਿੱਖੀ ਤੂੰ ਪੜ੍ਹਨੀ ਭਾਈ ਕਿਉਂ ਨਹੀਂ ਸਿੱਖੀ ਬਸ ਐਵੇਂ ਬਸ ਟਾਈਮ ਜਿਹਾ ਹੀ ਨਹੀਂ ਲੱਗਿਆ ਬਸ ਸਰ ਗਿਆ ਗੱਲ ਤੇ ਮਤਲਬ ਇਹੋ ਹੀ ਤੇ ਜਿਵੇਂ ਹੁਣ ਵੇਖੋ ਆਮ ਆਪਾਂ ਇੱਕ ਗੱਲ ਕਰਦੇ ਹਾਂ ਵੀ ਭਾਈ ਟਰੈਕਟਰ ਚਲਾਉਣੇ ਕਿਵੇਂ ਸਿੱਖ ਗਏ ਕਿਤੇ ਸਿੱਖਣਗੇ ਇਸ ਵੀ ਲੁਧਿਆਣੇ ਟਰੈਕਟਰ ਸਿੱਖਣ ਜਾਂਦਾ ਮੁੰਡਾ ਟਰੈਕਟਰ ਸਿੱਖਣ ਜਾਵੇ ਮੋਟਰਸਾਈਕਲ ਸਿੱਖਣ ਜਾਵੇ ਜਦੋਂ ਬੰਦੇ ਨੂੰ ਲੋੜ ਪੈਂਦੀ ਹੈ ਨਾ ਪਹਿਲਾਂ ਟਰੈਕਟਰ ਨਹੀਂ ਸੀ ਹੁੰਦੇ ਹਲਾਂ ਨਾਲ ਲੋਕੀ ਆ ਬਲਦਾਂ ਨਾਲ ਵਾਹੁੰਦੇ ਸੀ ਤੇ ਜਦੋਂ ਟਰੈਕਟਰ ਆ ਗਏ ਟਰੈਕਟਰ ਸਾਡੇ ਘਰਾਂ 'ਚ ਖੜ ਗਏ ਆਪਾਂ ਉੱਤੇ ਟਰੈਕਟਰ ਤੇ ਚੜ੍ਹੇ ਤੇ ਚਲਾਉਣੇ ਵੀ ਆ ਗਏ ਹੌਲੀ 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 ਆਪੇ ਹੀ ਸਿੱਖ ਗਏ ਸਾਰੇ ਹੀ ਆਪਾਂ ਇੱਦਾਂ ਹੀ ਸਿੱਖ ਗਏ ਟਰੈਕਟਰ ਵੀ ਸਿੱਖ ਗਏ ਗੱਡੀਆਂ ਵੀ ਲਾਇਸੈਂਸ ਲੈ ਆਪੇ ਹੀ ਸਿੱਖ ਸੁੱਕ ਗਏ ਗੱਡੀਆਂ ਵੀ ਸਿੱਖ ਜਾਂਦੇ ਨੇ ਮੋਟਰਸਾਈਕਲ ਵੀ ਬੱਚੇ ਇੱਦਾਂ ਹੀ ਸਿੱਖ ਜਾਂਦੇ ਨੇ ਤੇ ਜੇ ਹੁਣ ਆਪਾਂ ਪੁੱਛੀਏ ਵੀ ਤੂੰ ਟਰੈਕਟਰ ਚਲਾਉਣਾ ਕਿਵੇਂ ਸਿੱਖ ਲਿਆ ਅੱਗੋਂ ਪਤਾ ਕੀ ਕਹਿਣਗੇ ਹੁਣ ਬਾਬਾ ਜੀ ਸਿੱਖਣਾ ਹੀ ਨਹੀਂ ਸਰਦਾ ਹੀ ਨਹੀਂ ਫਿਰ ਹੁਣ ਬੰਦਾ ਕਰੇ ਕਿ ਜਦੋਂ ਸਰਦਾ ਹੀ ਨਹੀਂ ਵਾਹੀ ਕਰਨੀ ਹੈ ਖੇਤੀ ਕਰਨੀ ਹੈ ਤੇ ਸਾਡਾ ਟਰੈਕਟਰ ਸਿੱਖੇ ਬਿਨਾਂ ਸਰਦਾ ਹੀ ਨਹੀਂ ਸਾਡਾ ਟਰੈਕਟਰ ਸਿੱਖੇ ਬਿਨਾਂ ਨਹੀਂ ਸਰਦਾ ਸਾਡਾ ਗੱਡੀ ਸਿੱਖੇ ਬਿਨਾਂ ਨਹੀਂ ਸਰਦਾ ਸਾਡਾ ਮੋਟਰਸਾਈਕਲ ਚਲਾਏ ਬਿਨਾਂ ਨਹੀਂ ਸਰਦਾ ਫਿਰ ਅੱਗੋਂ ਆਪਾਂ ਪੁੱਛਦੇ ਹਾਂ ਫਿਰ ਤੂੰ ਗੁਰੂ ਗ੍ਰੰਥ ਸਾਹਿਬ ਕਿਉਂ ਨਹੀਂ ਸਿੱਖਿਆ ਤੇ ਇਹਦਾ ਫਿਰ ਸਿੱਧਾ ਅਰਥ ਕੀ ਹੋਇਆ ਸਪਸ਼ਟ ਅਰਥ ਇਹਦਾ ਕੀ ਹੋਇਆ ਵੀ ਸਾਡਾ ਗੁਰੂ ਬਿਨਾਂ ਸਰਦਾ ਚੱਲ ਸਰ ਗਿਆ ਸਾਰੀ ਜ਼ਿੰਦਗੀ ਲੰਘਦੇ ਗਈ ਹੁਣ ਹੋਰ ਕੀ ਹੈ ਵੀ ਲੰਘਦੇ ਗਈ ਵਧੀਆ ਘਰ ਬਣਾ ਲਿਆ ਬੱਚੇ ਪੜ੍ਹਾ ਦਿੱਤੇ ਕੰਮ ਸੈੱਟ ਹੋ ਗਿਆ ਹੁਣ ਹੋਰ ਦੱਸੋ ਕੀ ਹੋਣਾ ਸਰਦਾ ਤੇ ਹੈ ਚੰਗਾ ਭਲਾ ਹੋਰ ਕੀ ਤੇ ਜਿਹੜੇ ਬੰਦੇ ਦਾ ਗੁਰੂ ਬਿਨਾਂ ਸਰਦਾ ਹੈ ਜਿਹੜਾ ਬੰਦਾ ਐਂ ਕਹਿੰਦਾ ਵੀ ਚੱਲ ਮੇਰਾ ਗੁਰੂ ਬਿਨਾਂ ਸਰ ਜੂ ਫਿਰ ਉਹਦਾ ਭਲਾ ਕਿੱਥੇ ਹੈ ਕੋਸ਼ਿਸ਼ ਵੀ ਨਹੀਂ ਕੀਤੀ ਤੇ ਸਾਨੂੰ ਇਹ ਚਾਹ ਪੈਦਾ ਕਰਨ ਵਾਸਤੇ ਆ ਸਮਾਗਮ ਕਰਦੇ ਆ ਵੇਖੋ ਇਹਨਾਂ ਨੇ ਟੈਂਟ ਲਾਇਆ ਸਾਊਂਡ ਲਾਇਆ ਫਿਰ ਵਿਛਾਈ ਕਰਾਈ ਇਸ਼ਤਿਹਾਰ ਲਾਏ ਮੇਰੇ ਕੋਲ ਕਿੰਨੇ ਵਾਰੀ ਗਏ ਹੋਣਗੇ ਇਹ ਤਾਂ ਪ੍ਰੋਗਰਾਮ ਹੋ ਰਿਹਾ ਹੈ ਵੀ ਸਾਡੇ ਦਿਮਾਗ 'ਚ ਬਹਿ ਜੇ ਵੀ ਸਾਡਾ ਗੁਰੂ ਬਿਨਾਂ ਨਹੀਂ ਸਰਦਾ ਤੇ ਜਦੋਂ ਨਹੀਂ ਸਰਦਾ ਦਿਮਾਗ 'ਚ ਬਹਿ ਜੂ ਫਿਰ ਅਸੀਂ ਪੜ੍ਹਨ ਵੀ ਲੱਗਾਂਗੇ ਫਿਰ ਕੋਸ਼ਿਸ਼ ਕਰਾਂਗੇ ਫਿਰ ਸਮਝਣ ਲੱਗਾਂਗੇ ਇਹ ਤਾਂ ਸਮਾਗਮ ਹੋ ਰਿਹਾ ਵੀ ਸਾਡੇ ਦਿਮਾਗ 'ਚ ਬਹਿ ਜੇ ਚਲੋ ਜੇ ਪੁਰਾਣੇ ਕਈ ਕਹਿੰਦੇ ਸਾਡਾ ਸਰਦਾ ਨਵੇਂ ਬੱਚੇ ਹੀ ਕਹਿ ਦੇਣ ਵੀ ਚੱਲ ਅਸੀਂ ਚਲੋ ਲੱਗਾਂਗੇ ਆਪਾਂ ਕੋਸ਼ਿਸ਼ ਕਰਾਂਗੇ ਹੌਲੀ ਹੌਲੀ ਆਪਾਂ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਸਾਡੇ ਸਤਿਗੁਰੂ ਦੀ ਬਾਣੀ ਪੜ੍ਹ ਕੇ ਸਤਿਗੁਰਾਂ ਤੋਂ ਜਿਉਣ ਦਾ ਚੱਜ ਸਿੱਖਣਾ ਸੀ ਗੁਰਬਾਣੀ ਪੜ੍ਹਦਾ ਫਿਰ ਵਕੀਲ ਬਣਦਾ ਤੇ ਅਸੀਂ ਕਹਿੰਦੇ ਗੁਰਸਿੱਖ ਵਕੀਲ ਗੁਰਮੁਖ ਵਕੀਲ ਗੁਰਮੁਖ ਵਕੀਲ ਫਿਰ ਆਪਾਂ ਕਹਿੰਦੇ ਗੁਰਸਿੱਖ ਡਾਕਟਰ ਫਿਰ ਆਪਾਂ ਕਹਿੰਦੇ ਗੁਰਸਿੱਖ ਪੁਲਿਸ ਆਫਿਸਰ ਫਿਰ ਆਪਾਂ ਕਹਿੰਦੇ ਗੁਰਸਿੱਖ ਜੱਜ ਪਹਿਲਾਂ ਗੁਰਸਿੱਖ ਫਿਰ ਜੱਜ ਪਹਿਲਾਂ ਗੁਰਸਿੱਖ ਫਿਰ ਡਾਕਟਰ ਜਿਹੜਾ ਪਹਿਲਾਂ ਗੁਰਸਿੱਖ ਤੇ ਫਿਰ ਡਾਕਟਰ ਹੋਏਗਾ ਉਹ ਕਿਸੇ ਮਰੀਜ਼ ਨਾਲ ਧੱਕਾ ਨਹੀਂ ਕਰ ਸਕਦਾ ਉਹ ਵੱਧ ਫੀਸਾਂ ਨਹੀਂ ਲਏਗਾ ਫਿਰ ਬਣਦੀ ਲਏਗਾ ਜੇ ਪਹਿਲਾਂ ਗੁਰਸਿੱਖ ਫਿਰ ਜੱਜ ਹੋਏਗਾ ਫਿਰ ਗਲਤ ਫੈਸਲੇ ਨਹੀਂ ਹੋਣਗੇ ਪਹਿਲਾਂ ਗੁਰਸਿੱਖ ਫਿਰ ਵਕੀਲ ਹੋਏਗਾ ਫਿਰ ਕਿਸੇ ਦਾ ਕੇਸ ਦੂਜੇ ਤੇ ਨਹੀਂ ਪਾਏਗਾ ਪਹਿਲਾਂ ਗੁਰਸਿੱਖ ਹੈ ਜਿਹੜਾ ਬਾਅਦ ਵਿੱਚ ਤੇ ਗੱਲ ਸਾਡੇ ਤੇ ਵੀ ਲਾਗੂ ਹੁੰਦੀ ਹੈ ਗੁਰਸਿੱਖ ਫਿਰ ਪ੍ਰਚਾਰਕ ਜੇ ਇਕੱਲਾ ਪ੍ਰਚਾਰਕ ਹੈ ਤੇ ਮਾਫ ਕਰਨਾ ਪ੍ਰਚਾਰਕ ਬਹੁਤ ਆ ਬਣੇ ਗਿਣਤੀ ਨਹੀਂ ਹਜ਼ਾਰਾਂ ਪ੍ਰਚਾਰਕ ਬਣਦੇ ਨੇ ਪਰ ਗੁਰਸਿੱਖ ਹੋਵੇ ਗੁਰਸਿੱਖ ਪ੍ਰਚਾਰਕ ਹੋਵੇ
ਗੁਰੂ ਦਾ ਸਿੱਖ ਹੋਵੇ ਪਹਿਲਾਂ ਆਪ ਸਿੱਖ ਬਣੇ ਫਿਰ ਅੱਗੇ ਗੱਲ ਬਣਦੀ ਹੈ ਕੋਸ਼ਿਸ਼ ਕਰੀਏ ਯਤਨ ਕਰੀਏ ਇਸ ਕਰਕੇ ਬੇਨਤੀ ਇਹ ਹੈ ਕਿ ਸਾਡਾ ਗੁਰੂ ਬਿਨਾਂ ਨਹੀਂ ਸਰਦਾ ਸਾਡੇ ਦਿਮਾਗ 'ਚ ਇਹ ਗੱਲ ਕਿਵੇਂ ਬੈਠੇ ਤੇ ਜਦੋਂ ਟਰੈਕਟਰ ਤੇ ਨਿਆਣਿਆਂ ਨੂੰ ਵਾ ਦਿਓਗੇ ਤੁਸੀਂ ਅੱਜ ਜਦੋਂ ਤੁਹਾਡਾ 12-15 ਸਾਲ ਦਾ ਬੱਚਾ ਟਰੈਕਟਰ ਤੇ ਬਹਿੰਦਾ ਹੈ ਤੁਸੀਂ ਮਾੜਾ ਜਿਹਾ ਹੌਲੀ 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 ਕਰਕੇ ਉਹ 2-4 ਮਹੀਨਿਆਂ ਵਿੱਚ ਉਡਾਈ ਫਿਰਦਾ ਹੈ ਅੱਜ ਕੱਲ੍ਹ ਦੇ 12-12 ਸਾਲਾਂ ਦੇ ਨਿਆਣੇ ਟਰੈਕਟਰ ਚਲਾਉਂਦੇ ਨੇ ਕਿਉਂ ਬਾਤਾਂ ਤੁਸੀਂ ਬਹਿ ਜਾ ਚੱਲ ਕੋਈ ਨਹੀਂ ਤੁਸੀਂ ਥੋੜੀ ਜਿਹੀ ਛੂਟ ਦੇ ਦਿੱਤੀ ਬਹਿ ਗਿਆ ਚਲਾਉਣਾ ਵੀ ਸਿੱਖ ਗਿਆ ਏਦਾਂ ਮੈਂ ਤੁਹਾਨੂੰ ਬੇਨਤੀ ਕਰਾਂਗਾ ਗੁਰਬਾਣੀ ਤੋਂ ਡਰੋ ਨਾ ਥੋੜਾ ਜਿਹਾ ਨੇੜੇ ਆਓ ਸਾਡੇ ਅੰਦਰ ਡਰ ਬਹੁਤ ਪਾਇਆ ਹੋਇਆ ਹੈ ਸਾਡੇ ਅੰਦਰ ਡਰ ਬਹੁਤਾ ਪਾਇਆ ਹੋਇਆ ਹੈ ਉਹ ਪਾਇਆ ਬਹੁਤਾ ਮੇਰੇ ਵਰਗਿਆਂ ਨੇ ਹੈ ਵੀ ਇਹ ਆਪ ਨਾ ਸਿੱਧਾ ਕਿਤੇ ਰਮਾਲਾ ਚੁੱਕ ਕੇ ਵੇਖ ਲਵੇ ਪਹਿਲਾਂ ਮੇਰੇ ਕੋਲ ਆਵੇ ਮੈਨੂੰ ਪੁੱਛੇ ਫਿਰ ਮੈਂ ਰਮਾਲਾ ਚੁੱਕ ਕੇ ਇਹਨੂੰ ਦੱਸਾਂ ਤੇ ਮੈਂ ਫਿਰ ਜਿਹੜਾ ਵੀ ਦੱਸਣਾ ਉਹ ਮੇਰੀ ਮਰਜ਼ੀ ਦਾ ਹੀ ਦੱਸਾਂਗਾ ਇਹਨੂੰ ਕੀ ਪਤਾ ਲੱਗਣਾ ਇਹਨੇ ਆਪ ਕਿਹੜਾ ਵੇਖਿਆ ਬਹੁਤਾ ਡਰ ਇੱਦਾਂ ਪਾਇਆ ਹੋਇਆ ਵੀ ਜਦੋਂ ਤੁਸੀਂ ਮੈਨੂੰ ਪੁੱਛਣਾ ਹੈ ਫਿਰ ਗਾਹ ਮੈਂ ਵੇਖਣਾ ਹੈ ਫਿਰ ਮੈਂ ਆਪਣੀ ਮਰਜ਼ੀ ਦਾ ਹੀ ਦੱਸੂ ਤੂੰ ਇਹਨੂੰ ਤੇ ਪਤਾ ਹੀ ਨਹੀਂ ਤੂੰ ਤੇ ਵੇਖਣਾ ਹੀ ਨਹੀਂ ਚੁੱਕ ਕੇ ਵੀ ਕੀ ਹੈ ਕੀ ਨਹੀਂ ਡਰ ਪਾਇਆ ਹੋਇਆ ਤੇ ਹੌਲੀ ਹੌਲੀ ਇਹ ਜਿਹੜਾ ਡਰ ਹੈ ਸਤਿਕਾਰ ਰੱਖਣਾ ਹੈ ਗੁਰੂ ਤੋਂ ਡਰਨਾ ਨਹੀਂ ਸਤਿਕਾਰ ਰੱਖਣਾ ਸਤਿਕਾਰ ਹੋਰ ਚੀਜ਼ ਹੈ ਡਰ ਹੋਰ ਚੀਜ਼ ਹੈ ਇਹਨੂੰ ਨਿਰਮਲ ਭਾਉ ਕਹਿੰਦੇ ਇੱਕ ਤੇ ਹੋ ਗਿਆ ਭਾਉ ਡਰ ਇੱਕ ਹੁੰਦਾ ਨਿਰਮਲ ਭਾਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਇਹਨੂੰ ਕਹਿੰਦੇ ਨੇ ਨਿਰਮਲ ਭਾਉ ਨਿਰਮਲ ਭਾਉ ਕਿਵੇਂ ਹੁੰਦਾ ਜੀ ਇੱਕ ਤੇ ਹੁੰਦਾ ਦੁਸ਼ਮਣ ਦਾ ਡਰ ਇੱਕ ਤੇ ਦੁਸ਼ਮਣ ਦਾ ਡਰ ਹੈ ਵੀ ਉਹਦੀ ਸਾਡੇ ਨਾਲ ਬਣਦੀ ਨਹੀਂ ਇੱਕ ਤੇ ਉਹਦਾ ਡਰ ਹੈ ਤੇ ਇੱਕ ਪਿਓ ਆਪਣੇ ਦਾ ਡਰ ਹੁੰਦਾ ਹੈ ਪਰ ਜਿਹੜਾ ਪਿਓ ਦਾ ਡਰ ਹੈ ਵੀ ਝਿੜਕਾਂ ਦੇਗਾ ਉਹ ਬੜਾ ਪਿਆਰਾ ਜਿਹਾ ਡਰ ਹੁੰਦਾ ਡਰ ਵੀ ਹੁੰਦਾ ਹੈ ਪਰ ਦੁਸ਼ਮਣ ਵਾਲਾ ਡਰ ਨਹੀਂ ਹੁੰਦਾ ਮਾਂ ਤੋਂ ਨਿਆਣਿਆਂ ਨੂੰ ਡਰ ਤੇ ਲੱਗਦਾ ਹੀ ਹੈ ਪਰ ਦੁਸ਼ਮਣਾਂ ਵਾਲਾ ਡਰ ਥੋੜਾ ਉਹ ਬੜਾ ਪਿਆਰਾ ਜਿਹਾ ਡਰ ਹੈ ਸਤਿਕਾਰ ਵਾਲਾ ਡਰ ਹੈ ਅਸੀਂ ਕਿਉਂ ਡਰਦੇ ਹਾਂ ਮਾਂ ਤੋਂ ਕਿਉਂਕਿ ਮਾਂ ਦਾ ਸਤਿਕਾਰ ਕਰਦੇ ਹਾਂ ਪਿਓ ਤੋਂ ਕਿਉਂ ਡਰਦੇ ਹਾਂ ਸਤਿਕਾਰ ਕਰਦੇ ਹਾਂ ਗੁਰੂ ਤੋਂ ਸਾਡਾ ਡਰ ਇਦਾਂ ਦਾ ਚਾਹੀਦਾ ਸਤਿਕਾਰ ਵਾਲਾ ਸਤਿਕਾਰ ਕਰਨਾ ਹੈ ਪਰ ਡਰਨਾ ਤੇ ਇੱਕ ਗੱਲ ਹੋਰ ਸੁਣੋ ਜਿਹੜਾ ਬੰਦਾ ਜਿਹਦੇ ਤੋਂ ਡਰੇਗਾ ਉਹ ਫਿਰ ਉਹਦੇ ਤੋਂ ਖਿਹੜਾ ਛਡਾਉਣਾ ਚਾਹੁੰਦਾ ਵੀ ਕਦੋਂ ਮੇਰੇ ਇਹਦੇ ਤੋਂ ਖਿਹੜਾ ਛੱਡੇ ਜਦੋਂ ਅਸੀਂ ਗੁਰੂ ਤੋਂ ਡਰਾਵਾਂਗੇ ਲੋਕਾਂ ਨੂੰ ਤੇ ਖਿਹੜਾ ਛਡਾਉਣਗੇ ਧਰਮ ਨਾਲ ਪਿਆਰ ਪਾਉਣਾ ਪਏਗਾ ਡਰਾਉਣਾ ਨਹੀਂ ਧਰਮ ਨਾਲ ਪਿਆਰ ਪਵੇ ਸਾਡਾ ਡਰਾਵਾਂਗੇ ਜਦੋਂ ਤੇ ਲੋਕ ਦੂਰ ਜਾਣਗੇ ਹੋਰ ਦੂਰ ਚਲੇ ਜਾਣਗੇ ਡਰਾਉਣਾ ਨਹੀਂ ਪਿਆਰ ਪਾਉਣਾ ਹੈ ਅੰਦਰ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਪੈਦਾ ਹੋਵੇ ਅਸੀਂ ਨੇੜੇ ਲੱਗੀਏ ਤੇ ਜਿਹੜੇ ਬਹੁਤ ਸਾਰੇ ਸੱਜਣ ਵੇਖੇ ਆ ਵਿਦੇਸ਼ਾਂ ਵਿੱਚ ਅੰਮ੍ਰਿਤਧਾਰੀ ਮਾਤਾ ਪਿਤਾ ਸਹਿਜ ਪਾਠ ਕਰਦੇ ਆ ਉਹ ਬੱਚੇ ਨੂੰ ਪੋਥੀ ਫੜਾਉਂਦੇ ਲੈ ਬਈ ਪੜ੍ਹ ਜਪਜੀ ਸਾਹਿਬ ਫਿਰ ਉਹ ਜਦੋਂ ਪੜ੍ਹਨਾ ਸਿੱਖ ਲੈਂਦਾ ਪੋਥੀ ਸਾਹਿਬ ਤੋਂ ਕਰਦਾ ਕਰਦਾ ਫਿਰ ਕਹਿੰਦੇ ਪੰਜ ਗ੍ਰੰਥੀ ਫਿਰ ਜਿੱਦਣ ਪੰਜ ਗ੍ਰੰਥੀ ਤੋਂ ਪਾਠ ਕਰ ਲਿਆ ਉਹਨੇ ਉਦਣ ਹੀ ਫਿਰ ਉਹਨੂੰ ਕਹਿਣਗੇ ਆ ਜਾ ਫਿਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈ ਤੇ ਇੰਗਲੈਂਡ ਵਿੱਚ ਇੱਕ ਬੱਚੀ 8 ਸਾਲ ਦੀ ਹੈ 8 ਸਾਲ ਦੀ ਅਜੇ ਹੁਣ ਹੋਈ ਹੈ ਤੇ ਸਵੇਰੇ ਤੇ ਸ਼ਾਮ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਦੀ ਹੈ ਸੁੱਖ ਹਾਸਲ ਵੀ ਕਰਦੀ ਹੈ ਤੇ ਘੱਟ ਤੋਂ ਘੱਟ ਵੀ ਉਸ ਬੱਚੀ ਦੇ 50 ਬਾਣੀਆਂ ਕੰਠ ਹੋਣਗੀਆਂ 8 ਸਾਲ ਦੀ ਬੱਚੀ ਹੈ ਬੱਚੀ 8 ਸਾਲ ਦੀ ਹੈ ਤੇ ਮੈਟ੍ਰਿਕ ਦੇ ਪੇਪਰ ਦਿੱਤੇ ਨੇ ਉਹਨੇ ਮੈਟ੍ਰਿਕ ਦੇ ਐਗਜ਼ਾਮ ਦਿੱਤੇ ਨੇ ਨੈੱਟ ਦੇ ਉੱਤੇ ਇੰਟਰਵਿਊ ਵੀ ਹੈ ਮੈਂ ਉਹਨਾਂ ਦੇ ਘਰ ਵੀ ਕਈ ਵਾਰ ਗਿਆ ਸਾਡੇ ਉੱਥੇ ਸਥਾਨ ਤੇ ਵੀ ਆਪਾਂ ਉਸ ਬੱਚੀ ਦਾ ਛੋਟੀ ਜਿਹੀ ਬੱਚੀ ਦਾ ਸਤਿਕਾਰ ਕੀਤਾ ਹੈ 25 ਸਾਲ ਬਾਅਦ ਹੋਈ 25 ਸਾਲ ਬਾਅਦ ਪਰਮਾਤਮਾ ਨੇ ਬੱਚੀ ਦੀ ਦਾਤ ਉਸ ਪਰਿਵਾਰ ਨੂੰ ਦਿੱਤੀ ਗੁਰਸਿੱਖ ਬੀਬੀ ਜਿਹਦੇ ਘਰ ਉਹ ਬੱਚੀ ਆਈ ਤੇ ਕਮਾਲ ਦੀ ਗੱਲ ਇਹ ਹੈ ਕਿ ਉਹ ਹੁਣ ਦੇਸ਼ਾਂ ਵਿਦੇਸ਼ਾਂ 'ਚ ਲੋਕ ਉਹਨੂੰ ਸੱਦਦੇ ਨੇ ਕਿਉਂ ਕਹਿੰਦੇ ਇਸ ਬੱਚੀ ਦਾ ਸਤਿਕਾਰ ਕਰਨਾ ਸਨਮਾਨ ਕਰਨਾ ਇੰਨੀਆਂ ਬਾਣੀਆਂ ਨਹੀਂ ਕੰਠ ਕਿਸੇ ਨੂੰ 8 ਸਾਲ ਦੀ ਬੱਚੀ ਹੋਵੇ ਤੇ ਇਮਤਿਹਾਨ ਦੇਵੇ ਮੈਟ੍ਰਿਕ ਦੇ 10ਵੀਂ ਦੇ ਇੰਨਾ ਦਿਮਾਗ ਤੇਜ਼ ਕੰਮ ਕਰਦਾ ਉਹਦਾ ਇੱਕ ਵਾਰੀ ਸ਼ਬਦ ਸੁਣ ਲਿਆ ਕੰਠ
ਸਾਜ ਸਿੱਖਦੀ ਹੈ, ਤੰਤੀ ਸਾਜ ਸਿੱਖਦੀ ਹੈ, ਵਾਇਲਨ ਤੇ ਕੀਰਤਨ ਕਰਦੀ ਹੈ। ਸੋ ਜਦੋਂ ਅਸੀਂ ਘਰਾਂ ਦੇ ਮਾਹੌਲ ਇਦਾਂ ਦੇ ਬਣਾਵਾਂਗੇ ਫਿਰ ਬੱਚੇ ਸੁਧਰਨਗੇ। ਤੇ ਜੇ ਘਰ ਦਾ ਮਾਹੌਲ ਇਦਾਂ ਦਾ ਹੀ ਰਹਿਣਾ ਹੈ ਵੀ ਹੁਣ ਜਿਵੇਂ ਆਪਾਂ ਇੱਥੇ ਬੈਠੇ ਅੱਜ ਸ਼ਾਮ ਦੀ ਪੈ ਗਈ, ਚਲੋ ਲਾ ਲਓ ਬਿਸਤਰਾ ਸਰਾਣਾ ਪਿਆ, ਰਿਮੋਟ ਚੱਲ ਰਿਹਾ ਤੇ ਜਿਉਂ ਲੱਗਣਾ ਹੈ 6 ਵਜੇ ਤੋਂ ਲੈ ਕੇ ਤੇ ਰਾਤ ਦੇ 12 ਵਜੇ ਤੱਕ ਟੀਵੀ ਚੱਲੀ ਜਾਣਾ ਹੈ, ਉਦਾਂ ਦੀ ਵਾਈਬ੍ਰੇਸ਼ਨ ਹੋਏਗੀ, ਉਦਾਂ ਦਾ ਘਰ ਦਾ ਮਾਹੌਲ ਹੋਏਗਾ ਤੇ ਬਸ ਫਿਰ ਨਿਆਣਿਆਂ ਤੇ ਉਦਾਂ ਦਾ ਅਸਰ ਹੀ ਹੋਣਾ, ਬੱਚਿਆਂ ਤੇ ਅੱਗੇ ਉਦਾਂ ਦਾ ਹੀ ਅਸਰ ਹੋਏਗਾ। ਇੱਥੇ ਸਾਨੂੰ ਕਿਉਂ ਚੰਗਾ ਲੱਗਦਾ ਆ ਕੇ ਗੁਰਮੁਖੋ, ਪੀਣ ਵਾਲੇ ਵੀ ਇੱਥੇ ਟਿਕ ਕੇ ਬੈਠੇ ਨੇ, ਜਿਹੜੇ ਰੋਜ਼ ਪੀਂਦੇ ਨੇ ਇਦਾਂ ਦੇ ਬੰਦੇ ਵਿੱਚ ਬੈਠੇ ਹੋਣਗੇ, ਜਿਹੜੇ ਰੋਜ਼ ਪਊਆ ਪੀ ਕੇ ਹੀ ਸੌਂਦੇ ਨੇ ਬੈਠੇ ਹੋਣਗੇ ਵਿੱਚ, ਹੋ ਸਕਦਾ ਉਹਨਾਂ ਹੁਣ ਵੀ ਵੇਖਦੇ ਹੋਣਗੇ ਘੜੀ ਵੀ ਜਾਵਾਂਗੇ, ਚਲੋ 4-5 ਵੱਜਣ ਵਾਲੇ ਨੇ, ਠੰਡ ਹੈ ਵਿੱਚ ਦਿਮਾਗ 'ਚ ਚੱਲਦੀਆਂ ਨੇ ਗੱਲਾਂ, ਪਰ ਇੱਥੇ ਟਿਕ ਕੇ ਬੈਠਦੇ ਨੇ। ਕਹਿੰਦੇ ਟਾਈਮ ਦਾ ਸਾਨੂੰ ਪਤਾ ਹੀ ਨਹੀਂ ਲੱਗਿਆ, 2 ਘੰਟੇ ਲੰਘ ਗਏ, 3 ਘੰਟੇ ਲੰਘ ਗਏ, ਯਾਰ ਪਤਾ ਹੀ ਨਹੀਂ ਲੱਗਿਆ ਟਾਈਮ ਦਾ, ਕਿਉਂ ਬਈ ਇੱਥੇ ਮਾਹੌਲ ਇਦਾਂ ਦਾ, ਇੱਥੇ ਵਾਈਬ੍ਰੇਸ਼ਨ ਇਦਾਂ ਦੀਆਂ ਨੇ, ਇੱਥੇ ਤਰੰਗਾਂ ਇਦਾਂ ਦੀਆਂ ਨੇ। ਤੇ ਜੇ ਗੁਰਮੁਖੋ ਘਰ ਨੂੰ ਬਦਲਣਾ ਚਾਹੁੰਦੇ ਹੋ ਘਰ ਦਾ ਮਾਹੌਲ ਬਦਲੋ। ਭਾਈ ਰਘਵੀਰ ਸਿੰਘ ਵੀਰ ਸਨ ਜਿਹੜੇ ਸਪਿਰਚੁਅਲਿਟੀ ਵਾਸਤੇ ਸਭ ਤੋਂ ਵਧੀਆ ਸਾਹਿਤ ਉਹਨਾਂ ਦਾ, ਅਧਿਆਤਮ ਦੀ ਗੱਲ ਉਹਨਾਂ ਨੇ ਬਹੁਤ ਕੀਤੀ ਹੈ ਭਾਈ ਰਘਵੀਰ ਸਿੰਘ ਵੀਰ ਨੇ। ਜਿਵੇਂ ਭਾਈ ਵੀਰ ਸਿੰਘ ਨੂੰ ਪੜ੍ਹਦੇ ਹਾਂ ਆਪਾਂ, ਭਾਈ ਰਘਵੀਰ ਸਿੰਘ ਹੋਣਾ ਨੇ ਵੀ ਇਦਾਂ ਦਾ ਬਹੁਤ, ਉਹਨਾਂ ਨੇ ਇਹ ਗੱਲ ਲਿਖੀ ਹੈ ਵੀ ਤੁਹਾਡੇ ਘਰ ਦੇ ਵਿੱਚ ਘੱਟ ਤੋਂ ਘੱਟ ਇੱਕ ਕਮਰਾ ਜ਼ਰੂਰ ਇਦਾਂ ਦਾ ਹੋਣਾ ਚਾਹੀਦਾ ਜਿੱਥੇ ਬੈਠ ਕੇ ਸਾਰਾ ਟੱਬਰ ਪਾਠ ਕਰੇ। ਤੇ ਉਹ ਆਪ ਕਹਿੰਦੇ ਨੇ ਮੈਂ ਆਪਣੇ ਘਰ ਵਿੱਚ ਜਦੋਂ ਪੂਜਾ ਰੂਮ ਜਿਹਨੂੰ ਕਹਿ ਦਿੰਦੇ ਨੇ ਲੋਕ ਆਪਣੇ ਆਪ, ਜਿੱਦਾਂ ਭਾਸ਼ਾ 'ਚ ਨਾ ਪੂਜਾ ਰੂਮ, ਸਾਡੇ ਵਿੱਚ ਕੀ ਹੈ ਪੂਜਾ ਕੀ ਹੈ, ਨਾਮ ਧਿਆਈ ਹੈ, ਬਿਨ ਨਾਮ ਹੈ ਪੂਜ ਨਾ ਹੋਏ, ਸਾਡੇ ਧਰਮ ਦੇ ਵਿੱਚ ਇਹੋ ਹੀ ਹੈ ਵੀ ਪੂਜਾ ਕਰਨੀ ਹੈ, ਪਰਮਾਤਮਾ ਦਾ ਨਾਮ ਜਪਣਾ, ਨਾਮ ਧਿਆਉਣਾ, ਪਰਮਾਤਮਾ ਨੂੰ ਯਾਦ ਰੱਖਣਾ, ਇਹੀ ਪੂਜਾ ਹੈ। ਤੇ ਆਪਣੇ ਆਪ ਬਣਾ ਪੂਜਾ ਰੂਮ ਕਹਿ ਦਿੰਦੇ ਆਪਾਂ। ਤੇ ਜਿਵੇਂ ਨਕਸ਼ੇ ਵਾਲਾ ਆਉਂਦਾ ਉਹ ਪੁੱਛਦਾ ਕਿ ਆਹ 2 ਬੈੱਡਰੂਮ ਬਣ ਗਏ, ਆਹ ਚਬਾਰਾ ਬਣ ਗਿਆ, ਆਹ ਇਦਾਂ ਬਣ ਗਿਆ, ਆਹ ਪੌੜੀ ਦੇ ਥੱਲੇ ਕੂੰਜਾ ਜਿਹਾ ਬਚ ਗਿਆ, ਇਹਦਾ ਕੀ ਕਰੀਏ? ਕਹਿਣਗੇ ਇਹ ਪੂਜਾ ਰੂਮ ਬਣਾਵਾਂਗੇ ਇੱਥੇ, ਇਹ ਠੀਕ ਹੈ, ਖੂੰਜਾ ਜਿਹਾ ਬਚ ਗਿਆ ਕਿਸੇ ਹਿਸਾਬ 'ਚ ਨਹੀਂ ਆਉਂਦਾ, ਇਹ ਠੀਕ ਹੈ ਇੱਥੇ ਪੂਜਾ ਰੂਮ ਬਣਾਵਾਂਗੇ। ਤੇ ਉਹ ਕਹਿੰਦੇ ਹੁੰਦੇ ਸੀ ਕਿ ਜਦੋਂ ਮੈਂ ਆਪਣੇ ਪੂਜਾ ਰੂਮ ਵਿੱਚ ਦਾਖਲ ਹੁੰਦਾ ਮੈਨੂੰ ਇਦਾਂ ਲੱਗਦਾ ਹੈ ਮੈਂ ਜਿਵੇਂ ਕਿਸੇ ਤੀਰਥ ਤੇ ਆ ਗਿਆ, ਮੈਨੂੰ ਪੂਜਾ ਰੂਮ ਵਿੱਚ ਜਾ ਕੇ ਇਦਾਂ ਲੱਗਦਾ ਹੈ ਪਾਠ ਕਰਨ ਵਾਲੇ ਕਮਰੇ ਵਿੱਚ ਜਿਵੇਂ ਮੈਂ ਕਿਸੇ ਤੀਰਥ ਤੇ ਆ ਗਿਆ। ਕਿਉਂ ਭਲਾ? ਉੱਥੇ ਬਹਿ ਕੇ ਨਾਮ ਜਪਦਾ ਹੈ, ਭਜਨ ਕਰਦਾ ਹੈ, ਉਸ ਕਮਰੇ ਦਾ ਮਾਹੌਲ ਇਦਾਂ ਦਾ। ਦਰਬਾਰ ਸਾਹਿਬ ਅੰਮ੍ਰਿਤਸਰ ਆਪਾਂ ਜਾਂਦੇ ਹਾਂ ਸਭ ਕੁਝ ਭੁੱਲ ਜਾਂਦਾ, ਜਦੋਂ ਆਪਾਂ ਅੰਦਰ ਜਦੋਂ ਅੰਦਰ ਵੜੇ ਸਭ ਕੁਝ ਹੀ ਭੁੱਲ ਜਾਂਦਾ, ਡਿਲੀਟ ਹੀ ਵੱਜ ਜਾਂਦਾ, ਉਹ ਮਾਹੌਲ ਇਦਾਂ ਦਾ। ਸੋ ਮਾਹੌਲ ਇਦਾਂ ਦਾ ਬਣਾਓ, ਬਣਾਉਣਾ ਪੈਣਾ ਹੈ, ਇਹ ਅੱਜ ਸਮੇਂ ਦੀ ਲੋੜ ਹੈ। ਜੇ ਆਪਣਿਆਂ ਬੱਚਿਆਂ ਨੂੰ, ਆਪਣਿਆਂ ਨਿਆਣਿਆਂ ਨੂੰ, ਅਗਲੀ ਜਨਰੇਸ਼ਨ ਨੂੰ ਬਦਲਣਾ ਚਾਹੁੰਦੇ ਹਾਂ, ਸੁਧਾਰਨਾ ਚਾਹੁੰਦੇ ਹਾਂ, ਤੇ ਸਾਨੂੰ ਮਾਹੌਲ ਬਣਾਉਣਾ ਪਏਗਾ। ਆਪਣੀ ਵੀ ਆਦਤਾਂ ਬਦਲਣੀਆਂ ਪੈਣਗੀਆਂ, ਜਿਹੜੀਆਂ ਸਾਨੂੰ ਭੈੜੀਆਂ ਆਦਤਾਂ ਨੇ ਉਹ ਵੀ ਸਾਨੂੰ ਬਦਲਣੀਆਂ ਪੈਣਗੀਆਂ। ਜੇ ਬੱਚੇ ਨੂੰ ਵਿਖਾਓਗੇ ਤਾਂ ਗੱਲ ਬਣੇਗੀ, ਸਿੱਖੀ ਸਮਝਾਓ ਘੱਟ, ਵਿਖਾਓ ਜ਼ਿਆਦਾ। ਮੈਂ ਮਾਤਾ ਪਿਤਾ ਨੂੰ ਕਹਿੰਦਾ ਸੁਣੋ, ਮਾਤਾ ਪਿਤਾ ਜਿੰਨੇ ਬੈਠੇ ਹੋ ਬੱਚਿਆਂ ਨੂੰ ਸੰਭਾਲ ਕੇ ਰੱਖਣਾ ਹੈ, ਤੇ ਬੱਚਿਆਂ ਨੂੰ ਸਿੱਖੀ ਸਮਝਾਓ ਘੱਟ, ਵਿਖਾਓ ਜ਼ਿਆਦਾ। ਇਹ ਫਿਲਮਾਂ ਜ਼ਿਆਦਾ ਵੇਖਦੇ ਨੇ, ਵੇਖਣ ਦਾ ਅਸਰ ਬਹੁਤਾ ਹੈ, ਕਾਰਟੂਨ ਬਹੁਤੇ ਵੇਖਦੇ ਨੇ, ਵੇਖਣ ਦਾ ਅਸਰ ਬਹੁਤਾ ਹੈ। ਜਦੋਂ ਤੁਸੀਂ ਸਿੱਖੀ ਵਿਖਾਓਗੇ ਉਹਦਾ ਅਸਰ ਹੋਏਗਾ, ਤੇ ਸਿੱਖੀ ਵਿਖਾਉਣ ਲਈ ਕੀ ਕਰਨਾ ਪੈਣਾ? ਤੁਹਾਨੂੰ ਸਿੱਖ ਵਰਗਾ ਬਣਨਾ ਪੈਣਾ। ਪਿਓ ਸਵੇਰੇ ਉੱਠੇ, ਇਸ਼ਨਾਨ ਕਰੇ, ਨਿਤਨੇਮ ਕਰੇ, ਤੇ ਜਿਵੇਂ ਤੁਸੀਂ ਅੱਜ ਸਵੇਰੇ ਉੱਠੋਗੇ, ਤੇ ਜੇ ਅੰਦਰ ਹੀ ਉਹ ਜਿਵੇਂ ਹੁਣ ਅੱਜ ਕੱਲ੍ਹ ਸਿਆਲ ਆ ਗਿਆ, ਕਈ ਬੀਬੀਆਂ
ਇਹ ਵਿਚਾਰੀਆਂ ਵੀ ਫਿਰ ਸੇਵਾ ਤੇ ਸੇਵਾ ਸਮਝ ਕੇ ਅੰਦਰ ਹੀ ਬੱਠਲ ਲੈ ਆਉਣਗੀਆਂ, ਅੰਦਰ ਹੀ ਗਰਮ ਪਾਣੀ ਦਾ ਜੱਗ ਲੈ ਪੱਪੂ ਦੇ ਪਾਪਾ ਤੂੰ ਮੂੰਹ ਵੀ ਇੱਥੇ ਧੋ ਲੈ, ਤੂੰ ਮੂੰਹ ਵੀ ਇੱਥੇ ਧੋ ਲੈ, ਉੱਥੇ ਹੀ ਮੂੰਹ ਧੋ ਲੈਂਦਾ, ਉੱਥੇ ਹੀ ਕੁਰਲੀ ਕਰ ਲੈਂਦਾ, ਉੱਥੇ ਹੀ ਚਾਹ ਆ ਜਾਂਦੀ ਹੈ, ਨਲਕੇ ਤੱਕ ਨਹੀਂ ਟੁੱਟੀਆਂ ਲੱਤਾਂ ਵਾਲਾ ਜਾ ਸਕਦਾ, ਉੱਥੇ ਹੀ ਅੰਦਰ ਹੀ ਅੰਦਰ ਹੀ ਬਸ। ਤੇ ਉਹ ਵੇਖ ਰਿਹਾ ਪਿਓ ਨਿਆਣਾ ਵੀ ਕੋਲ ਵੇਖਦਾ ਵੀ ਏਦਾਂ ਸੁਸਤ ਮੇਰਾ ਪਾਪਾ, ਪੜ੍ਹੇ ਲਿਖੇ ਪਾਪਾ ਜੀ ਕਹਿ ਦੇਣਗੇ ਮੇਰੇ ਪਾਪਾ ਜੀ, ਵੇਖ ਲੈਣਗੇ ਨਾ ਤੇ ਫਿਰ ਉਹ ਉਦਾਂ ਦੇ ਹੀ ਬਣਨਗੇ ਸੁਸਤ। ਤੇ ਜੇ ਤੈਨੂੰ ਹਿੰਮਤ ਕਰਨੀ ਪਏਗੀ, ਤੈਨੂੰ ਉੱਠਣਾ ਪੈਣਾ ਹੈ, ਇਸ਼ਨਾਨ ਕਰਨਾ ਪੈਣਾ ਹੈ, ਫਟਾਫਟ ਇਸ਼ਨਾਨ ਕਰਕੇ ਨਿਤਨੇਮ ਕਰ ਰਿਹਾ ਗੁਰੂ ਦਾ ਸਿੱਖ, ਉਹ ਮਾਰੀ ਰਜਾਈ ਪਰੇ ਸਿਰ ਦੀ ਪਾਠ ਕਰਦਾ ਹੈ, ਨਿਤਨੇਮ ਕਰਦਾ ਹੈ, ਫਿਰ ਸਿਮਰਨ ਕਰਦਾ ਬੈਠ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬੱਚਾ ਵੇਖ ਰਿਹਾ ਤਿਆਰ ਹੁੰਦਾ ਹੈ, ਸਕੂਲ ਜਾ ਰਿਹਾ, ਉਹ ਵੇਖ ਰਿਹਾ ਵੀ ਉਹ ਬੈਠਾ ਹੈ, ਜਿਹੜਾ ਉਹਨੂੰ ਆਪਣੇ ਪਿਓ ਚੋਂ ਹੀ ਬਾਬਾ ਦਿਸਦਾ ਹੈ ਉਹ ਫਿਰ ਬਾਹਰ ਕਿਸੇ ਬਾਬੇ ਮਗਰ ਨਹੀਂ ਲੱਗੇਗਾ, ਉਹਨੂੰ ਪਿਓ ਚੋਂ ਹੀ ਬਾਬਾ ਦਿਸਦਾ ਹੈ, ਉਹਨੂੰ ਦਾਦੇ ਚੋਂ ਹੀ ਬਾਬਾ ਦਿਸਦਾ ਹੈ, ਉਹਨੂੰ ਪਿਓ ਚੋਂ ਗੁਰਸਿੱਖ ਦਿਸਦਾ ਹੈ, ਉਹ ਪਿਓ ਤੋਂ ਆਸ਼ੀਰਵਾਦ ਲਏਗਾ ਫਿਰ ਬਾਪੂ ਜੀ ਚੱਲਿਆ ਗੁਰਦੁਆਰੇ, ਮੈਂ ਚੱਲਿਆ ਐਗਜ਼ਾਮ ਦੇਣ ਚੱਲਿਆ, ਮੇਰੇ ਇਮਤਿਹਾਨ ਨੇ, ਅਰਦਾਸ ਕਰ ਦਿਓ ਪਾਸ ਹੋ ਜਾ, ਥਾਪੜਾ ਦੇ ਦਿਓ। ਹੁਣ ਜਿਹਨੇ ਕੁਰਲੀ ਵੀ ਨਹੀਂ ਕੀਤੀ ਉਹ ਤੋਂ ਕੀ ਥਾਪੜਾ ਲਵੇ ਬੰਦਾ, ਜਿਹਨੂੰ ਪਤਾ ਹੀ ਨਹੀਂ, ਜਿਹੜਾ ਇੰਨਾ ਆਲਸੀ ਹੈ। ਤੇ ਮੈਂ ਤਾਂ ਬੇਨਤੀ ਕਰਦਾ ਆਲਸ ਛੱਡੋ, ਹਿੰਮਤੀ ਬਣੋ, ਤੇ ਵੇਖੋ ਇਹ ਜਾਚਾਂ ਸਿਖਾਈਆਂ ਜਾਂਦੀਆਂ ਨੇ ਪੂਰਨੇ ਪਾਉਣ ਵਾਸਤੇ। ਪੜ੍ਹੇ ਲਿਖੇ ਟੀਚਰ ਵੀ ਊੜਾ ਐੜਾ ਈੜੀ, ਤੇ ਜੇ ਨਿਆਣਾ ਜਾ ਕੇ ਆਖੇ ਤੇ ਅਨਪੜ੍ਹ ਮਾਸਟਰ ਹੈ ਤੇ ਆਪ ਊੜਾ ਐੜਾ ਬੋਲਦਾ, ਇਹਨੂੰ ਕੀ ਪਤਾ, ਉਹ ਤੈਨੂੰ ਪੜ੍ਹਾਉਣ ਲਈ ਬੋਲਦਾ, ਪਤਾ ਉਹਨੂੰ ਬਥੇਰਾ ਕੁਛ ਹੈ, ਉਹ ਤੈਨੂੰ ਸਮਝਾਉਣ ਲਈ ਏਦਾਂ ਊੜਾ ਐੜਾ ਬੋਲਦਾ ਹੈ, ਉਹਨੂੰ ਨਲਾਇਕ ਨਾ ਸਮਝੋ, ਬਥੇਰਾ ਪੜ੍ਹਿਆ ਹੈ, ਉਹ ਤੇਰੇ ਲੈਵਲ ਤੇ ਆ ਕੇ ਗੱਲ ਕਰਦਾ ਹੈ, ਤੇਰੇ ਥਾਂ ਤੇ ਆ ਕੇ ਗੱਲ ਕਰਦਾ ਹੈ, ਉਹ ਬੱਚਾ ਬਣ ਕੇ ਗੱਲ ਕਰਦਾ ਹੈ, ਬੱਚੇ ਨਾਲ ਮੈਂਟੈਲਿਟੀ ਦਾ ਪਤਾ ਹੈ ਉਹਨੂੰ, ਤੇਰੀ ਸੋਚ ਕਿੱਦਾਂ ਦੀ ਆ ਉਹਨੂੰ ਪਤਾ ਹੈ, ਉਹ ਤਾਂ ਬੱਚਾ ਬਣ ਕੇ ਤੇਰੇ ਨਾਲ ਗੱਲ ਕਰਦਾ, ਤੈਨੂੰ ਲੱਗਦਾ ਹੈ ਨਿਆਣਾ ਹੀ ਹੈ, ਨਿਆਣਾ ਨਹੀਂ ਹੈ, ਸਮਝਦਾਰ ਹੈ, ਉਹਨੂੰ ਸਭ ਪਤਾ ਹੁੰਦਾ ਹੈ। ਹੁਣ ਮੈਂ ਬੇਨਤੀ ਕਰਦਾ ਹਾਂ ਸਾਡੇ ਕਲਗੀਧਰ ਸੱਚੇ ਪਾਤਸ਼ਾਹ ਵਰਗੇ ਪੂਰਨੇ ਕੌਣ ਪਾਏਗਾ, ਅੱਜ 6 ਪੋਹ ਹੈ, ਕੱਲ 7 ਹੈ, 7 ਪੋਹ ਹੈ ਕੱਲ, ਅੱਜ 6 ਹੈ, ਅੱਜ ਵਾਲੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ, ਸਾਡੇ ਧਰਮ ਦੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ, ਗੱਜ ਕੇ ਆਖਿਓ ਧਰਮ ਦੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ, ਮਾਤਾ ਵਾਸੀ ਅਨੰਦਪੁਰ ਸਾਹਿਬ ਦੇ, ਜਨਮ ਕੇਸਗੜ੍ਹ ਸਾਹਿਬ ਦਾ, ਸਾਡੇ ਭਰਾ ਨੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਸੁਣੋ ਸੁਣੋ ਭਾਈ, ਸਾਡਾ ਭਰਾ ਸਾਡੇ ਭਰਾ ਨੇ। ਤੇ ਦੂਸਰੀ ਗੱਲ ਇਹ ਹੈ ਜਿਵੇਂ ਤੁਸੀਂ ਆਹ ਗੱਲ ਕਹੀ ਹੈ ਨਾ, ਜਦੋਂ ਮੈਂ ਪੁੱਛਿਆ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ, ਉਹ ਕਹਿ ਸਕਦੇ ਨੇ ਜਿਹੜੇ ਮੰਨਦੇ ਨੇ ਧਰਮ ਦਾ ਪਿਤਾ, ਅੰਮ੍ਰਿਤ ਛਕਿਆ ਖੰਡੇ ਦੀ ਪੌ ਲਈ, ਤੇ ਜਿਹੜੇ ਮੇਰੇ ਵੀਰਾਂ ਨੇ ਕਿਹਾ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਮੂੰਹ ਵਿੱਚ ਕੁਝ ਹੋਰ ਅੰਦਰ ਕੁਝ ਹੋਰ ਨਾ ਰੱਖਿਓ, ਸੱਚਮੁੱਚ ਮੰਨੋ ਜਿਨ੍ਹਾਂ ਨੇ ਤੁਸੀਂ ਕਿਹਾ ਸਾਡੇ ਧਰਮ ਦੇ ਪਿਤਾ ਗੁਰੂ, ਧਰਮ ਦੇ ਪਿਤਾ ਗੁਰੂ ਜਿਹੜੇ ਕਹਿੰਦੇ ਹੋ, ਜਿਹੜੇ ਮੰਨਦੇ ਹੋ ਉਹ ਠੀਕ ਹੈ, ਜਿਹੜੇ ਨਹੀਂ ਮੰਨਦੇ ਮੰਨੋ, ਜੇ ਅਸੀਂ ਸਾਡਾ ਮਨ ਨਹੀਂ ਮੰਨੇਗਾ ਤੇ ਫਿਰ ਅਸੀਂ ਕੌਣ ਆ ਜੀ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸਿਕੰਡੇ, ਕੱਚਿਆਂ ਚ ਨਹੀਂ ਸ਼ਾਮਿਲ ਹੋਣਾ, ਕੱਚੇ ਨਹੀਂ ਬਣੀਦਾ, ਨਾਲੇ ਦਿਖਾਵਾ ਕਰਦੇ ਕਿਹਦੇ ਸਾਹਮਣੇ, ਝੂਠ ਬੋਲਦੇ ਕਿਹਦੇ ਸਾਹਮਣੇ, ਗੁਰੂ ਦੀ ਹਜ਼ੂਰੀ ਚ ਆ ਕੇ ਮੱਥਾ ਟੇਕਦੇ, ਘੱਟ ਘੱਟ ਕੇ ਅੰਦਰ ਕੀ ਜਾਣ ਤੁਮਾਰਾ, ਤੁਹਾਨੂੰ ਸਭ ਪਤਾ ਹੈ, ਤੁਸੀਂ ਸਭ ਜਾਣਦੇ ਹੋ, ਫਿਰ ਇੱਦਾਂ ਨਾ ਕਹੋ, ਫਿਰ ਜੋ
ਕਹਿ ਰਹੇ ਹਾਂ ਉਹਨੂੰ ਆਪਾਂ ਆਪਣੇ ਮਨ ਵਿੱਚ ਵੀ ਲੈ ਜਾਈਏ। ਕੋਸ਼ਿਸ਼ ਕਰੋ ਕਿ ਸੱਚਮੁੱਚ ਸਾਡੇ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਬਣ ਜਾਣ। ਪਰਸੋਂ ਅੰਮ੍ਰਿਤ ਸੰਚਾਰ ਹੋਏਗਾ ਤੇ ਅੰਮ੍ਰਿਤ ਦਾ ਸੰਚਾਰ ਸਾਡੇ ਅੰਦਰ ਵੀ ਹੋਵੇ, ਸਾਡੇ ਮਨ ਤੇ ਹੋਵੇ। ਜਦੋਂ ਮਨ ਤੇ ਅੰਮ੍ਰਿਤ ਸੰਚਾਰ ਹੁੰਦਾ ਹੈ, ਫੀਲ ਕਰਦਾ ਮਨ ਤੇ ਜੀਭ ਕਹਿੰਦੀ, ਉਦੋਂ ਫਿਰ ਨਿਰਮਲ ਰਸਨਾ ਅੰਮ੍ਰਿਤ ਪੀਓ। ਬੋਲ ਕੇ ਪੜੋ ਪੰਗਤੀ, ਸੁਣਿਓ ਧਿਆਨ ਨਾਲ ਇਕਾਗਰਤਾ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਬਹੁਤੇ ਨੇ ਨਾ ਅੱਜ ਕੱਲ੍ਹ ਜਾਨ ਬਹੁਤ ਔਖੀ ਹੈ, ਔਲਾਦ ਤੋਂ ਤੰਗ ਆ ਜਾਨ ਬਹੁਤ ਔਖੀ ਹੈ, ਪੈਸੇ ਤੋਂ ਤੰਗ ਆ ਜਾਨ ਬਹੁਤ ਔਖੀ ਹੈ, ਭਾਈ ਦੁੱਧ ਤੋਂ ਬਾਹਲੇ ਤੰਗ ਆ ਜਾਨ ਬਹੁਤ ਔਖੀ ਹੈ, ਰਿਸ਼ਤੇਦਾਰਾਂ ਤੋਂ ਬਾਹਲੇ ਹੀ ਤੰਗ ਆ ਜਾਨ ਬਹੁਤ ਔਖੀ ਹੈ। ਗੁਰੂ ਜੀ ਕਹਿੰਦੇ ਆ ਸਦਾ ਲਈ ਆਪਣੀ ਜਾਨ ਨੂੰ ਸੌਖਿਆਂ ਕਰ ਲੈ, ਸਦਾ ਸੁਹੇਲਾ ਕਰ ਲੈ ਜੀਓ, ਜਾਨ ਆਪਣੀ ਸਦਾ ਲਈ ਸੌਖੀ ਕਰ ਲੈ। ਕਿਵੇਂ? ਨਿਰਮਲ ਰਸਨਾ ਅੰਮ੍ਰਿਤ ਪੀਓ, ਅੰਮ੍ਰਿਤ ਪੀਏਗਾ ਤੇਰੀ ਰਸਨਾ ਨਿਰਮਲ ਹੋਏਗੀ। ਫਿਰ ਗਾਲਾਂ ਕੱਢਦੇ ਫਿਰਾਂਗੇ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਜਦੋਂ ਅੰਦਰੋਂ ਅਟੈਚਮੈਂਟ ਘਟ ਜਾਵੇ ਮਟੀਰੀਅਲ ਨਾਲ, ਅੰਦਰੋਂ ਬੰਦਾ ਸੁਧਰ ਗਿਆ ਤੇ ਉਹਦੇ ਸ਼ਬਦ ਵੀ ਸੁਧਰ ਜਾਣਗੇ, ਅੰਦਰੋਂ ਬਦਲੇਗਾ ਸ਼ਬਦ ਵੀ ਬਦਲਣਗੇ। ਕਈ ਬੰਦੇ ਕਹਿਣਗੇ ਉੱਤੋਂ ਉੱਤੋਂ ਹੀ ਗਾਲਾਂ ਕੱਢਦਾ, ਅੰਦਰੋਂ ਬਹੁਤ ਠੀਕ ਹੈ, ਇਹ ਪੜਦੇ ਨਹੀਂ ਪਾਈ ਦੇ। ਅੰਦਰੋਂ ਜਦੋਂ ਬਦਲ ਗਏ ਫਿਰ ਬਾਹਰੋਂ ਵੀ ਠੀਕ ਹੋ ਜਾਂਦੇ। ਤੇ ਵੇਖੋ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਸਦਾ ਲਈ ਜਾਨ ਆਪਣੀ ਸੌਖੀ ਕਰਦਾ ਭਾਈ। ਉਸਤਤ ਮਨ ਮੈਂ ਕਰ ਨੰਕਾਰ, ਕਰ ਮਨ ਮੇਰੇ ਸਤ ਪਿਓਹਾ। ਉਸਤਤ ਕਰ ਵਾਹਿਗੁਰੂ ਦੀ, ਉਸਤਤ ਕਰ ਪਰਮਾਤਮਾ ਦੀ, ਉਸਤਤ ਮਨ ਮੈਂ। ਇੱਕ ਤੇ ਹੈ ਨਾ ਜੀ ਜੀਵ ਤੋਂ ਉਸਤਤ ਕਰਨੀ, ਵਾਹਿਗੁਰੂ 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 ਵਾਹਿਗੁਰੂ, ਇੱਕ ਹੁੰਦਾ ਮਨ ਕਵੇ ਮਨ ਮੈਂ ਕਰ। ਤੇਰਾ ਮਨ ਮੰਨੇ, ਮਨ ਸਿੱਖਿਆ ਜੀਵ ਨਹੀਂ ਮਨ। ਰਸਨਾ ਨਾਲ ਕਰਦਿਆਂ 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 ਮਨ ਕਰਨ ਲੱਗੇ ਜਿੱਦਣ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ, ਜੀਵਨ ਹੀ ਬਦਲ ਜਾਵੇ ਸਾਰਾ। ਤੇ ਵੇਖਿਓ ਛੇ ਪੋਹ ਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਅੱਜ ਵਾਲਾ ਦਿਨ ਇਤਿਹਾਸ ਤਕਰੀਬਨ ਸਭ ਨੂੰ ਪਤਾ ਹੈ, ਸਭ ਤੁਸੀਂ ਜਾਣਦੇ ਹੋ, ਤੁਹਾਨੂੰ ਸਾਰਿਆਂ ਨੂੰ ਇਹਨਾਂ ਦਿਨਾਂ ਦਾ ਇਤਿਹਾਸ ਦਾ ਪਤਾ ਹੈ। ਅਸੀਂ ਜਾਣ ਕੇ ਅਣਜਾਣ ਬਣਦੇ ਹਾਂ, ਪਤਾ ਨਹੀਂ ਕਿੰਨੀਆਂ ਰਾਗੀਆਂ ਢਾਡੀਆਂ ਪ੍ਰਚਾਰਕਾਂ ਤੋਂ ਅਸੀਂ ਸਾਹਿਬਜ਼ਾਦਿਆਂ ਦੇ ਇਤਿਹਾਸ ਸੁਣੇ ਹੈ, ਕਿੰਨੀ ਕੁ ਵਾਰ ਅਸੀਂ ਉਹਨਾਂ ਦੇ ਸਾਕੇ ਸੁਣੇ ਨੇ। ਪਰ ਸੁਣ ਕੇ ਇੱਧਰੋਂ ਸੁਣ ਲਿਆ, ਇਸ ਕੰਨ ਦੁਆਰਾ ਕੱਢ ਦਿੱਤਾ। ਤਾਂ ਕਰਕੇ ਮੈਂ ਸੁਣਾ ਤਾਂ ਰਿਹਾ ਵੀ ਦਿਨ ਚੱਲ ਰਹੇ ਨੇ, ਸਾਡਾ ਫਰਜ਼ ਹੈ ਅੱਜ ਉਸ ਦਿਨ ਨੂੰ ਉਸ ਸਮੇਂ ਤੇ ਜਦੋਂ ਉਹ ਗੱਲ ਹੁੰਦੀ ਹੈ ਤੇ ਉਹਦਾ ਰੰਗ ਕੁਝ ਵੱਖਰਾ ਹੁੰਦਾ ਹੈ। ਅਸੀਂ ਪਿਛਲੇ ਸਾਲ ਫਤਿਹਗੜ੍ਹ ਸਾਹਿਬ ਦੀਵਾਨ ਆਪਾਂ ਪ੍ਰੋਗਰਾਮ ਕੀਤਾ ਸੀ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਉਹੀ ਰਾਤ ਸੀ 12 ਪੋਹ ਦੀ, ਤੇ 12 ਪੋਹ ਦਾ ਰਾਤ ਦਾ ਆਖਰੀ ਰਾਤ ਸੀ ਤੇ ਰਾਤ ਦਾ ਦੀਵਾਨ ਸੀ ਉੱਥੇ ਹੀ ਫਤਿਹਗੜ੍ਹ ਸਾਹਿਬ ਸਾਹਮਣੇ ਦਰਬਾਰ ਸਾਹਿਬ ਸੀ ਤੇ ਬਹੁਤ ਵੱਡਾ ਪੰਡਾਲ, ਰਾਤ ਦੇ 4 ਘੰਟੇ ਦੀਵਾਨ ਉਦੋਂ ਲੱਗਿਆ ਸੀ। ਤੇ ਸੱਚ ਹੈ ਕਿ ਜਿਹੜੇ ਅਸੀਂ ਦੀਵਾਨ 'ਚ ਉਸ ਦਿਨ ਬੈਠੇ ਸੀ ਉਦਣ ਇੱਦਾਂ ਲੱਗਦਾ ਸੀ ਕਿ ਸਾਡੇ ਸਾਹਮਣੇ ਨੇ ਸਾਹਿਬਜ਼ਾਦੇ, ਸਾਡੇ ਸਾਹਮਣੇ ਹੋ ਰਿਹਾ ਸਾਰਾ ਕੁਝ, ਪੱਥਰ ਦਿਲ ਮੋਮ ਹੋ ਗਏ ਸੀ।
ਧੁੰਦ ਪੈਂਦੀ ਵਿੱਚ ਦਿਸਦਾ ਨਹੀਂ ਸੀ ਕੌਣ ਕੌਣ ਕਿੱਥੇ ਬੈਠਾ ਹੈ, ਗਿੱਲੇ ਥਾਂ ਦੇ ਉੱਤੇ ਵੀ ਚੌਂਕੜੇ ਮਾਰ ਕੇ ਬੈਠੇ ਸੀ, ਪਤਾ ਹੀ ਨਹੀਂ ਸੀ ਲੱਗਦਾ ਵੀ ਠੰਡ ਵੀ ਲੱਗਦੀ। ਉਹੀ ਟਾਈਮ ਸੀ, ਉਹ ਰਾਤ ਸੀ, ਉਹ ਮਾਹੌਲ ਇਦਾਂ ਦਾ ਸੀ। ਐਸਾ ਅਸਰ ਉਹਦਾ ਮਨ ਤੇ ਹੁੰਦਾ ਹੈ, ਟੁੰਬਿਆ ਜਾਂਦਾ ਹੈ। ਸੋ ਇਸ ਕਰਕੇ ਤਾਂ ਬੇਨਤੀ ਕਰ ਰਿਹਾ ਵੀ ਅੱਜ ਜਿਹੜੀ ਰਾਤ ਆ ਰਹੀ ਹੈ, ਅੱਠ ਮਹੀਨੇ ਘੇਰਾ ਪਾਈ ਰੱਖਿਆ ਆਨੰਦਪੁਰ ਸਾਹਿਬ ਨੂੰ, ਨਾ ਕੋਈ ਚੀਜ਼ ਅੰਦਰ ਜਾਣ ਦੇਣ, ਨਾ ਕੋਈ ਚੀਜ਼ ਬਾਹਰ ਜਾਣ ਦੇਣ। ਅੰਦਰ ਰਸਦਾਂ ਮੁੱਕ ਗਈਆਂ, ਰਾਸ਼ਨ ਖਤਮ ਹੋ ਗਏ, ਸਿੰਘਾਂ ਨੇ ਦਰਖਤਾਂ ਦੇ ਪੱਤੇ ਲਾ ਲਾ ਕੇ ਵੀ ਖਾਧੇ, ਪੱਤੇ ਵੀ ਮੁੱਕ ਗਏ, ਦਰਖਤਾਂ ਦੇ ਸੱਕ ਲਾ ਲਾ ਕੇ ਖਾਧੇ, ਪਰ ਸਤਿਗੁਰਾਂ ਦੇ ਨਾਲ ਰਹੇ। ਬਹੁਤ ਘਾਲਣਾ ਜ਼ਿੰਦਗੀ ਵਿੱਚ ਘਾਲੀ, ਜੋ ਸਤਿਗੁਰਾਂ ਤੋਂ ਸੁਣਦੇ ਹੁੰਦੇ ਸੀ ਉਹਨੂੰ ਆਪਣੇ ਜੀਵਨ ਵਿੱਚ ਕਮਾਇਆ, ਜੋ ਸੁਣੀਏ ਉਹਨੂੰ ਕਮਾਈਏ, ਇਹਨੂੰ ਕਮਾਈ ਕਹਿੰਦੇ ਆ। ਜਿਵੇਂ ਆਪਾਂ ਕਹੀਏ ਫਲਾਣੇ ਸਿੱਖ ਦੀ ਬਹੁਤ ਕਮਾਈ ਹੈ ਜੀ, ਕਮਾਈ ਦੀ ਡੈਫੀਨੇਸ਼ਨ ਕੀ ਹੈ? ਸਤਿਗੁਰਾਂ ਦੇ ਕਿੰਨੇ ਬਚਨ ਕਮਾਏ, ਸਤਿਗੁਰਾਂ ਦੇ ਕਿੰਨੇ ਕੁ ਬਚਨ ਕਮਾਏ, ਇਹ ਹੈ ਕਮਾਈ। ਆਪਣੀ ਗੁਰੂ ਜੀ ਦੇ ਬਚਨਾਂ ਨੂੰ ਕਿੰਨਾ ਕੁ ਕਮਾਇਆ, ਇਹ ਕਮਾਈ ਹੈ। ਐਸੀ ਕਮਾਈ ਗੁਰੂ ਦਿਆਂ ਸਿੰਘਾਂ ਨੇ ਕੀਤੀ। ਵਾਹਿਗੁਰੂ ਵਾਹਿਗੁਰੂ ਜਪਣ ਵਾਲੇ, ਮਨ ਵਿੱਚ ਉਸਤਤ ਕਰਨ ਵਾਲੇ ਗੁਰੂ ਦੇ ਸਿੱਖ ਫਿਰ ਵੀ ਦਿਨ ਰਾਤ ਮਿਹਨਤ ਕਰਦੇ ਆ, ਘਾਲਣਾ ਘਾਲਦੇ ਆ, ਤੇ ਦਿਲੋਂ ਗੁਰੂ ਸਾਹਿਬ ਨਾਲ ਪਿਆਰ ਕਰਨ ਵਾਲੇ ਸੀ। ਕਈ ਛੋਟੀ ਉਮਰ ਵਿੱਚ ਆਏ, ਕਈਆਂ ਦੇ ਪਰਿਵਾਰ ਉੱਥੇ ਸੀ, ਕਈਆਂ ਦੇ ਬੱਚੇ ਉੱਥੇ ਸੀ, ਉੱਥੇ ਹੀ ਵਿਆਹ ਹੋਏ ਕਈਆਂ ਦੇ। ਸੋ ਉਸ ਆਨੰਦਪੁਰ ਸਾਹਿਬ ਦੀ ਧਰਤੀ ਇੱਕ ਸਾਰੇ ਇਕੱਠੇ ਇੱਕ ਪਰਿਵਾਰ ਸੱਚਮੁੱਚ ਆਨੰਦਾਂ ਦੀ ਪੂਰੀ ਸੀ। ਹਰ ਸਿੱਖ ਤਰਸਦਾ ਜਿੱਥੇ ਕਿਤੇ ਵੀ ਕੋਈ ਰਹਿੰਦਾ ਸੀ ਉਸ ਆਨੰਦਪੁਰ ਦੀ ਧਰਤੀ ਦੇ ਦਰਸ਼ਨਾਂ ਨੂੰ ਤਰਸਦਾ ਸੀ, ਕਦੋਂ ਆਨੰਦਪੁਰ ਸਾਹਿਬ ਜਾਵਾਂਗੇ। ਆਪਸੀ ਸਿੱਖਾਂ ਦਾ ਪਿਆਰ ਬੜਾ ਸੀ, ਜਿਵੇਂ ਸਾਡਾ ਤੇ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਆ, ਮਨ ਨਹੀਂ ਜੁੜਦੇ। ਆ ਰਮਦਾਸੀ ਹੈ, ਆ ਮਜ਼ਬੀ ਹੈ, ਆ ਜੱਟ ਹੈ, ਆ ਝੋਰ ਹੈ, ਆ ਨਾਈ ਹੈ, ਰਮਦਾ ਇਹ ਰਾਮਗੜੀ ਹੈ, ਆ ਸਾਡੇ ਚੋਂ ਜਾਂਦਾ ਨਹੀਂ। ਗੋਡੇ ਨਾਲ ਗੋਡੇ ਜੁੜਦੇ ਨੇ, ਮਨ ਨਹੀਂ ਜੁੜਦੇ। ਪਰ ਉਸ ਵੇਲੇ ਸਭ ਸਿੱਖ ਸਮਝਦੇ ਸੀ ਸਦਾ ਨਹੀਂ ਬੈਠ ਰਹਿਣਾ, ਕਾਹਦੀਆਂ ਕੰਧਾਂ ਬਣਾਈ ਫਿਰਦੇ ਹਾਂ ਅਸੀਂ, ਕਾਹਦੀਆਂ ਦੂਰੀਆਂ ਬਣਾਈ ਫਿਰਦੇ ਹਾਂ ਅਸੀਂ। ਸਾਡੇ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਮਨ ਕਹਿੰਦੇ ਸੀ ਉਹਨਾਂ ਦੇ, ਸਾਡੇ ਵਾਂਗੂ ਜੀਵ ਨਹੀਂ, ਮਨ ਮੰਨਦੇ ਸੀ ਉਹਨਾਂ ਦੇ। ਇੱਕ ਦੂਸਰੇ ਵਿੱਚੋਂ ਉਹ ਰੱਬ ਵੇਖਦੇ ਸੀ, ਰੱਬ ਰੱਬ ਵੇਖਣਾ, ਭਰਾ ਭਰਾ ਸਮਝਣਾ ਇੱਕ ਦੂਸਰੇ ਨੂੰ, ਇੱਕ ਦੂਜੇ ਨੂੰ ਮਿਲਦੇ ਤੇ ਫਤਿਹ ਬੁਲਾਉਂਦੇ। ਹਰ ਸਿੱਖ ਸਿੱਖ ਨੂੰ ਮਿਲਦਾ ਸੀ ਤੇ ਫਤਿਹ ਬੁਲਾਉਂਦਾ ਸੀ। ਰੰਗ ਉਹ ਰੰਗ ਕੁਛ ਵੱਖਰਾ ਹੈ, ਵੱਖਰਾ ਸੀ। ਇੰਨੇ ਹੁਣ ਵੀ ਤੁਸੀਂ ਜੇ ਕਿਤੇ ਹੋਲੇ ਮਹੱਲੇ ਤੇ ਆਨੰਦਪੁਰ ਸਾਹਿਬ ਜਾਓ, ਇੰਨੀਆਂ ਗਰਾਵਟਾਂ ਸਾਡੇ ਚ ਆਉਣ ਤੋਂ ਬਾਅਦ ਵੀ 100 ਚੋਂ ਸਾਨੂੰ 1% ਚ ਲਘਾਰਾ ਅੱਜ ਵੀ ਦਿਸੇਗਾ, 100 ਚੋਂ 1% ਹੀ ਬਸ, ਭਾਵੇਂ ਬਾਹਰੋਂ ਬਾਹਰੋਂ ਹੀ ਰਹਿ ਗਏ ਅਸੀਂ। ਨਿਹੰਗੀ ਨਿਹੰਗ ਸਿੰਘ, ਨਿਹੰਗ ਸਿੰਘ ਵੇਖੋਗੇ ਤੁਸੀਂ, ਉਹ ਜਦੋਂ ਤੁਰਦੇ ਜਾਂਦੇ ਨੇ ਤੇ ਮਾੜਾ ਮੋਟਾ ਝਲਕਾਰਾ ਹੀ ਸਮਝ ਲਓ, 100 ਚੋਂ 1% ਹੀ ਮੈਂ ਤੇ ਕਹਿ ਰਿਹਾ, ਬਸ 99% ਤੇ ਗਿਆ। ਤੇ ਸੋਚ ਕੇ ਵੇਖੋ ਉਹ ਵੇਲਾ ਕਿੱਦਾਂ ਦਾ ਹੋਣਾ ਹੈ ਜਦੋਂ ਕਲਗੀਆਂ ਵਾਲੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ ਹੋਣਗੇ। ਸੋ ਨਾ ਕੋਈ ਚੀਜ਼ ਅੰਦਰ ਜਾਣ ਦੇਣ, ਨਾ ਬਾਹਰ ਜਾਣ ਦੇਣ, ਐਸੇ ਸਖ਼ਤ ਘੇਰੇ, ਪਰ ਬੜੀ ਦ੍ਰਿੜਤਾ ਵਾਲੇ ਸਿੰਘ ਜਿਹੜੇ ਮੰਨ ਹੀ ਬੈਠੇ ਨੇ ਵੀ ਅਸੀਂ ਤੁਹਾਡੇ ਸਿੰਘੋ, ਬੜੀਆਂ ਬੜੇ ਦੁੱਖ ਤੁਹਾਨੂੰ ਝੱਲਣੇ ਪੈਂਦੇ ਆ ਮਹਾਰਾਜ, ਅਸੀਂ ਜਿੱਦਣ ਦੇ ਤੁਹਾਡੇ ਬਣੇ ਆ ਸਿਰ ਤੁਹਾਡਾ ਹੋ ਗਿਆ, ਬੈ ਕਰ ਦਿੱਤਾ, ਕਬਜ਼ਾ ਲੈਣਾ ਜਿੱਦਣ ਮਰਜ਼ੀ ਲੈ ਲਿਓ, ਬੈ ਹੋ ਗਏ,
ਤੁਹਾਡੇ ਅੱਗੇ ਆਪਣਾ ਆਪ ਭੇਂਟ ਕਰਤਾ, ਆਪਣੇ ਆਪ ਨੂੰ ਸਰੈਂਡਰ ਕਰਤਾ, ਆਪਣੇ ਆਪ ਨੂੰ ਮੱਥਾ ਟੇਕਦਾ। ਆ ਮੱਥਾ ਟੇਕਣ ਦਾ ਮਤਲਬ ਇਹ ਹੁੰਦਾ ਹੈ ਵੀ ਬੈ ਕਰਤਾ ਆਪਣੇ ਆਪ ਨੂੰ, ਸਰੀਰ ਮਨ ਮੇਰਾ ਸਾਰਾ ਕੁਝ ਤੇਰਾ ਹੈ, ਜਿੱਦਣ ਤੇਰਾ ਦਿਲ ਕਰੇ ਕਬਜ਼ਾ ਲੈ ਲਈ। ਇਹ ਭਾਵ ਹੈ ਇਹਦਾ ਮੱਥਾ ਟੇਕਣ ਦਾ। ਤੇ ਅਸੀਂ ਫਿਰ ਕਦੇ ਇੱਥੇ ਇੱਥੇ ਨਾਲੇ ਇੱਥੇ ਬਿਆਨੇ ਕਰੀ ਫਿਰਦੇ ਹਾਂ, ਨਾਲੇ ਕਬਰਾਂ ਨੂੰ ਅੱਗੇ ਬਿਆਨੇ ਕਰੀ ਫਿਰਦੇ ਹਾਂ, ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਮੱਥੇ। ਇੱਕ ਜਗ੍ਹਾ ਹੀ ਹੁੰਦਾ ਹੈ। ਆ ਜਿਹੜੇ 10 ਰੁਪਈਏ ਤੁਸੀਂ ਇੱਥੇ ਰੱਖਤੇ, ਉਹ 10 ਰੱਖ ਕੇ ਕੋਈ ਨਹੀਂ ਚੁੱਕਦਾ ਵਾਪਸ, ਰੱਖਤੇ ਤੇ ਰੱਖਤੇ। ਇਦਾਂ ਹੀ ਹੁੰਦਾ ਹੈ, ਜਦੋਂ ਸਰੀਰ ਰੱਖ ਦਈਏ, ਮਨ ਰੱਖ ਦਈਏ, ਸਾਰਾ ਮਸਤਕ ਰੱਖ ਦਈਏ ਨਾ, ਤੇ ਉਸ ਤੋਂ ਬਾਅਦ ਇਦਾਂ ਨਹੀਂ ਹੁੰਦਾ ਵੀ ਅੱਜ ਇੱਥੇ ਰੱਖਤਾ ਚੁੱਕ ਕੇ ਕੱਲ ਨੂੰ ਫਿਰ ਕਿਤੇ ਹੋਰ ਰੱਖਦਾ, ਪਰਸੋਂ ਕਿਤੇ ਹੋਰ ਰੱਖਦਾ, ਇਹ ਨਹੀਂ ਹੁੰਦਾ। ਮੱਥਾ ਟੇਕ ਟੇਕ ਤੇ ਟਿਕ ਜਾ ਬਸ। ਜੇ ਮੱਥਾ ਟੇਕ ਤੇ ਟਿਕ ਜਾ, ਖੜ ਜਾ ਬਸ, ਟਿਕ ਜਾ, ਉਦੋਂ ਬਾਅਦ ਹਿੱਲਣਾ। ਇਹ ਭਾਵ ਹੁੰਦਾ ਮੱਥਾ ਟੇਕਣ ਦਾ। ਆਪਣੇ ਆਪ ਨੂੰ ਖਿਲਾਰ, ਉੱਥੇ ਸਰੈਂਡਰ ਕਰਦੇ, ਭੇਂਟ ਕਰਦੇ। ਤੇ ਉਹ ਸਿੱਖ ਇਦਾਂ ਦੇ ਸੀ, ਬੈ ਕਰਤਾ ਆਪਣੇ ਆਪ ਨੂੰ ਅਸੀਂ, ਤੇ ਜਿੱਦਣ ਜੀ ਕਰੇ ਸਭ ਕੁਝ ਤੁਹਾਡਾ ਹੈ, ਜਿੱਦਣ ਜੀ ਕਰੇ ਲੇਖੇ ਲਾ ਲਿਓ, ਲੇਖੇ ਲਾ ਲਿਓ, ਜਿੱਦਣ ਜੀ ਕਰੇ ਇਸ਼ਾਰਾ ਹੀ ਕਰਨਾ ਤੁਸੀਂ, ਚੱਲ ਬਈ ਚੱਲ ਜੰਗ ਨੂੰ ਤੇ ਮੈਂ ਤੁਰਾਂਗਾ। ਤੁਸੀਂ ਕਹਿਣਾ ਚੱਲ, ਉਹ ਸਾਹਮਣੇ ਬੰਦੂਕ ਚੱਲਦੀ ਹੈ, ਚੱਲ ਖੜ ਗੋਲੀ ਅੱਗੇ ਖੜਾਂਗਾ, ਉਹ ਤੋਪਾਂ ਤੋਪਾਂ ਅੱਗੇ ਉਡਾਏ ਜਾਓਗੇ ਖੜਾਂਗੇ, ਸਿਰ ਧੜ ਤੋਂ ਜੁਦਾ ਕੀਤੇ ਜਾਣਗੇ ਖੜਾਂਗੇ। ਖਿਲਾਰੋ ਜਿੱਥੇ ਮਰਜ਼ੀ, ਸਾਡੀ ਮਰਜ਼ੀ ਨਹੀਂ ਚੱਲਦੀ ਕਿਉਂਕਿ ਅਸੀਂ ਤੇ ਬੈ ਹੋ ਚੁੱਕੇ, ਸਾਡੀ ਮਰਜ਼ੀ ਨਹੀਂ ਹੁਣ ਚੱਲਦੀ। ਤੇ ਅੰਮ੍ਰਿਤ ਦੀ ਦਾਤ ਲੈਣੀ, ਸਿੰਘ ਸੱਜ ਜਾਣਾ, ਮਾਫ ਕਰਨਾ, ਇਹਦਾ ਅਰਥ ਵੀ ਬੈ ਹੋਣਾ ਹੀ ਹੁੰਦਾ ਹੈ ਵੀ ਅਸੀਂ ਆਪਣੇ ਆਪ ਨੂੰ ਭੇਂਟ ਕਰਤਾ, ਭੇਂਟ ਕਰਤਾ, ਜਿੱਦਣ ਜੀ ਕਰੇ ਉਹ ਲੇਖੇ ਲਾ ਲਾ। ਤੇ ਪੜ੍ਹਦੇ ਹਨ, ਬਹੁਤ ਜਨਮ ਪਿਛਰੇ ਤੇ ਮਾਧੋ, ਇਹ ਜਨਮ ਇਹੋ ਜਨਮ ਤੁਮਾਰੇ ਲੇਖੇ। ਮਨ ਕਰਕੇ ਇਹ ਗੱਲ ਬੰਦਾ ਮੰਨੇ, ਅੰਦਰੋਂ ਕਹੀਏ ਇਸ ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ ਕੀ ਕਰਨਾ, ਤਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਜਿਹੜਾ ਕੰਮ ਦਾ ਮੁਰਾਦ ਆਵੇ, ਕੰਮ ਦਾ ਮੁਰਾਦ ਆਵੇ, ਤਨ ਨੂੰ ਰੱਖ ਕੇ, ਤਨ ਨੂੰ ਰੱਖ ਕੇ ਕੀ ਕਰਨਾ, ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਜਿਹੜਾ ਕੰਮ ਦਾ ਮੁਰਾ ਦੇ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਜਿਹੜਾ ਕੰਮ ਦਾ ਮੁਰਾ ਦੇ ਆਵੇ, ਜਿਹੜਾ ਕੰਮ ਦਾ ਮੁਰਾ ਦੇ ਆਵੇ, ਇਸ ਤਨ ਨੂੰ ਰੱਖ ਕੇ ਕੀ ਕਰਨਾ।
ਰਾਮ ਰਾਮ ਇਸ ਤਨ ਨੂੰ ਰੱਖ ਕੇ ਕੀ ਕਰਨਾ ਤਨ ਮਨ ਧਨ ਸਭ ਸੌਂਪ ਗੁਰੂ ਸਭ ਕੁਛ ਤੁਹਾਡਾ ਸੱਚੇ ਪਾਤਸ਼ਾਹ ਅਸੀਂ ਭੇਂਟ ਕਰ ਦਿੱਤਾ ਆਪਣੇ ਆਪ ਫਿਰ ਕਿੰਨੇ ਦੁੱਖੜੇ ਝੱਲੇ ਪਹਾੜੀਆਂ ਰਾਜਿਆਂ ਨੇ ਉਦੋਂ ਵੀ ਸ਼ਾਮ ਦਾਮ ਦੰਦ ਭੇਦ ਇਹ ਨੀਤੀਆਂ ਹੁੰਦੀਆਂ ਨੇ ਸਾਰੇ ਤਰੀਕੇ ਸਰਕਾਰਾਂ ਵਰਤਦੀਆਂ ਨੇ ਬੰਦੇ ਨੂੰ ਸ਼ਰਨ 'ਚ ਲਿਆਓ ਡਰਾਓ ਕੋਈ ਉਹਦਾ ਵੀਕ ਪੁਆਇੰਟ ਲੱਭ ਕੇ ਬਲੈਕਮੇਲ ਕਰੋ ਜਾਂ ਫਿਰ ਖਰੀਦੋ ਇਹ ਤਰੀਕੇ ਨੇ ਸਰਕਾਰਾਂ ਦੇ ਉਦੋਂ ਵੀ ਇੱਦਾਂ ਹੀ ਕਰਦੇ ਸੀ ਅੱਜ ਕੱਲ੍ਹ ਵਾਲੇ ਵੀ ਇੱਦਾਂ ਦੇ ਢੰਗ ਤਰੀਕੇ ਸਰਕਾਰਾਂ ਵਰਤਦੀਆਂ ਨੇ ਡਰਾਉਣਾ ਧਮਕਾਉਣਾ ਬਲੈਕਮੇਲ ਕਰਨਾ ਇਹ ਕੋਸ਼ਿਸ਼ਾਂ ਸਾਰੇ ਹੀ ਕਰਦੇ ਨੇ ਚਿਹਰੇ ਹੀ ਬਦਲਦੇ ਹੁੰਦੇ ਨੇ ਰੂਹਾਂ ਨਹੀਂ ਬਦਲਦੀਆਂ ਇੰਦਰ ਦਾ ਮਤਲਬ ਹੀ ਇੰਦਰੀਆਂ ਦੇ ਪਿੱਛੇ ਲੱਗਿਆ ਹੋਇਆ ਹੁੰਦਾ ਹੈ ਕਹਿੰਦੇ ਸਵਰਗਾਂ ਦਾ ਰਾਜਾ ਇੰਦਰ ਇੰਦਰ ਦੇ ਭਾਵ ਦੇ ਵਿੱਚ ਸਮਝੋ ਇੰਦਰੀਆਂ ਦੇ ਪਿੱਛੇ ਲੱਗੇ ਹੋਏ ਨੇ ਜਿਹੜੇ ਇੰਦਰੀਆਂ ਦੇ ਰਸ ਵਿੱਚ ਨੇ ਜਿਹੜੇ ਇੰਦਰ ਹੀ ਨੇ ਸਾਰੇ ਇੱਕੋ ਜਿਹੇ ਹੀ ਹੁੰਦੇ ਨੇ ਜਿਹੜਾ ਇੰਦਰੀਆਂ ਦੇ ਪਿੱਛੇ ਲੱਗਿਆ ਹੋਇਆ ਇੰਦਰ ਹੀ ਹੈ ਇਸੇ ਕਰਕੇ ਕਿਹਾ ਕੋਈ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਉਹ ਪਰਮਾਤਮਾ ਵਰਗਾ ਰਾਜਾ ਹੈ ਹੀ ਕੋਈ ਉਹਨਾਂ ਨੇ ਫਿਰ ਆਪਣੀਆਂ ਨੀਤੀਆਂ ਵਰਤਣੀਆਂ ਸ਼ੁਰੂ ਕੀਤੀਆਂ ਕਹਿੰਦੇ ਨੇ ਜਿਹੜੇ ਇਸਲਾਮ ਨਾਲ ਸੰਬੰਧ ਰੱਖਣ ਵਾਲੇ ਰਾਜੇ ਨੇ ਇਸਲਾਮ ਨਹੀਂ ਮਾੜਾ ਉਹ ਲੋਕ ਮਾੜੇ ਨੇ ਜਿਹੜੇ ਆਪਣੇ ਧਰਮ ਨੂੰ ਨਹੀਂ ਮੰਨਦੇ ਧਰਮ ਮਾੜਾ ਨਹੀਂ ਹੁੰਦਾ ਧਰਮ ਦੇ ਅਸੂਲਾਂ ਨੂੰ ਨਹੀਂ ਮੰਨਦੇ ਜਿਹੜੇ ਬੰਦੇ ਉਹ ਬੰਦੇ ਮਾੜੇ ਹੁੰਦੇ ਨੇ ਉਹਨਾਂ ਨੇ ਜਿਵੇਂ ਮੈਂ ਬਹੁਤ ਵਾਰੇ ਬੇਨਤੀ ਕੀਤੀ ਫਿਰ ਦੁਹਰਾ ਦਿੰਦਾ ਕਿ ਔਰੰਗਜ਼ੇਬ ਮੁਸਲਮਾਨ ਨਹੀਂ ਸੀ ਔਰੰਗਜ਼ੇਬ ਬਾਦਸ਼ਾਹ ਮੁਸਲਮਾਨ ਨਹੀਂ ਸੀ ਚੰਦੂ ਹਿੰਦੂ ਨਹੀਂ ਸੀ ਚੰਦੂ ਰਾਮ ਭਗਤ ਨਹੀਂ ਸੀ ਵਜੀਦਾ ਮੁਸਲਮਾਨ ਨਹੀਂ ਸੀ ਜੇ ਪੱਕਾ ਮੁਸਲਮਾਨ ਹੁੰਦਾ ਤੇ ਇਹ ਕੁਛ ਨਾ ਕਰਦਾ ਜੋ ਉਹਨੇ ਕੀਤਾ ਜੇ ਔਰੰਗਜ਼ੇਬ ਪੱਕਾ ਮੁਸਲਮਾਨ ਹੁੰਦਾ ਤੇ ਇਹ ਕੁਛ ਨਾ ਕਰਦਾ ਜੋ ਉਹਨੇ ਕੀਤਾ ਕਿਉਂਕਿ ਇਹ ਲੋਕ ਉਹ ਹੁੰਦੇ ਨੇ ਜਿਹੜੇ ਧਰਮ ਦੀ ਆੜ ਲੈ ਕੇ ਪਾਪ ਕਰਦੇ ਨੇ ਇਹਨਾਂ ਦਾ ਧਰਮ ਨਾਲ ਸੰਬੰਧ ਕੋਈ ਨਹੀਂ ਹੁੰਦਾ ਇਹ ਧਰਮ ਦੀ ਆੜ ਲੈਂਦੇ ਆ ਬਸ ਧਰਮ ਦੀ ਆੜ ਲੈ ਕੇ ਮਾੜੇ ਕੰਮ ਕਰਨ ਵਾਲਾ ਧਰਮ ਨੂੰ ਬਦਨਾਮ ਕਰਦਾ ਹੈ ਭਾਈ ਇਸੇ ਤਰ੍ਹਾਂ ਸਾਡੇ ਵਾਲੇ ਵੀ ਬਹੁਤੇ ਧਰਮ ਦੀ ਆੜ ਲੈ ਕੇ ਧਰਮ ਤੇ ਪੰਥ ਦੀ ਆੜ ਲੈ ਕੇ ਪੰਥ 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 ਦੀ ਆੜ ਲੈ ਕੇ ਧਰਮ ਦੀ ਆੜ ਲੈ ਕੇ ਮਾੜੇ ਕੰਮ ਕਰਦੇ ਆ ਇਹਨਾਂ ਦਾ ਧਰਮ ਨਾਲ ਸੰਬੰਧ ਕੋਈ ਨਹੀਂ ਇਹ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਨਹੀਂ ਇਹਨਾਂ ਦਾ ਸੰਬੰਧ ਪੰਥ ਨਾਲ ਨਹੀਂ ਇਹਨਾਂ ਦਾ ਸੰਬੰਧ ਤੁਹਾਡੀਆਂ ਵੋਟਾਂ ਨਾਲ ਹੈ ਇਹਨਾਂ ਨੂੰ ਵੋਟਾਂ ਤੱਕ ਮਤਲਬ ਹੈ ਪੰਥ ਤੱਕ ਕੋਈ ਮਤਲਬ ਨਹੀਂ ਇਹ ਨਾ ਹੀ ਵਰਤਦੇ ਹੁੰਦੇ ਨੇ ਪੰਥ ਦਾ ਜੇ ਕੋਈ ਵੀ ਗੱਲ ਬਣ ਜਾਵੇ ਹੋਰ ਸਿਆਸੀ ਬੰਦੇ ਬਿਆਨ ਦਿੰਦੇ ਨੇ ਏਦਾਂ ਨਹੀਂ ਏਦਾਂ ਇਹਨਾਂ ਚੋਂ ਤੇ ਕੋਈ ਹੀ ਹੋਏਗਾ ਕੋਈ ਜਿਹੜਾ ਸੱਚਮੁੱਚ ਅੰਦਰੋਂ ਦਰਦ ਮੰਨਦਾ ਹੋਏਗਾ ਇਹ ਸਭ ਹਮਦਰਦੀਆਂ ਦਿਖਾਵੇ ਲਈ ਹੁੰਦੀਆਂ ਨੇ ਇਹ ਸਭ ਹਮਦਰਦੀਆਂ ਇਹਨਾਂ ਦੀਆਂ ਦਿਖਾਵੇ ਲਈ ਨੇ ਇਹਨਾਂ ਦੇ ਦਹਾਤੀ ਵਾਂਗੂ ਖਾਣ ਦੇ ਦੰਦ ਹੋਰ ਤੇ ਵਿਖਾਣ ਦੇ ਦੰਦ ਹੋਰ ਨੇ ਇਹ ਨੀਤੀਆਂ ਨੇ ਇਹਨਾਂ ਦੀਆਂ ਨਕਲੀ ਹੰਝੂ ਗੇਰ ਨੇ ਸਾਨੂੰ ਬੜਾ ਦੁੱਖ ਹੈ ਅਸੀਂ ਬੜੇ ਔਖੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਸਾਨੂੰ ਰੋਟੀ ਨਹੀਂ ਸਵਾਦ ਲੱਗਦੀ ਅਸੀਂ ਬਹੁਤ ਔਖੇ ਹਾਂ ਇਹ ਗੱਲਾਂ ਹੀ ਕਰਦੇ ਨੇ ਸੋ ਇਹ ਆੜ ਲੈਣ ਵਾਲੇ ਲੋਕ ਹਨ ਸੋ ਸੁਣੋ ਹੁਣ ਧਿਆਨ ਨਾਲ ਉਹਨਾਂ ਨੇ ਇਸਲਾਮ ਧਰਮ ਵਾਲਿਆਂ ਨੇ ਕੁਰਾਨ ਭੇਜਿਆ ਸੀ ਕੁਰਾਨ ਦੀ ਕਸਮ ਖਾਂਦੇ ਹਾਂ ਜੀ ਛੱਡ ਜਾਓ ਅਨੰਦਪੁਰ ਸਾਹਿਬ ਹਿੰਦੂ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਭੇਜੀ ਅਸੀਂ ਗਊ ਦੀ ਕਸਮ ਮਾਤਾ ਦੀ ਖਾਂਦੇ ਹਾਂ ਤੁਸੀਂ ਛੱਡ ਜਾਓ ਅਨੰਦਪੁਰ ਸਾਹਿਬ ਤੇ ਨਾ ਉਹ ਪੱਕੇ ਹਿੰਦੂ ਨੇ ਨਾ ਉਹ ਪੱਕੇ ਮੁਸਲਮਾਨ ਨੇ ਉਹ ਨਕਲੀ ਨੇ ਆੜ ਲੈਂਦੇ ਨੇ ਉਹਨਾਂ ਨੇ ਭੇਜੇ
ਜਦੋਂ ਗੁਰੂ ਸਾਹਿਬ ਕੋਲ ਆਏ ਤਾਂ ਮਹਾਰਾਜ ਵੇਖੋ ਜੀ ਕਸਮਾਂ ਖਾਂਦੇ ਆ, ਏਦਾਂ ਕਹਿੰਦੇ ਆ, ਮਹਾਰਾਜ ਕਹਿੰਦੇ ਇਹਨਾਂ ਦੀਆਂ ਕਸਮਾਂ ਤੇ ਭਰੋਸੇ ਨਹੀਂ ਕਰੀਦੇ। ਇਹੋ ਜਿਹੜੇ ਰਾਜਨੀਤਿਕ ਗੰਦੀ ਰਾਜਨੀਤੀ ਖੇਡਦੇ ਆ ਜਿਹੜੇ, ਉਹ ਇਹੋ ਜਿਹੀਆਂ ਤੇ ਕਸਮਾਂ ਤੇ ਭਰੋਸੇ ਨਹੀਂ ਕਰੀਦੇ। ਤੇ ਇੱਥੋਂ ਤੱਕ ਵੀ ਲਿਖਿਆ ਵੀ ਕਈ ਕਈ ਨਕਲੀ ਸਾਥ ਛੱਡ ਵੀ ਗਏ। ਅਸੀਂ ਸਿੰਘ ਨਾ ਗੁਰੂ ਜੀ ਤੇਰੇ, ਤੂੰ ਨਹੀਂ ਸਾਡਾ ਗੁਰੂ ਲੱਗਦਾ। ਕਈਆਂ ਨੇ ਉਹਨਾਂ ਦੀ ਗਿਣਤੀ 200 ਲਿਖੀ ਹੈ, ਕਈਆਂ ਨੇ 40 ਲਿਖੀ ਹੈ, ਕਈਆਂ ਨੇ 700 ਵੀ ਗਿਣਤੀ ਲਿਖੀ ਹੈ। ਜਿਹੜੇ ਕਹਿੰਦੇ ਮਹਾਰਾਜ ਅਸੀਂ ਨਹੀਂ ਰਹਿ ਸਕਦੇ, ਵਧਾਵਾ ਲਿਖ ਕੇ ਚਲੇ ਗਏ, ਛੱਡ ਕੇ ਚਲੇ ਗਏ, ਮੁੜ ਕੇ ਭਾਵੇਂ ਭੁੱਲਾਂ ਬਖਸ਼ਾ ਵੀ ਲਈਆਂ ਉਹਨਾਂ ਨੇ, ਪਰ ਇੱਕ ਵਾਰੀ ਗਏ। ਇਤਿਹਾਸਕਾਰ ਇਹ ਵੀ ਮੰਨਦੇ ਨੇ, ਇਹ ਸਭ ਕੁਝ ਸਾਨੂੰ ਸਿਖਾਉਣ ਲਈ ਹੈ। ਆਪਾਂ ਵੀ ਕਹਿੰਦੇ ਹਾਂ ਨਾ, ਆਹ ਮੇਰਾ, ਆਹ ਮੇਰਾ, ਆਹ ਮੇਰਾ, ਕਲਗੀਆਂ ਵਾਲੇ ਸਾਨੂੰ ਜਿਉਂ ਕੇ ਵਿਖਾ ਕੇ ਗਏ। ਜੇ ਮੈਨੂੰ ਛੱਡ ਸਕਦੇ ਨੇ ਤੈਨੂੰ ਕਿਉਂ ਨਹੀਂ? ਸਾਨੂੰ ਸਭ ਇਤਿਹਾਸ ਪੜ੍ਹਾਇਆ ਵਿਖਾਇਆ। ਕੁਝ ਖੜਨ ਵਾਲੇ ਹੋਣਗੇ, ਕੁਝ ਭੱਜਣ ਵਾਲੇ ਹੋਣਗੇ, ਕੁਝ ਅੜਨ ਵਾਲੇ ਹੋਣਗੇ, ਸਾਰੇ ਤਰ੍ਹਾਂ ਦੇ ਹੋਣਗੇ। ਇਹ ਸਾਨੂੰ ਵਿਖਾਇਆ, ਜੇ ਮੇਰੇ ਨਾਲ ਆਹ ਹੁੰਦੀ ਹੈ ਤੁਹਾਡੇ ਨਾਲ ਨਹੀਂ ਹੋਊ। ਕੁਝ ਖੜਨਗੇ, ਬਾਬੇ ਜਰਨੈਲ ਸਿੰਘ ਨਾਲ ਕੁਝ ਮਰ ਗਏ, ਸ਼ਹੀਦ ਹੋ ਗਏ, ਆਪਣਾ ਆਪ ਕੁਰਬਾਨ ਕਰ ਗਏ। ਤੇ ਮਾਫ਼ ਕਰਨਾ, ਧੋਖਾ ਦੇਣ ਵਾਲੇ ਵੀ ਵਿੱਚ ਹੀ ਸੀ, ਦੂਜੇ ਵੀ ਵਿੱਚ ਹੀ ਹੁੰਦੇ। ਇਹ ਹਮੇਸ਼ਾ ਨਾਲ ਨਾਲ ਚੱਲਦਾ ਹੈ, ਪੈਰਲਰ ਚੱਲਦਾ ਹੈ, ਬਰਾਬਰ ਚੱਲਦਾ ਹੈ। ਤੇ ਸਾਨੂੰ ਸਾਡੇ ਸਤਿਗੁਰਾਂ ਨੇ ਵਿਖਾਇਆ ਹੈ, ਸਿਖਾਇਆ ਹੈ ਵੀ ਆਹ ਕੁਝ ਵੀ ਹੁੰਦਾ ਹੈ ਤੇ ਵੇਖਣਾ। ਫਿਰ ਆਖਿਰਕਾਰ ਗੁਰੂ ਸਾਹਿਬ ਨੇ ਬੇਨਤੀ ਬਾਰ ਬਾਰ ਕਰਨ ਤੇ ਮਹਾਰਾਜ ਆਨੰਦਪੁਰ ਛੱਡ ਚੱਲੀ। ਚੱਲਦੇ ਹਾਂ ਪਰ ਇਹਨਾਂ ਦੀਆਂ ਕਸਮਾਂ ਤੇ ਭਰੋਸਾ ਕਰਕੇ ਨਹੀਂ। ਵੇਖੋ ਇਹਨਾਂ ਦੀਆਂ ਕਸਮਾਂ ਕਿੱਦਾਂ ਦੀਆਂ ਨੇ, ਤੁਹਾਨੂੰ ਵਿਖਾਉਂਦੇ ਆ। ਮਹਾਰਾਜ ਜਦੋਂ ਤੁਰੇ ਨੇ, ਅੱਜ ਵਾਲਾ ਦਿਨ ਹੈ, ਅੱਜ ਵਾਲਾ ਦਿਨ ਹੈ, 6 ਪੋਹ ਨੂੰ ਸ਼ਾਮ ਨੂੰ ਸਤਿਗੁਰਾਂ ਨੇ ਪੂਰੇ ਆਨੰਦਪੁਰ ਸਾਹਿਬ ਦੇ ਵਿੱਚ ਰਾਊਂਡ ਲਾਇਆ ਹੈ, ਚੱਕਰ ਲਾਇਆ, ਹਰ ਗਲੀ 'ਚ ਗਏ। ਅੱਜ ਆਨੰਦਪੁਰ ਦੀ ਹਰ ਗਲੀ 'ਚ ਗਏ, ਹਰ ਰਸਤੇ 'ਚ ਗਏ। ਕੱਲੇ ਕੱਲੇ ਰਸਤੇ 'ਚੋਂ ਲੰਘੇ ਸੱਚੇ ਪਾਤਸ਼ਾਹ, ਕਿਉਂਕਿ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੇ ਵਸਾਇਆ। ਪਹਿਲਾਂ ਨਾਮ ਚੱਕ ਨਾਨਕੀ ਰੱਖਿਆ, ਫਿਰ ਆਨੰਦਪੁਰ ਸਾਹਿਬ ਰੱਖਿਆ। ਸਤਿਗੁਰਾਂ ਨੇ ਪੂਰਾ ਇੱਕ ਰਾਊਂਡ ਲਾਇਆ। ਤੇ ਅੱਜ ਵੇਖਣ ਵਾਲਿਆਂ ਨੂੰ ਇਦਾਂ ਲੱਗਦਾ ਵੀ ਅੱਜ ਆਨੰਦਪੁਰ ਦੀਆਂ ਕੰਧਾਂ ਵੀ ਰੋਂਦੀਆਂ ਹੋਣਗੀਆਂ ਵੀ ਮਹਾਰਾਜ ਕਿੱਥੇ ਚੱਲੇ ਹੋ ਤੁਸੀਂ, ਛੱਡ ਕੇ ਤੁਹਾਡੇ ਬਿਨਾਂ ਰੌਣਕ ਚਲੀ ਜਾਏਗੀ। ਸਿੰਘ ਕਹਿੰਦੇ ਮਹਾਰਾਜ ਰੌਣਕ ਜਾਏਗੀ ਤਾਂ ਆਪਾਂ ਚਲੇ ਗਏ, ਰੌਣਕ ਵੀ ਗਈ। ਆਨੰਦਪੁਰ ਕਿੰਨੀ ਰੌਣਕ ਹੁੰਦੀ ਸੀ। ਮਹਾਰਾਜ ਕਹਿੰਦੇ ਨਹੀਂ, ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਵਸਾਇਆ ਹੈ, ਖਾਲਸੇ ਦਾ ਇਹ ਜਨਮ ਹੋਇਆ, ਇੱਥੇ ਇੱਥੇ ਸਦਾ ਹੀ ਰੌਣਕਾਂ ਲੱਗੀਆਂ ਹੀ ਰਹਿਣਗੀਆਂ। ਆਨੰਦਪੁਰ ਸਾਹਿਬ ਦੀ ਰੌਣਕ ਕਿਧਰੇ ਨਹੀਂ ਜਾਂਦੀ। ਆਨੰਦਪੁਰ ਸਾਹਿਬ ਇੱਥੇ ਰੌਣਕਾਂ ਲੱਗੀਆਂ ਹੀ ਰਹਿਣਗੀਆਂ। ਪੂਰਾ ਗੇੜਾ ਦੇ ਕੇ ਆਨੰਦਪੁਰੀਏ ਤੂੰ ਵਸਦੀ ਰਹਿ, ਇਹਦਾ ਮਹਾਰਾਜ ਨੇ ਬਚਨ ਕੀਤਾ। ਆਨੰਦਪੁਰੀਏ ਤੂੰ ਵਸਦੀ ਰਹਿ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਆਨੰਦਪੁਰੀਏ ਤੂੰ ਵਸਦੀ ਰਹਿ, ਛੋੜ ਚੱਲੇ ਮੁੜ ਆਉਣਾ ਨਹੀਂ। ਆਨੰਦਪੁਰੀਏ ਤੂੰ ਵਸਦੀ ਰਹਿ, ਛੋੜ ਚੱਲੇ ਮੁੜ ਆਉਣਾ ਨਹੀਂ। ਆਨੰਦਪੁਰੀਏ ਤੂੰ ਵਸਦੀ ਰਹਿ, ਛੋੜ ਚੱਲੇ ਮੁੜ ਆਉਣਾ ਨਹੀਂ। ਆਨੰਦਪੁਰੀਏ ਤੂੰ ਵਸਦੀ ਰਹਿ, ਛੋੜ ਚੱਲੇ ਮੁੜ ਆਉਣਾ ਨਹੀਂ। ਆਨੰਦਪੁਰੀਏ ਤੂੰ ਵਸਦੀ ਰਹਿ, ਛੋੜ ਚੱਲੇ ਮੁੜ ਆਉਣਾ ਨਹੀਂ। ਆਨੰਦਪੁਰੀਏ ਤੂੰ ਵਸਦੀ ਰਹਿ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਆਨੰਦਪੁਰੀਏ ਤੂੰ ਵਸਦੀ ਰਹਿ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਆਨੰਦਪੁਰੀਏ ਤੂੰ ਵਸਦੀ ਰਹਿ, ਛੋੜ ਚੱਲੇ ਮੁੜ ਆਉਣਾ ਨਹੀਂ। ਆਨੰਦਪੁਰੀਏ
ਸਤਪੁਰੀਏ ਤੂੰ ਵਸ ਜੀਰ ਅਸੀਂ ਛੋੜ ਕਦੇ ਮੁੜਿਓਣਾ ਪਟਨਾ ਸਾਹਿਬ ਛੱਡਿਆ ਮੁੜ ਕੇ ਪਟਨੇ ਨਹੀਂ ਗਏ ਗੁਰੂ ਸਾਹਿਬ ਨੇ ਪਾਉਂਟਾ ਸਾਹਿਬ ਛੱਡਿਆ ਮੁੜ ਕੇ ਪਾਉਂਟਾ ਸਾਹਿਬ ਨਹੀਂ ਗਏ ਆਨੰਦਪੁਰ ਸਾਹਿਬ ਛੱਡਿਆ ਮੁੜ ਕੇ ਆਨੰਦਪੁਰ ਸਾਹਿਬ ਨਹੀਂ ਗਏ ਬੜੀ ਛੋਟੀ ਉਮਰ ਹੈ 41 ਸਾਲ 9 ਮਹੀਨੇ 13 ਦਿਨ 41 ਸਾਲ 9 ਮਹੀਨੇ 13 ਦਿਨ ਦੀ ਉਮਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੀ ਸਰੀਰਕ ਉਮਰ ਉਸ ਦੇ ਉਸ ਸਰੀਰ ਦੀ ਉਮਰ ਗੁਰੂ ਤੇ ਅਮਰ ਹੈ ਪਹਿਲਾਂ ਸਮਝ ਲਈ ਨਾ ਗੱਲ ਵੀ ਗੁਰੂ ਤੇ ਅਮਰ ਹੁੰਦਾ ਉਸ ਗਿਆਨ ਉਸ ਦੇਹ 'ਚ ਵਰਤਦਾ ਸਿਆ ਉਹਦੇ 'ਚ ਕੰਮ ਕੀਤਾ ਉਸ ਸਰੀਰ 'ਚ ਕੰਮ ਕੀਤਾ ਇੱਥੇ ਵੇਖੋ 41 ਸਾਲ ਦੀ ਉਮਰ ਦੇ ਬੜੇ ਹੋਣਗੇ 40 41 50 70 70 ਸਾਲ ਉਮਰ ਲੰਘ ਗਈ ਅਜੇ ਵੀ 80 ਸਾਲ ਦਾ ਅਜੇ ਅਜੇ ਤੱਕ ਕੋਈ ਬਦਲਾਵ ਨਹੀਂ ਆਇਆ ਇੰਨੇ ਕੁ ਸਮੇਂ ਵਿੱਚ ਕੀ ਕੁਝ ਕੀਤਾ ਇੰਨੀ ਕੁ ਉਮਰ 100 ਸਾਲ ਦਾ ਜੀਣਾ ਵੀ ਬੇਕਾਰ ਦਾ ਜੀਣਾ ਹੈ 100 ਸਾਲ ਦਾ ਜੀਣਾ ਵੀ ਬੇਕਾਰ ਦਾ ਜੀਣਾ ਹੈ 2 ਸਾਲ ਜੀਆ ਹੋਤਾ ਕੁਝ ਕਰਕੇ ਜੀਆ ਹੋਤਾ 100 ਛੱਡ ਤੂੰ 2 ਸਾਲ ਜਿਉ ਪਰ ਕੁਝ ਕਰ ਆਪਣੀ ਜ਼ਿੰਦਗੀ ਵਿੱਚ ਕੁਝ ਕਰਕੇ ਜਿਉ ਕੁਝ ਐਸਾ ਕਰ ਜਾ ਕਿ ਲੋਕ ਯਾਦ ਰੱਖਣ ਫਿਰ ਆਨੰਦਪੁਰ ਸਾਹਿਬ ਛੱਡਿਆ ਮਹਾਰਾਜ ਨੇ ਪਿੱਛੇ ਸਭ ਤੋਂ ਪਹਿਲਾਂ ਮਹਾਰਾਜ ਕਹਿੰਦੇ ਜਿੰਨਾ ਕੂੜਾ ਕਰਕਟ ਸਮਾਨ ਹੈ ਖੱਚਰਾਂ ਤੇ ਲੱਦੋ ਖੁਰਜੀਆਂ ਭਰ ਦਿਓ ਖੁਰਜੀਆਂ ਭਰ ਦਿੱਤੀਆਂ ਮਰੇ ਪਸ਼ੂਆਂ ਦੀਆਂ ਹੱਡੀਆਂ ਪਾ ਦਿੱਤੀਆਂ ਪੱਤੇ ਪਾ ਦਿੱਤੇ ਰੋੜੇ ਇਕੱਠੇ ਕਰਕੇ ਪਾ ਦਿੱਤੇ ਖੱਚਰਾਂ ਭਰ ਦਿੱਤੀਆਂ ਉੱਤੋਂ ਮੂੰਹ ਸਿਉਂ ਦਿਓ ਬੰਦ ਕਰ ਦਿਓ ਬੰਦ ਕਰ ਦਿੱਤੇ ਖੁਰਜੀਆਂ ਬੰਦ ਕਰ ਦਿੱਤੀਆਂ ਖੱਚਰਾਂ ਤੇ ਲੱਦਤਾ ਸਮਾਨ ਮਰ ਗਏ ਤੁਸੀਂ ਕਹਿੰਦੇ ਸੀ ਨਾ ਇਹਨਾਂ ਦੀਆਂ ਕਸਮਾਂ ਤੇ ਭਰੋਸਾ ਕਰ ਲਓ ਕਹਿੰਦੇ ਹੁਣੇ ਵਿਖਾਉਂਦੇ ਆ ਗੁਰੂ ਸਾਹਿਬ ਕਹਿੰਦੇ ਆ ਭਾਈ ਪਹਿਲਾਂ ਸਾਡਾ ਖਜ਼ਾਨਾ ਜਾਏਗਾ ਅਸੀਂ ਬਾਅਦ 'ਚ ਜਾਵਾਂਗੇ ਖਜ਼ਾਨਾ ਪਹਿਲਾਂ ਜਾਏਗਾ ਅਸੀਂ ਬਾਅਦ 'ਚ ਜਾਵਾਂਗੇ ਕਸਮਾਂ ਖਾਂਦੇ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਵੇਗਾ ਮਹਾਰਾਜ ਇੱਕ ਵਾਰੀ ਚਲੇ ਜਾਓ ਅਸੀਂ ਬਾਦਸ਼ਾਹ ਨੂੰ ਮੂੰਹ ਵਿਖਾਉਣ ਜੋਗੇ ਰਹਿ ਜਾਈਏ ਬਾਦਸ਼ਾਹ ਕੀ ਕਹੇਗਾ ਇੰਨੇ ਮਹੀਨਿਆਂ ਤੋਂ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਨਹੀਂ ਕਰ ਸਕੇ ਫੜ ਨਹੀਂ ਸਕੇ ਆਨੰਦਪੁਰ ਤੋਂ ਅਸੀਂ ਖਾਲੀ ਨਹੀਂ ਕਰਾ ਸਕੇ ਇੱਕ ਵਾਰੀ ਜਾਓ ਮੁੜ ਕੇ ਫੇਰ ਆ ਜਿਓ ਭਾਵੇਂ ਤੁਹਾਨੂੰ ਅਸੀਂ ਕੁਝ ਨਹੀਂ ਕਵਾਂਗੇ ਇੱਕ ਵਾਰੀ ਜਾਓ ਕਸਮਾਂ ਖਾਂਦੇ ਸੀ ਤੇ ਅੱਜ ਕਲਗੀਆਂ ਵਾਲੇ ਕਹਿੰਦੇ ਵੇਖੋ ਇਹਨਾਂ ਦੀਆਂ ਕਸਮਾਂ ਤੇ ਭਰੋਸੇ ਕਰਦੇ ਸੀ ਕਹਿੰਦੇ ਸਾਡਾ ਖਜ਼ਾਨਾ ਪਹਿਲਾਂ ਜਾਏਗਾ ਉਹ ਪਹਾੜੀ ਰਾਜੇ ਕਹਿੰਦੇ ਜੇ ਖਜ਼ਾਨਾ ਹੀ ਚੱਲ ਗਿਆ ਤੇ ਮਗਰ ਲੁੱਟਾਂਗੇ ਕੀ ਉਹ ਖਜ਼ਾਨਾ ਜਦੋਂ ਬਾਹਰ ਨਿਕਲਿਆ ਖੱਚਰਾਂ 100 ਖੱਚਰ ਭਰੀ ਹੋਈ ਇਹਨਾਂ ਨੇ ਘੇਰ ਕੇ ਲੈ ਗਏ ਤੰਬੂਆਂ 'ਚ ਲਿਜਾ ਕੇ ਜਦੋਂ ਮੂੰਹ ਖੋਲ ਕੇ ਵੇਖਿਆ ਤੇ ਵਿੱਚੋਂ ਹੱਡੀਆਂ ਨਿਕਲਦੀਆਂ ਨੇ ਪੱਤੇ ਨਿਕਲਦੇ ਆ ਸਤਿਗੁਰੂ ਕਹਿੰਦੇ ਕਰ ਲਓ ਭਰੋਸਾ ਇਹਨਾਂ ਦੀਆਂ ਕਸਮਾਂ ਇਹ ਤੇ ਇੱਥੇ ਖੜੇ ਆ ਇਹਨਾਂ ਦੀਆਂ ਕਸਮਾਂ ਤੇ ਵਿਸ਼ਵਾਸ ਨਹੀਂ ਕਰੀਦਾ ਭਰੋਸਾ ਨਹੀਂ ਕਰੀਦਾ ਉਸ ਵੇਲੇ ਫਿਰ ਸਤਿਗੁਰਾਂ ਨੇ ਫੈਸਲਾ ਕੀਤਾ ਹੋਇਆ ਸੀ ਤੁਰੇ ਅੱਗੇ ਆਪ ਲੱਗੇ ਪਿੱਛੇ ਸਭ ਤੋਂ ਬੈਕ ਪਿੱਛੇ ਪਿੱਛੋਂ ਹਮਲਾ ਨਾ ਹੋਵੇ ਅਜੀਤ ਸਿੰਘ ਨੂੰ ਲਾਇਆ ਆਪਣੇ ਪੁੱਤਰ ਨੂੰ ਲੁਕੋ ਲੁਕੋ ਕੇ ਨਹੀਂ ਰੱਖਿਆ ਨਾਲ ਲਾਇਆ ਪਿੱਛੇ ਲਾਇਆ ਵੀ ਹਮਲਾ ਪਿੱਛੋਂ ਹੋਏਗਾ ਅੱਗੇ ਆਪ ਨੇ ਵਿਚਾਲੇ ਸਿੱਖ ਨੇ ਪਿੱਛੇ ਅਜੀਤ ਸਿੰਘ ਨੂੰ ਲਾਇਆ ਪਿੱਛੋਂ ਹੀ ਹਮਲਾ ਹੋਵੇ ਅਜੀਤ ਸਿੰਘ ਟੋਟੇ ਟੋਟੇ ਹੋ ਜਾਈ ਅੱਗੇ ਨਹੀਂ ਆਉਣ ਦੇਣਾ ਟੁਕੜੇ ਹੋ ਜਾਣ ਭਾਵੇਂ ਸਰੀਰ ਦੇ ਅੱਗੇ ਨਹੀਂ ਆਉਣ ਦੇਣਾ ਕਿਸੇ ਸਤ ਬਚਨ ਪਿਤਾ ਜੀ ਲੁਕੋ ਕੇ ਨਹੀਂ ਰੱਖੇ ਆਪਣੇ ਪੁੱਤਰ ਜਿਵੇਂ ਆਪਾਂ ਕਈ ਵਾਰੀ ਕਹਿੰਦੇ ਹਾਂ ਇੱਕ ਸਿੰਘ ਨੇ ਮਹਾਰਾਜ ਨੂੰ ਆਖਿਆ ਸ਼ਹਿਨਸ਼ਾਹ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਤੇ ਗਲਗੀਆਂ ਵਾਲੇ ਸੱਚੇ ਪਾਤਸ਼ਾਹ ਕਹਿੰਦੇ ਨੇ ਡੁੱਬਦੇ ਧਰਮ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤਰ ਸਨ ਬਖਸ਼ੇ ਪਰਮਾਤਮਾ ਨੇ ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ ਮੈਨੂੰ ਮਤ ਸ਼ਹਿਨਸ਼ਾਹ
ਤੁਸੀਂ ਕਹੋ ਸਿੰਘੋ ਕਿਸ਼ਤਾਂ ਵਿੱਚ ਤਾਂ ਕਰਜ਼ ਉਤਾਰਿਆ ਮੈਂ ਸ਼ਹਿਨਸ਼ਾਹ ਨਾ ਕਹੋ ਕਹਿੰਦੇ ਜੀ ਕਿਉਂ ਕਹਿੰਦੇ ਮੈਂ ਤੇ ਕਿਸ਼ਤਾਂ 'ਚ ਕਰਜ਼ਾ ਲਾਇਆ ਇੱਕੇ ਵਾਰੀ ਨਹੀਂ ਥੋੜੇ ਥੋੜੇ ਕਰਕੇ ਮੈਨੂੰ ਸ਼ਹਿਨਸ਼ਾਹ ਨਾ ਕਹੋ ਲੁਕੋ ਕੇ ਨਹੀਂ ਰੱਖੇ ਸਤਿਗੁਰਾਂ ਨੇ ਆਪਣੇ ਸਾਹਿਬਜ਼ਾਦੇ ਆਪਣੇ ਪੁੱਤਰ ਲੁਕੋ ਕੇ ਨਹੀਂ ਰੱਖੇ ਚੱਲਦਿਆਂ ਚੱਲਦਿਆਂ ਕੀਰਤਪੁਰ ਸਾਹਿਬ ਆਇਆ ਤੇ ਕੀਰਤਪੁਰ ਸਾਹਿਬ ਮਹਾਰਾਜ ਨੇ ਬਾਹਰੋਂ ਹੀ ਨਮਸਕਾਰ ਕੀਤੀ ਉਸੇ ਵੇਲੇ ਪਿੱਛਾ ਕਰਨਾ ਸ਼ੁਰੂ ਕਰਤਾ ਦੁਸ਼ਮਣਾਂ ਨੇ ਐਲੀ ਐਲੀ ਦੇ ਨਾਰੇ ਫੜ ਲਓ ਦੀਆਂ ਆਵਾਜ਼ਾਂ ਜਾਨ ਨਹੀਂ ਦੇਣਾ ਲੰਘਣ ਨਹੀਂ ਦੇਣਾ ਇਹਦਾ ਪਿੱਛੋਂ ਆਵਾਜ਼ਾਂ ਆਉਂਦੀਆਂ ਨੇ ਅੱਜ ਵਾਲੀ ਰਾਤ ਹੈ ਜਿਹੜੀ ਆਪਾਂ ਸੋਹਣੇ ਮਖਮਲੀ ਕੰਬਲ ਲੈ ਕੇ ਸੌਣਾ ਹੈ ਇਹ ਅੱਜ ਵਾਲੀ ਰਾਤ ਹੈ ਜਿਹੜੀ ਆ ਰਹੀ ਹੈ ਰਾਤ ਅੱਜ ਨਾਲੋਂ ਤੇ ਬਹੁਤ ਜ਼ਿਆਦਾ ਠੰਡ ਹੁੰਦੀ ਸੀ ਉਦੋਂ ਕਿਉਂ ਪਾਪੂਲੇਸ਼ਨ ਘੱਟ ਸੀ ਲੋਕ ਬਹੁਤੇ ਨਹੀਂ ਸੀ ਕੋਈ ਫੈਕਟਰੀਆਂ ਨਹੀਂ ਸੀ ਕੋਈ ਮੋਟਰ ਗੱਡੀਆਂ ਨਹੀਂ ਸੀ ਇੰਨੀ ਆਬਾਦੀ ਨਹੀਂ ਸੀ ਜੰਗਲ ਹੀ ਜੰਗਲ ਸੀ ਠੰਡ ਬੜੀ ਸੀ ਜਿੱਥੇ ਆਬਾਦੀ ਘੱਟ ਹੈ ਉੱਥੇ ਠੰਡ ਜ਼ਿਆਦਾ ਹੈ ਆਬਾਦੀ ਬਹੁਤ ਘੱਟ ਸੀ ਸਰਦੀ ਬਹੁਤ ਜ਼ਿਆਦਾ ਸੀ ਉਦੋਂ ਤੇ ਅੱਜ ਵਾਲਾ ਦਿਨ ਸਤਿਗੁਰੂ ਰਾਤ ਸਫ਼ਰ ਕਰਦੇ ਰਹੇ ਮਰਦ ਪਿੱਛੇ ਫੌਜਾਂ ਆ ਗਈਆਂ ਅੰਮ੍ਰਿਤ ਵੇਲਾ ਹੋ ਗਿਆ ਅੱਗੇ ਸਰਸਾ ਇੱਕ ਨਾਲਾ ਹੈ ਨਦੀ ਹੈ ਬਰਸਾਤ ਹੁੰਦੀ ਸੀ ਪਹਾੜਾਂ ਵਿੱਚ ਤੇ ਭਰ ਕੇ ਚੱਲਦਾ ਸੀ ਉਦਾਂ ਲੋਕਾਂ ਨੇ ਵਿੱਚ ਦੀ ਲਾਂਘਾ ਬਣਾਇਆ ਹੋਇਆ ਸੀ ਉਦਾਂ ਨਹੀਂ ਸੀ ਭਰਦਾ ਜਦੋਂ ਬਰਸਾਤ ਹੁੰਦੀ ਸੀ ਉਦੋਂ ਹੀ ਭਰ ਕੇ ਚੱਲਦਾ ਸੀ ਜਿਵੇਂ ਕਈ ਨਦੀਆਂ ਪਟਿਆਲੇ ਨਦੀ ਹੈ ਉਦਾਂ ਤੇ ਉਹਨੂੰ ਵੇਖ ਕੇ ਲੱਗਦਾ ਹੀ ਨਹੀਂ ਵੀ ਕਿਸੇ ਦਾ ਨੁਕਸਾਨ ਵੀ ਕਰਦੀ ਹੋਏਗੀ ਜਦੋਂ ਬਰਸਾਤਾਂ ਹੁੰਦੀਆਂ ਨੇ ਪਿੰਡਾਂ ਦੇ ਪਿੰਡ ਰੋੜ ਕੇ ਲੈ ਜਾਂਦੀ ਹੈ ਘੱਗਰ ਹੈ ਜਿਵੇਂ ਘੱਗਰ ਹੈ ਉਦਾਂ ਲੱਗਦਾ ਹੀ ਨਹੀਂ ਵੀ ਇਹ ਕੀ ਨੁਕਸਾਨ ਕਰੇਗਾ ਪਰ ਜਦੋਂ ਬਰਸਾਤਾਂ ਆਉਂਦੀਆਂ ਨੇ ਪਿੰਡਾਂ ਦੇ ਪਿੰਡ ਰੋੜ ਕੇ ਲੈ ਜਾਂਦਾ ਹੈ ਉਹ ਸੁੱਕਿਆ ਹੋਇਆ ਨਾਲਾ ਹੈ ਬਸ ਲੋਕੀ ਲੰਘਦੇ ਹੁੰਦੇ ਸੀ ਪਰ ਕਮਾਲ ਹੈ ਖੇਡ ਏਦਾਂ ਦੀ ਕਿ ਅੱਜ ਉਹ ਵੀ ਨੱਕੋ ਨੱਕ ਉੱਪਰ ਤੱਕ ਭਰਿਆ ਵਗਦਾ ਫੁੱਲ ਭਰਿਆ ਹੋਇਆ ਬਰਸਾਤਾਂ ਹੋਣ ਕਰਕੇ ਭਰ ਕੇ ਵਗਦਾ ਹੈ ਅੱਗੇ ਨਾਲਾ ਅੱਗੇ ਉਹ ਨਦੀ ਨਦੀ ਕਹਿ ਲਓ ਭਾਵੇਂ ਨਦੀ ਆ ਗਈ ਸਰਸਾ ਭਰਿਆ ਚੱਲਦਾ ਹੈ ਅੱਗੇ ਸਰਸਾ ਭਰ ਕੇ ਚੱਲਦਾ ਹੈ ਪਿੱਛੇ ਫੌਜਾਂ ਚੜ੍ਹ ਕੇ ਆ ਗਈਆਂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੂੰ ਕਹਿੰਦੇ ਮਰਦ ਫੌਜਾਂ ਨੇੜੇ ਆ ਗਈਆਂ ਨੇ ਇੱਕਦਮ ਸੱਚੇ ਪਾਤਸ਼ਾਹ ਕਹਿੰਦੇ ਭੁੱਖ ਲੱਗੀ ਭੁੱਖ ਲੱਗੀ ਨਗਾਰੇ ਨਗਾਰਚੀ ਨੇ ਨਗਾਰਾ ਵਜਾ ਦਿੱਤਾ ਅੰਮ੍ਰਿਤ ਵੇਲਾ ਹੋ ਗਿਆ ਨਗਾਰਚੀ ਨੇ ਨਗਾਰਾ ਵਜਾ ਦਿੱਤਾ ਨਗਾਰਾ ਸਾਡੇ ਧਰਮ ਵਿੱਚ ਹਰ ਗੱਲ ਨਗਾਰੇ ਦੀ ਚੋਟ ਤੇ ਕਹੀ ਜਾਂਦੀ ਗੁਰਦੁਆਰੇ 'ਚ ਨਗਾਰਾ ਹੁੰਦਾ ਅਖੜਤਾਲਾਂ ਤੇ ਆ ਗਈਆਂ ਟੱਲੀਆਂ ਨਹੀਂ ਸਾਡੇ ਗੁਰਦੁਆਰਿਆਂ 'ਚ ਨਗਾਰਾ ਹੈ ਇਹ ਚਲੋ ਹੁਣ ਪ੍ਰਚਲਿਤ ਹੋ ਗਈ ਗੱਲ ਹੌਲੀ ਹੌਲੀ ਬਦਲ ਸਕੀਏ ਤੇ ਬਦਲੋ ਨਗਾਰੇ ਲਿਆਓ ਗੁਰਦੁਆਰਿਆਂ 'ਚ ਛੋਟੀ ਜੀ ਰੇਹੜੀ ਲਾਓ ਰੇਹੜੀ ਦੇ ਉੱਤੇ ਨਗਾਰਾ ਧਰੋ ਨਗਾਰਾ ਅੱਗੇ ਵੱਜੇ ਮਗਰ ਗੁਰੂ ਗ੍ਰੰਥ ਸਾਹਿਬ ਜਾਣ ਕਈ ਵਾਰੀ ਵਿੱਚ ਦੀ ਪੁਆਇੰਟ ਕਹਿ ਦੇਣਾ ਵੀ ਜਾ ਦਿਮਾਗ 'ਚ ਰਹਿ ਜਾਂਦੀ ਗੱਲ ਹਰ ਗੁਰਦੁਆਰੇ 'ਚ ਨਗਾਰਾ ਲਿਆਓ ਟੱਲੀਆਂ ਨਹੀਂ ਕੜਤਾਲ ਵੀ ਟੱਲੀ ਹੋਈ ਹੈ ਉਹਦੀ ਆਵਾਜ਼ ਵੀ ਟੱਲੀ ਵਰਗੀ ਹੀ ਹੁੰਦੀ ਹੈ ਇਹ ਹੌਲੀ ਹੌਲੀ ਬਦਲੋ ਨਗਾਰਾ ਗੁਰਦੁਆਰੇ ਦੇ ਵਿੱਚ ਹੁੰਦਾ ਹੈ ਉਹ ਹੁਣ ਨਗਾਰੇ ਦੀ ਚੋਟ ਤੇ ਗੱਲ ਕਹੀ ਜਾਂਦੀ ਹੈ ਗੁਰਦੁਆਰੇ 'ਚ ਜੋ ਕਿਹਾ ਜਾਂਦਾ ਨਗਾਰਾ ਇਸ ਗੱਲ ਦਾ ਪ੍ਰਤੀਕ ਹੈ ਵੀ ਇਹ ਡਗੇ ਦੀ ਚੋਟ ਤੇ ਨਗਾਰੇ ਦੀ ਚੋਟ ਤੇ ਗੱਲ ਕਹੀ ਜਾਂਦੀ ਇਸ ਗੱਲ ਦਾ ਪ੍ਰਤੀਕ ਹੈ ਗੁਰਦੁਆਰੇ 'ਚ ਨਗਾਰਾ ਡੰਕੇ ਦੀ ਚੋਟ ਤੇ ਹਰ ਗੱਲ ਕਹੀ ਜਾਂਦੀ ਹੈ ਡੰਕੇ ਦੀ ਚੋਟ ਤੇ ਗਗਨ ਦਮਾਮਾ ਵਾਜਿਓ ਪਰਿਓ ਨਿਸ਼ਾਨੇ ਘਾਓ ਉਹ ਫਿਰ ਅੰਦਰ ਵਾਲੇ ਨਗਾਰੇ ਤੇ ਗੁਰੂ ਦੇ ਗਿਆਨ ਨਾਲ ਵੱਜਦੇ ਨੇ ਨਾ ਬੰਦੇ ਦੇ ਅੰਦਰ ਜਿਹੜੀ ਚੋਟ ਪੈਂਦੀ ਹੈ ਜਾ ਕੇ ਉਹ ਤੇ ਨਗਾਰਾ ਫਿਰ ਅੰਦਰ ਵਾਲਾ ਉਹ ਤੇ ਗੁਰੂ ਦੇ ਗਿਆਨ ਦਾ ਨਗਾਰਾ ਫਿਰ ਸਾਡੇ ਅੰਦਰ ਵੱਜਦਾ ਹੈ ਐ ਵੱਜਦਾ ਚੋਟ ਵੱਜਦੀ ਹੈ ਜਾ ਕੇ ਫਿਰ ਸਾਡਾ ਸੁੱਤਾ ਹੋਇਆ ਮਨ ਜਾਂਦਾ ਸੁੱਤਾ ਹੋਇਆ ਮਨ ਗਗਨ ਦਮਾਮਾ ਵਾਜਿਓ ਪਰਿਓ ਨਿਸ਼ਾਨੇ ਘਾਓ ਫਿਰ ਅੰਦਰ ਇੱਕ ਨਿਸ਼ਾਨ ਪੈਂਦਾ ਹੈ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਫਿਰ ਮਨ ਸੂਰਮਾ ਬਣਦਾ ਹੈ ਗੁਰੂ ਦੇ ਗਿਆਨ ਦੀ ਚੋਟ ਖਾ ਕੇ ਕਬੀਰ ਚੋਟ ਸਹੇਲੀ ਸੇਲ ਕੀ ਸਹੇਲੀ ਹੈ ਚੋਟ ਉਹ
ਉਹਦੇ ਨਾਲ ਫਿਰ ਮਨ ਕਾਇਮ ਹੋ ਜਾਂਦਾ ਡਗਾ ਵੱਜ ਗਿਆ ਕਹਿੰਦੇ ਜੀ ਨਗਾਰਾ ਵੱਜ ਗਿਆ ਅੰਮ੍ਰਿਤ ਵੇਲਾ ਹੋ ਗਿਆ ਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਕਹਿੰਦੇ ਸਿੰਘੋ ਭੁੱਖ ਲੱਗੀ ਹੈ ਮੈਂ ਹੁਣ ਗੱਲ ਕਰਦਾ ਸੀ ਤੁਹਾਡੇ ਨਾਲ ਪੂਰਨੇ ਕਿੱਦਾਂ ਪਾਏ ਜਾਂਦੇ ਐ ਅੰਦਰ ਹੀ ਕੁਰਲੀ ਕੁਰਲੀ ਕਰ ਲਈ ਅੰਦਰ ਹੀ ਉੱਥੇ ਹੀ ਜੱਗ ਆ ਗਿਆ ਪਾਣੀ ਦਾ ਉੱਥੇ ਹੀ ਉੱਠ ਕੇ ਬਹਿ ਗਿਆ ਮੈਂ ਗੱਲ ਇਹ ਕਰ ਰਿਹਾ ਸੀ ਤੁਹਾਡੇ ਨਾਲ ਪੂਰਨੇ ਇਦਾਂ ਪੈਂਦੇ ਗੁਰਮਖੋ ਐਵੇਂ ਨਹੀਂ ਘਰ ਘਰ ਫੋਟੋਆਂ ਲੱਗੀਆਂ ਆ ਸਾਡੀਆਂ ਤੇ ਫੋਟੋਆਂ ਨੇ ਨਾ ਜਿਹੜੀਆਂ ਆ ਜਿਉਂਦਿਆਂ ਦੀ ਨੇ ਮਰਨ ਤੋਂ ਬਾਅਦ ਇਹ ਕਹਿਣ ਕਿੱਥੇ ਮਰਿਆ ਪੱਥੇ ਲੱਗਦਾ ਪੇਟੀ 'ਚ ਰੱਖ ਦਿਓ ਦੋ ਚਾਰ ਮਹੀਨੇ ਹੀ ਟੰਗਦੇ ਨੇ ਬਾਹਰ ਤੁਹਾਡੇ ਘਰਾਂ 'ਚ ਹੋਣਗੀਆਂ ਦਾਦਿਆਂ ਪੜਦਾਦਿਆਂ ਦੀਆਂ ਥੋੜ੍ਹਾ ਕੁ ਚਿਰ ਬੰਦਾ ਲਾ ਕੇ ਰੱਖਦਾ ਸਾਹਮਣੇ ਸਵਰਗਵਾਸੀ ਫਲਾਣਾ ਸਿੰਘ ਜੀ ਮੁੜ ਕੇ ਪਿੱਛੇ ਹੀ ਕਰ ਦਿਓ ਹੁਣ ਸਦਾ ਹੀ ਥੋੜ੍ਹਾ ਲਾਈ ਰੱਖਣੀ ਹੈ ਚਿਹਰਾ ਹੀ ਭੁੱਲ ਜਾਂਦਾ ਕਿੱਦਾਂ ਦਾ ਹੁੰਦਾ ਸੀ ਆਇਆ ਗਿਆ ਮੋਇਆ ਨਾਓ ਆਇਆ ਗਿਆ ਨਾਮ ਵੀ ਮਰ ਗਿਆ ਨਾਮ ਵੀ ਮਰ ਗਿਆ ਹੁਣ ਚੇਤਾ ਹੀ ਨਹੀਂ ਰਿਹਾ ਹੈ ਵੀ ਸੀ ਪਿੰਡ 'ਚ ਹੁੰਦਾ ਵੀ ਸੀ ਗੱਲ ਹੀ ਨਹੀਂ ਕਰਦਾ ਕੋਈ ਹੁਣ ਨਾਮ ਵੀ ਮਰ ਗਿਆ ਪਰ ਦੂਜੇ ਪਾਸੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋਬਿੰਦ ਉਹ ਰਹਿੰਦੇ ਨੇ ਸਦਾ ਉਹ ਨਹੀਂ ਮਰਦੇ ਮਹਾਰਾਜ ਜੀ ਕਹਿੰਦੇ ਨੇ ਭੁੱਖ ਲੱਗੀ ਹੈ ਕਹਿੰਦੇ ਜੀ ਤੁਹਾਨੂੰ ਇਸ ਵੇਲੇ ਛਕਣ ਲਈ ਕੀ ਦਿੱਤਾ ਜਾਏ ਮਹਾਰਾਜ ਕਹਿੰਦੇ ਭੁੱਖ ਰੋਟੀ ਦੀ ਨਹੀਂ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਭੁੱਖ ਲੱਗੀ ਮਹਾਰਾਜ ਕਹਿੰਦੇ ਕੀਰਤਨ ਸੁਣਾਓ ਇੱਥੇ ਕੀਰਤਨ ਮਹਾਰਾਜ ਕਹਿੰਦੇ ਨਿਤਨੇਮ ਨਹੀਂ ਛੱਡਣਾ ਕੀਰਤਨ ਸੁਣਾਓ ਕਮਾਲ ਹੋ ਗਈ ਸਰਸਾ ਦੇ ਕੰਢੇ ਤੇ ਨੀਲੇ ਆਸਮਾਨ ਦੀ ਛੱਤ ਹੇਠ ਘਾਹ ਦੀ ਵਿਛਾਈ ਉੱਤੇ ਹੀ ਪੁੰਜੇ ਹੀ ਬਹਿ ਕੇ ਸੁਰੰਦੇ ਖੜਤਾਲਾਂ ਕੱਢ ਲਿਆਂਦੀਆਂ ਕੀਰਤਨ ਹੁੰਦਾ ਇਹ ਜਿਹੜਾ ਉਹ ਫਿਲਮ ਬਣਾਈ ਸੀ ਨਾ ਸਾਹਿਬਜ਼ਾਦਿਆਂ ਦੀ ਹੈ ਸੁਰਤ ਵਿੱਚ ਜੇ ਤੁਹਾਡੇ ਸਾਰਿਆਂ ਨੇ ਵੇਖੀ ਹੋਣੀ ਸਭ ਨਹੀਂ ਵੇਖੀ ਤੇ ਸਾਹਿਬਜ਼ਾਦਿਆਂ ਦੀ ਫਿਲਮ ਅੱਜ ਕੱਲ੍ਹ ਦੇ ਦਿਨਾਂ 'ਚ ਤੇ ਜ਼ਰੂਰ ਵੇਖਿਓ ਕਾਫੀ ਹੱਦ ਤੱਕ ਵਧੀਆ ਬਣੀ ਹੈ ਸਾਰਾ ਕੁਝ ਨਹੀਂ ਕਾਫੀ ਹੱਦ ਤੱਕ ਵਧੀਆ ਬਣੀ ਹੈ ਇਹਨਾਂ ਦਿਨਾਂ ਵਿੱਚ ਜ਼ਰੂਰ ਵੇਖੋ ਸੀਡੀ ਲਿਆ ਕੇ ਬੱਚਿਆਂ ਨੂੰ ਵਿਖਾਇਓ ਇਹਨਾਂ ਦਿਨਾਂ 'ਚ ਅੱਜ ਦਾ ਦਿਨ ਵਿਖਾਓ ਫਿਰ ਸਾਹਿਬਜ਼ਾਦੇ ਸਾਰਾ ਵਿਖਾਓ ਦੁਬਾਰਾ ਯਾਦ ਆ ਜਾਂਦੀ ਹੁੰਦੀ ਹੈ ਦੁਬਾਰਾ ਯਾਦ ਆ ਜਾਏਗੀ ਸਾਰੀ ਉਹ ਸਾਰਾ ਸੀਨ ਸਾਹਮਣੇ ਆ ਜਾਏ ਫਿਰ ਇਹ ਸਰਸਾ ਦੇ ਕੰਢੇ ਦੇ ਫਿਰ ਜਦੋਂ ਕੀਰਤਨ ਕੀਤਾ ਕਹਿੰਦੇ ਕਲਗੀਧਰ ਜੀ ਨੇ ਆਪ ਵੀ ਕੀਰਤਨ ਕੀਤਾ ਮਾਤਾ ਗੁਜਰ ਕੌਰ ਜੀ ਇਦਾਂ ਸਾਹਮਣੇ ਬੀਬੀਆਂ ਦੇ ਵਿੱਚ ਬੈਠੇ ਫਿਰ ਫਤਿਹ ਸਿੰਘ ਨੇ ਵੀ ਆਸਾ ਜੀ ਦੀ ਵਾਰ ਵਿੱਚ ਪੌੜੀਆਂ ਪੜੀਆਂ ਜੁਝਾਰ ਸਿੰਘ ਨੇ ਵੀ ਪੜੀਆਂ ਅਜੀਤ ਸਿੰਘ ਗੈਰ ਹਾਜ਼ਰ ਹੈ ਪਿੱਛੇ ਜਿੱਥੇ ਜੰਗ ਉਹਨਾਂ ਨੂੰ ਕਿਹਾ ਸੀ ਰੋਕਣਾ ਹੈ ਜੇ ਫੌਜ ਆ ਗਈ ਤੇ ਰੋਕਿਓ ਕਮਾਲ ਦੀ ਗੱਲ ਹੈ ਇਹ ਅੱਜ ਵਾਲਾ ਸਵੇਰ ਹੋਣੀ ਹੈ ਜਿਹੜੀ ਉਹ ਹੈ ਤੇਗਾਂ ਤੇ ਢਾਲਾਂ ਖੜਕਣ ਤੇ ਇੱਧਰ ਸੁਰੰਦੇ ਤੇ ਖੜਤਾਲਾਂ ਖੜਕਣ ਕੀਰਤਨ ਹੋਵੇ ਇਹ ਚੇਤਾ ਰੱਖਣਾ ਇਹ ਇੱਥੋਂ ਹੀ ਤਾਕਤ ਲਈ ਜਾਂਦੀ ਹੈ ਸੁਰੰਦੇ ਤੇ ਖੜਤਾਲਾਂ ਖੜਕਾ ਕੇ ਮਨ ਕਾਇਮ ਕਰਕੇ ਮਜ਼ਬੂਤ ਕਰਕੇ ਤਾਂ ਹੀ ਤੇਗਾਂ ਤੇ ਢਾਲਾਂ ਖੜਕਾਈਆਂ ਜਾ ਸਕਦੀਆਂ ਨੇ ਨਹੀਂ ਤੇ ਤੇਗਾਂ ਤਾਂ ਢਾਲਾਂ ਜ਼ੁਲਮ ਕਰਨ ਲੱਗ ਪੈਂਦੀਆਂ ਨੇ ਤਲਵਾਰਾਂ ਤੇ ਸਾਰਿਆਂ ਕੋਲ ਹੀ ਨੇ ਸ਼ਸਤਰ ਗੁਰੂ ਗੋਬਿੰਦ ਸਿੰਘ ਕੋਲ ਵੀ ਸੀ ਸ਼ਸਤਰ ਔਰੰਗਜ਼ੇਬ ਕੋਲ ਵੀ ਸੀ ਪਰ ਫਰਕ ਹੈ ਹਥਿਆਰ ਡਾਕਟਰ ਕੋਲ ਵੀ ਹੁੰਦਾ ਹੈ ਹਥਿਆਰ ਡਾਕੂ ਕੋਲ ਵੀ ਹੁੰਦਾ ਹੈ ਪਰ ਡਾਕਟਰ ਵਾਲਾ ਹਥਿਆਰ ਬਣਾਉਣ ਵਾਸਤੇ ਕੀਰਤਨ ਸੁਣਾਉਣਾ ਪੈਂਦਾ ਹੈ ਆਖੋ ਸਤਨਾਮ ਤਲਵਾਰ ਫੜਾ ਕੇ ਫਿਰ ਉਹਨੂੰ ਜੇ ਡਾਕਟਰ ਦਾ ਕੰਮ ਲੈਣਾ ਨਾ ਉਹਦੇ ਤੋਂ ਫਿਰ ਉਹਨੂੰ ਗੁਰਬਾਣੀ ਨਾਲ ਜੋੜਨਾ ਪੈਂਦਾ ਹੈ ਗੁਰਮਤ ਦੀ ਵਿਚਾਰ ਹੋਵੇ ਹੱਥ 'ਚ ਹਥਿਆਰ ਹੋਵੇ ਤਾਂ ਸਹੀ ਕੰਮ ਕਰਦਾ ਹੈ ਨਹੀਂ ਤੇ ਜ਼ੁਲਮ ਕਰੇਗਾ ਹਥਿਆਰ ਮਾੜਾ ਨਹੀਂ ਵਰਤੋਂ ਕਿੱਦਾਂ ਕਰਨਾ ਹੈ ਇਹ ਵੇਖਿਆ ਜਾਣਾ ਹੈ ਹਥਿਆਰ ਮਾੜਾ ਨਹੀਂ ਇਹ ਕਿਸੇ ਨੂੰ ਡਰਾਉਣ ਵਾਸਤੇ ਨਹੀਂ ਕਿਰਪਾਨਾਂ ਸਿੱਖ ਚੁੱਕੀ ਫਿਰਦੇ ਕਿਸੇ ਨੂੰ ਡਰਾਉਣ ਜਾਂ ਧਮਕਾਉਣ ਵਾਸਤੇ ਸਿੱਖ ਕਿਰਪਾਨਾਂ ਨਹੀਂ ਚੁੱਕੀ ਫਿਰਦੇ ਇਹ ਤੇ ਡਾਕਟਰ ਵਾਲਾ ਹਥਿਆਰ ਹੈ ਲੋੜ ਪੈਣ ਤੇ ਬਿਮਾਰੀ ਕੱਟੀ ਜਾ ਸਕੇ ਆਖੋ ਸਤਨਾਮ
ਬਿਮਾਰੀ ਨੂੰ ਕੱਟਣ ਵਾਸਤੇ ਹੈ ਸਾਡਾ ਹਥਿਆਰ, ਸਾਡਾ ਹਥਿਆਰ ਹੈ ਬਿਮਾਰੀ ਨੂੰ ਕੱਟਣ ਵਾਸਤੇ। ਸਿੱਖਾਂ ਦੇ ਹੱਥ ਵਿੱਚ ਹਥਿਆਰ ਹੈ ਜਿਹੜਾ, ਇਹ ਡਰਾਉਣ ਲਈ ਨਹੀਂ ਕਿਸੇ ਨੂੰ, ਅਸੀਂ ਡਰਾਉਂਦੇ ਨਹੀਂ ਕਿਸੇ ਨੂੰ, ਧਮਕਾਉਂਦੇ ਨਹੀਂ ਕਿਸੇ ਨੂੰ, ਇਹ ਸਾਡਾ ਡਰਾਉਣਾ ਕਰਮ ਨਹੀਂ ਹੈ। ਵੇਖੋ ਆਸਾ ਜੀ ਦੀ ਵਾਰ ਦਾ ਕੀਰਤਨ ਹੋਵੇ, ਗੂੰਜਾਂ ਪੈਣ, ਸਾਰੇ ਰਲ ਕੇ ਪੜ੍ਹਨ, ਸਿੱਖ ਦੀ ਇਹ ਭਾਵਨਾ ਹੋਣੀ ਚਾਹੀਦੀ। ਪੱਕਾ ਨਿਤਨੇਮੀ ਇਹ ਜ਼ਰੂਰ ਸੋਚੇ, ਮੈਂ ਅੱਜ ਬਾਣੀ ਨਹੀਂ ਪੜ੍ਹੀ, ਮੈਂ ਅੱਜ ਪਾਠ ਨਹੀਂ ਕੀਤਾ, ਮੈਂ ਅੱਜ ਨਿਤਨੇਮ ਨਹੀਂ ਕੀਤਾ, ਅੱਜ ਮੇਰਾ ਦਿਨ ਚੰਗਾ ਨਹੀਂ ਲੰਘੇਗਾ। ਸੋਚੇ ਵੀ ਅੱਜ ਮੈਂ ਪਾਠ ਕਿਉਂ ਨਹੀਂ ਕੀਤਾ, ਫਿਕਰ ਲੱਗੇ ਉਹਨੂੰ, ਫਿਕਰ ਲੱਗ ਜਾਵੇ, ਚਿੰਤਾ ਕਰਨ ਲੱਗ ਜਾਵੇ। ਜਿੱਦਣ ਤੁਹਾਨੂੰ ਨਿਤਨੇਮ ਨਾ ਕਰਨ ਕਰਕੇ ਚਿੰਤਾ ਲੱਗੀ ਰਹੇਗੀ, ਸਾਰਾ ਦਿਨ ਫਿਕਰ ਲੱਗੇਗਾ, ਸਮਝ ਲਓ ਫਿਰ ਗੁਰਬਾਣੀ ਨਾਲ ਤੇ ਨਿਤਨੇਮ ਨਾਲ ਸਾਡਾ ਪਿਆਰ ਪੈ ਗਿਆ, ਸਤਿਗੁਰਾਂ ਨੇ ਸਾਨੂੰ ਨਿਤਨੇਮ ਦੀ ਦਾਤ ਬਖਸ਼ ਦਿੱਤੀ। ਫਿਕਰ ਲੱਗਣ ਲੱਗ ਗਿਆ ਨਾ ਹੁਣ ਵੀ ਨਿਤਨੇਮ ਨਹੀਂ ਹੋਇਆ, ਏਦਾਂ ਸੋਚਣ ਲੱਗ ਗਏ ਜਦ, ਜੇ ਮੈਂ ਅੱਜ ਨਾ ਪੜ੍ਹੀ ਗੁਰਬਾਣੀ ਨਿਤਨੇਮ ਟੁੱਟ ਜਾਵੇਗਾ, ਜੇ ਮੈਂ ਅੱਜ ਨਾ ਪੜ੍ਹੀ ਗੁਰਬਾਣੀ ਨਿਤਨੇਮ ਟੁੱਟ ਆ
ਸਰੀਰ ਬਿਨ ਮਛਲੀ ਜੈ ਸਰੀਰ ਬਿਨ ਮਛਲੀ ਜਿੰਦ ਸਜਦੀ ਨਹੀਂ ਗੁਰ ਦਰਸ਼ ਬਿਨਾ ਸਜਦੀ ਨਹੀਂ ਗੁਰ ਦਰਸ਼ ਬਿਨਾ ਜੈ ਸਰੀਰ ਬਿਨ ਮਛਲੀ ਸਜਦੀ ਨਹੀਂ ਗੁਰ ਦਰਸ਼ ਬਿਨਾ ਸਜਦੀ ਨਹੀਂ ਗੁਰ ਦਰਸ਼ ਬਿਨਾ ਜੈ ਸਰੀਰ ਬਿਨ ਮਛਲੀ ਭਵਰ ਲੋਭੀ ਕੋ ਸੰਵਾਸ ਕਾ ਮਿਲ ਆਪ ਬੰਧਾਵੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਹੁਣ ਵੇਖਿਓ ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਬੇਨਤੀ ਕੀਤੀ ਆ ਕੇ ਆਸਾ ਜੀ ਦੀ ਵਾਰ ਦਾ ਭੋਗ ਪੈ ਗਿਆ ਸਮਾਪਤੀ ਹੋ ਗਈ ਮਾਤਾ ਗੁਜਰੀ ਗੁਜਰ ਕੌਰ ਜੀ ਨੇ ਵੀ ਆਖਰੀ ਵਾਰੀ ਆਸਾ ਜੀ ਦੀ ਵਾਰ ਚ ਬੈਠਿਆ ਆਪਣੇ ਸਾਹਿਬਜ਼ਾਦੇ ਪੁੱਤਰ ਨੂੰ ਆਪਣੇ ਲਾਲ ਨੂੰ ਕਲਗੀਧਰ ਨੂੰ ਵੇਖਿਆ ਕੀਰਤਨ ਕਰਦਿਆਂ ਵੇਖਿਆ ਲਾਸਟ ਵਾਰੀ ਜਦੋਂ ਸਮਾਪਤੀ ਹੋ ਗਈ ਤੇ ਆ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਸਾ ਜੀ ਦੀ ਵਾਰ ਦਾ ਭੋਗ ਤੇ ਪੈ ਗਿਆ ਉਧਰ 300 ਸਿੰਘ ਸ਼ਹੀਦ ਹੋ ਗਏ 250-300 ਸਿੰਘ ਸ਼ਹੀਦ ਹੋ ਗਏ ਅੱਜ ਵਾਲੀ ਆਸਾ ਜੀ ਦੀ ਵਾਰ ਨਾ ਸੁਣਦੇ ਲੰਘ ਜਾਂਦੇ ਲੰਘ ਹੀ ਜਾਂਦੇ ਨਾ ਸੁਣਦੇ ਅੱਜ ਵਾਲੀ ਆਸਾ ਜੀ ਦੀ ਵਾਰ ਤੇ ਸਾਨੂੰ ਹੋ ਸਕਦਾ ਸਾਡੇ 200-250 ਸਿੰਘ ਸ਼ਹੀਦ ਨਾ ਹੁੰਦੇ ਮਹਾਰਾਜ ਕਹਿੰਦੇ ਦਇਆ ਸਿੰਘ ਜੀ ਅੱਜ 200-250 ਸਿੰਘ ਸ਼ਹੀਦ ਕਰਾ ਕੇ ਆਸਾ ਜੀ ਦੀ ਵਾਰ ਮਹਿੰਗੀ ਨਹੀਂ ਪਈ ਅੱਜ ਬਾਕੀ ਵਾਲੇ ਵੀ ਸ਼ਹੀਦ ਹੋ ਜਾਂਦੇ ਜਿੰਨੇ ਵੀ ਅੱਜ ਵਾਲੀ ਆਸਾ ਜੀ ਦੀ ਵਾਰ ਮਹਿੰਗੀ ਨਹੀਂ ਪਈ ਅੱਜ ਇੱਥੇ ਬੈਠਿਆਂ ਬੈਠਿਆਂ ਆਸਾ ਜੀ ਦੀ ਵਾਰ ਦਾ ਕੀਰਤਨ ਕਰਦਿਆਂ ਮੈਂ ਆਪ ਵੀ ਲੇਖੇ ਲੱਗ ਜਾਂਦਾ ਅੱਜ ਵਾਲੀ ਆਸਾ ਜੀ ਦੀ ਵਾਰ ਮਹਿੰਗੀ ਨਹੀਂ ਪਈ ਕਿਉਂ ਸੱਚੇ ਪਾਤਸ਼ਾਹ ਕਹਿੰਦੇ ਅੱਜ ਆਸਾ ਜੀ ਦੀ ਵਾਰ ਕਰਕੇ ਮੈਂ ਸਦਾ ਲਈ ਆਪਣੇ ਖਾਲਸੇ ਲਈ ਪੂਰਨੇ ਪਾ ਚੱਲਿਆ ਖਾਲਸਾ ਜੀ ਭਿਆਨਕ ਤੋਂ ਭਿਆਨਕ ਸਮਾਂ ਵੀ ਤੁਹਾਡੀ ਜ਼ਿੰਦਗੀ 'ਚ ਆ ਜਾਏ ਨਿਤਨੇਮ ਨਾ ਛੱਡਿਓ ਮੈਂ ਪੂਰਨੇ ਪਾ ਚੱਲਿਆ ਅੱਜ ਆਸਾ ਜੀ ਦੀ ਵਾਰ ਦਾ ਕੀਰਤਨ ਕਰਕੇ ਸਦਾ ਲਈ ਮੈਂ ਪੂਰਨੇ ਪਾ ਚੱਲਿਆ ਗੁਰਮੁਖੋ ਇਹ ਹੈ ਕੱਲ ਵਾਲਾ ਦਿਨ ਸੱਤ ਪੋਹ ਦਾ ਸਤਿਗੁਰੂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਕੇ ਸਾਡੇ ਲਈ ਪੂਰਨੇ ਪਾਏ ਏਦਾਂ ਪੈਂਦੇ ਆ ਪੂਰਨੇ ਏਦਾਂ ਬਣਦਾ ਇਤਿਹਾਸ ਏਦਾਂ ਆ ਆਗੂ ਅੱਗੇ ਲੱਗਣ ਵਾਲਾ ਧੰਨ ਕਲਗੀਧਰ ਸੱਚੇ ਪਾਤਸ਼ਾਹ ਨੇ ਨਿਤਨੇਮ ਕਰਕੇ ਸਦਾ ਲਈ ਸਾਡੇ ਲਈ ਪੂਰਨੇ ਪਾਏ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਪੱਕੇ ਨਿਤਨੇਮੀ ਬਣੀਏ ਕੱਲ ਵਾਲੇ ਦਿਨ ਸਰਸਾ ਦੇ ਕੰਢੇ ਤੇ ਗੁਰੂ ਸਾਹਿਬ ਜੀ ਦਾ ਸਵੇਰ ਜਿਹੜੀ ਆਉਣੀ ਹੈ ਸਾਰਾ ਪਰਿਵਾਰ ਵਿਛੜਦਾ ਹੈ ਸਰਸਾ ਦੇ ਕੰਢੇ ਤੇ ਤੇਰੇ ਅਣਵਿਧ ਮੋਤੀ ਖਿੰਡ ਗਏ ਤੇ ਆਪਾਂ ਸਤਿਗੁਰਾਂ ਦੇ ਪਾਏ ਪੂਰਨਿਆਂ ਨੂੰ ਯਾਦ ਕਰਦੇ ਹਾਂ ਕੱਲ ਵਾਲੇ ਦਿਨ ਜ਼ਰੂਰ ਇਹ ਪ੍ਰਣ ਕਰੀਏ ਨਿਤਨੇਮ ਗੁਰੂ ਗੋਬਿੰਦ ਸਿੰਘ ਨੇ ਸਰਸਾ ਦੇ ਕੰਢੇ ਤੇ ਵੀ ਆਸਾ ਜੀ ਦੀ ਵਾਰ ਕੀਤੀ ਇਹੋ ਜਿਹੇ ਭਿਆਨਕ ਸਮੇਂ ਵਿੱਚ ਵੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਕੇ ਸਾਡੇ ਲਈ ਪੂਰਨੇ ਪਾਏ ਕਿ ਨਿਤਨੇਮ ਨਹੀਂ ਛੱਡਣਾ ਸਿੱਖ ਨੇ ਕਦੀ ਨਿਤਨੇਮ ਕਰਨਾ ਨਹੀਂ ਛੱਡਣਾ ਤੇ ਸਤਿਗੁਰਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਿਆਂ ਅਸੀਂ ਵੀ ਪ੍ਰਣ ਕਰੀਏ ਵੇਖੋ ਨਾ ਏਦਾਂ ਕਹਿ ਦੇਣਾ ਸਾਡੇ ਘਰ ਫੋਟੋ ਲੱਗੀ ਹੈ ਗੁਰੂ ਗੋਬਿੰਦ ਸਿੰਘ ਜੀ ਅਸੀਂ ਕਲਗੀਧਰ ਨਾਲ ਬਹੁਤ ਪਿਆਰ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਬੜੇ ਸਾਡੇ ਮਹਾਨ ਸਤਿਗੁਰੂ ਸੀ ਏਦਾਂ ਨਹੀਂ ਜੋ ਕਿਹਾ ਉਹਨੂੰ ਮੰਨਣਾ ਵੀ ਹੈ ਆਪਣੀ ਜ਼ਿੰਦਗੀ ਸੋ ਜਿੰਨੇ ਸਿੰਘ ਨਿਤਨੇਮ ਕਰਦੇ ਆ ਬਹੁਤ ਵਧਾਈ ਕਰੋ ਤਕੜੇ ਹੋ ਕੇ ਤੇ ਜਿਹੜੇ ਕੱਚੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਨਿਤਨੇਮੀ ਬਣੋ ਪੱਕੇ ਨਿਤਨੇਮੀ ਸੋ ਸੰਗਤ ਨੂੰ ਵੀ ਬੇਨਤੀ ਕਰਾਂਗਾ ਕਿ ਵੇਖੋ ਹੁਣ ਇਕਾਗਰਤਾ ਥੋੜ੍ਹੀ ਥੋੜ੍ਹੀ ਭੰਗ ਕਰ ਰਹੇ ਹੋ ਥੋੜ੍ਹੀ ਥੋੜ੍ਹੀ ਹਿਲਜੁਲ ਹੋਣ ਲੱਗ ਗਈ
ਤੇ ਜਦੋਂ ਹਿਲਜੁਲ ਹੋਣ ਲੱਗ ਜੇ ਫਿਰ ਬੇਰਸੀ ਹੋਣ ਲੱਗ ਜਾਂਦੀ ਹੈ। ਸਾਰਿਆਂ ਦਾ ਮਨ ਜੁੜਦਾ ਹੈ ਤੇ ਰਸ ਬਣਦਾ ਹੈ। ਇਦਾਂ ਹੀ ਹੈ ਜੀ ਜ਼ਿੰਦਗੀ। ਸਵੈ ਅਰਗ ਸਵਰਗ, ਸਵੈ ਅਰਗ ਸਵੈ ਸਵਰਗ ਦਾ ਅਰਥ ਹੈ ਮੇਰੇ ਵਰਗੇ। ਇਦਾਂ ਕਹਿ ਲਓ ਸਵਰਗ ਦਾ ਸਿੱਧਾ ਅਰਥ ਕੀ ਹੈ, ਵੀ ਗੱਡੀ 'ਚ ਤੁਸੀਂ ਚਾਰ ਜਣੇ ਬੈਠੇ ਹੋ, ਚਾਰਾਂ ਦਾ ਮਨ ਮਿਲਦਾ, ਇੱਕੋ ਸੋਚਦੇ ਹੋ ਤੇ ਗੱਡੀ 'ਚ ਹੀ ਸਵਰਗ ਤੁਹਾਡੇ ਵਰਗਾ ਹੀ ਹੈ। ਘਰ ਵਿੱਚ ਚਾਰ ਜੀ ਰਹਿੰਦੇ ਹੋ, ਚਾਰਾਂ ਦਾ ਮਨ ਇੱਕੋ ਜਿਹਾ ਤੇ ਘਰ ਹੀ ਸਵਰਗ। ਇੱਕ ਦਾ ਮੂੰਹ ਉੱਧਰ ਹੈ, ਇੱਕ ਦਾ ਮੂੰਹ ਉੱਧਰ ਹੈ, ਫਿਰ ਤੇ ਘਰ ਨਰਕ ਬਣ ਗਿਆ। ਇੱਥੇ ਆਪਾਂ ਜਦੋਂ ਸਾਰੇ ਇਕੱਠੇ ਹੋ ਕੇ ਇੱਕੋ ਜਿਹੇ ਬੈਠੇ ਹੁੰਦੇ ਹਾਂ ਨਾ, ਵੀ ਸੁਣਨਾ ਹੈ ਤੇ ਸੁਣਾਉਣਾ ਹੈ, ਆਪਾਂ ਗੁਰਮਤਿ ਵਿਚਾਰ ਰਲ ਮਿਲ ਕੇ ਕਰਦੇ ਹਾਂ, ਭੈਣ ਭਰਾ ਬੈਠੇ ਹਾਂ, ਇੱਕੋ ਜਿਹੇ ਹਾਂ, ਉਹਨਾਂ ਚਿਰ ਆ ਸਵਰਗ ਬਣਿਆ ਰਹੇਗਾ। ਤੇ ਜਦੋਂ ਕਈ ਕਹਿਣਗੇ ਚੱਲੀਏ ਘਰ ਨੂੰ ਉੱਠੀਏ, ਉਹ ਆਪਣੇ 'ਚ ਫਰਕ ਪੈ ਗਿਆ ਨਾ, ਇੱਕ ਦਾ ਮੂੰਹ ਹੁਣ ਉੱਧਰ ਨੂੰ ਹੋ ਗਿਆ, ਬਾਹਰ ਨੂੰ ਫਰਕ ਪੈਣ ਲੱਗ ਗਿਆ ਨਾ, ਰਸ ਘਟਣ ਲੱਗ ਜਾਏਗਾ। ਇੱਕੋ ਜੇ ਹੋਣਗੇ, ਇੱਕ ਸੋਚ ਹੋਏਗੀ ਸਾਰਿਆਂ ਦੀ ਵੀ ਬਹਿਣਾ ਹੈ ਆਪਾਂ, ਵੀ ਮੇਰੇ ਮਨ 'ਚ ਵੀ ਹੈ, ਤੁਹਾਡੇ ਮਨ 'ਚ ਵੀ ਹੈ, ਆਪਾਂ ਬਹਿਣਾ ਹੈ, ਆਨੰਦ ਲਈਏ, ਬੈਠੀਏ, ਕੁਝ ਸਮਾਂ ਆਪਾਂ ਮਾਰ ਦੇ ਚਰਨਾਂ 'ਚ ਹਾਜ਼ਰੀ ਭਰੀਏ। ਇੱਕੋ ਜਿਹੇ ਆ ਤੇ ਆਹੀ ਸਵਰਗ। ਜੇ 20-50 ਦੇ ਮਨ ਵਿੱਚ ਵੀ ਆ ਗਿਆ ਵੀ ਬਾਹਰ ਨੂੰ ਮੂੰਹ ਕਰ ਲਓ, ਫਰਕ ਪੈਣ ਲੱਗ ਜਾਏਗਾ, ਹਿਲਜੁਲ ਹੋਣ ਲੱਗ ਜਾਏ, ਰਸ ਘਟ ਜਾਏਗਾ। ਇਸ ਕਰਕੇ ਆਓ ਬੇਨਤੀ ਕਰਾਂਗਾ ਸੰਗਤ ਦੇ ਚਰਨਾਂ 'ਚ ਵੀ ਕੱਲ ਨੂੰ ਫੇਰ ਦਰਸ਼ਨ ਆਪ ਜੀ ਨੇ ਬਖਸ਼ਣੇ, ਪਰਸੋਂ ਫੇਰ ਹਾਜ਼ਰੀ ਭਰੀਏ। ਬੜੀ ਖੁਸ਼ੀ ਹੈ, ਅੱਜ ਪਹਿਲੇ ਦਿਨ ਹੀ ਤੁਹਾਡੀ ਗਿਣਤੀ ਬਹੁਤ ਹੈ। ਕੱਲ ਨੂੰ ਘੱਟ ਤੋਂ ਘੱਟ 60-70 ਫੁੱਟ ਪੰਡਾਲ ਅੱਗੇ ਵਧਾ ਦੇਣਗੇ ਸੇਵਾ ਦਾ, ਤੇ ਵੱਧ ਚੜ ਕੇ ਆਪ ਜੀ ਨੇ ਆਉਣਾ ਹੈ, ਹਾਜ਼ਰੀਆਂ ਭਰਨੀਆਂ ਨੇ। ਤੇ ਮੈਂ ਵੇਖ ਰਿਹਾ ਕਿ ਕਣਕ ਕਣਕ ਦੇ ਉੱਤੇ ਹੀ ਬੈਠੇ ਹੋ ਤੁਸੀਂ, ਵੇਖੋ ਬੀਜੀ ਬਜਾਈ ਹੈ, ਬੀਜਣ ਤੇ ਕਿੰਨਾ ਟਾਈਮ ਲੱਗਦਾ, ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਤਕੜਾ ਹੀ ਸਿੰਘ ਹੈ ਜਿਹਨੇ ਕਹਿਤਾ ਕੋਈ ਗੱਲ ਨਹੀਂ ਦੱਬੀ ਜਾਏਗੀ ਤਾਂ ਵੀ ਪਰਵਾਹ ਨਹੀਂ, ਫਿਰ ਬੀਜ ਲਾਂਗੇ। ਵੇਖੋ ਚਾਹ ਹੀ ਹੈ, 5-4 ਕਿੱਲੇ ਕਣਕ ਬੀਜ ਕੇ ਵਧਾ ਦਿਓ, ਮਿੱਧ ਮਿੱਧੀ ਜਾਂਦੀ ਕੋਈ ਨਹੀਂ, ਸੰਗਤ ਨੇ ਮਿੱਧ ਦਿੱਤੀ ਇੱਥੇ ਤੇ ਪਤਾ ਹੀ ਨਹੀਂ ਕਿੰਨੀ ਹੋ ਜਾਣਾ ਕਰਨੀ, ਤੇ ਮਹਾਰਾਜ ਨੇ ਮਿਹਰ ਕਰਨੀ ਸੰਗਤ ਦੇ ਚਰਨ ਪੈ ਕੇ। ਵੇਖੋ ਸੋ ਭਾਗਾਂ ਵਾਲਿਓ ਭਾਈ, ਇੱਥੋਂ ਨਾ ਇੱਕ ਗੱਲ ਹੋਰ ਵੀ ਹੈ, ਜਿਹਦੀ ਜ਼ਮੀਨ ਹੈ ਚਲੋ ਉਹਨਾਂ ਦਾ ਤੇ ਪਤਾ ਨਹੀਂ, ਪਰ ਸਾਰੇ ਨਗਰ ਨੂੰ ਇੱਥੋਂ ਇੱਕ ਵੇਖ ਕੇ ਪਤਾ ਲੱਗ ਜਾਂਦਾ, ਜਿਵੇਂ ਕਾਮ ਪਾਣੇ ਆਪਣੇ ਗੱਲ ਕਰਦੇ ਵੀ ਪਿੰਡ ਦਾ ਭਾਈ ਪਤਾ ਕਿੱਥੋਂ ਲੱਗ ਜਾਂਦਾ, ਗਹਾਰਿਆਂ ਤੋਂ ਲੱਗ ਜਾਂਦਾ। ਇੱਦਾਂ ਕਹਿੰਦੇ ਪਿੰਡ ਦਾ ਪਤਾ ਗਹਾਰਿਆਂ ਤੋਂ ਲੱਗ ਜਾਂਦਾ ਵੀ ਕਿੱਦਾਂ ਦਾ। ਸੋ ਇਸੇ ਤਰ੍ਹਾਂ ਤੁਹਾਡੇ ਚਾਹ ਦਾ ਪਤਾ ਲੱਗਦਾ ਵੀ ਮੈਨੂੰ ਇਹ ਖੁਸ਼ੀ ਹੈ ਵੀ ਪੱਖੋਵਾਲ ਵਿੱਚ ਦੀਵਾਨਾਂ ਦਾ ਚਾਹ ਹੈ, ਇੱਥੋਂ ਚਾਹ ਦਾ ਪਤਾ ਲੱਗਦਾ ਵੀ ਖੁਸ਼ੀ ਖੁਸ਼ੀ ਕਰਾ ਰਿਹਾ, ਚਾਹ ਹੈ ਨਾ ਅੰਦਰ, ਇੱਕ ਚਾਹ ਵਾਲੇ ਬੰਦੇ ਦਾ ਪਤਾ ਲੱਗ। ਕਈ ਦੀਵਾਨ ਕਰਾਉਣਗੇ ਉਹਨਾਂ ਦਾ ਪਹਿਲਾਂ ਹੀ ਹਿਸਾਬ ਕਿਤਾਬ ਇੱਦਾਂ ਦਾ ਹੀ ਹੁੰਦਾ, ਬਾਬੇ ਜਗ੍ਹਾ ਨਹੀਂ ਹੋਣੀ ਜੀ, ਫਿਰ ਕਿਵੇਂ ਕਰੀਏ ਜੀ, ਮੰਡੀ ਨਹੀਂ ਸਾਡੇ, ਥਾਂ ਨਹੀਂ ਜੀ ਸਾਡੇ, ਖੁੱਲ੍ਹੇ ਜੇ ਟਾਈਮ 'ਤੇ ਦੇ ਦਿਓ ਜੀ, ਇੱਦਾਂ ਦੀਆਂ ਫਿਰ ਬਹਾਨੇ ਨੇ ਉਹ ਤੇ। ਅਤੇ ਸੱਚੀ ਕਹਿ ਰਿਹਾ ਮਹਾਰਾਜ ਦੀ ਹਜ਼ੂਰੀ ਵਿੱਚ, ਇਹਨਾਂ ਦੀ ਤਰੀਕ ਦਿੱਤੀ ਨੂੰ ਆਹ ਜਿਹੜੇ ਦੀਵਾਨ ਚੱਲ ਰਹੇ ਨੇ ਇਹਨੂੰ ਅਜੇ 10 ਦਿਨ ਹੋਏ, 10 ਦਿਨ ਪਹਿਲਾਂ ਇਹ ਤਰੀਕ ਦਿੱਤੀ, 10 ਦਿਨਾਂ ਵਿੱਚ। ਪਰ ਇਹ ਨਹੀਂ ਵੀ ਜੇ 10 ਦਿਨਾਂ 'ਚ ਦੀਵਾਨ ਮਿਲ ਗਏ ਵੀ ਇਹ ਨਹੀਂ, ਇਹ ਕਹਿ ਲਓ ਵੀ ਹੈ ਤੇ ਜਾਂਦਿਆਂ ਨੂੰ ਤੇ 2 ਸਾਲ ਹੋ ਗਏ ਹੋਣ ਸਾਲ ਤੋਂ, ਪਰ ਕੁਦਰਤੀ ਇਹ ਸਿਸਟਮ ਇੱਦਾਂ ਦਾ ਬਣ ਗਿਆ, ਇਹ ਡੇਟ ਕਿਸੇ ਹੋਰ ਦੀ ਸੀ ਤੇ ਉਹ ਕੁਛ ਸਿਸਟਮ ਇੱਦਾਂ ਦਾ ਹੋਇਆ ਉਹ ਇੱਥੇ ਸੈੱਟ ਹੋ ਗਿਆ। ਇਹਨਾਂ ਨੂੰ ਟਾਈਮ 'ਤੇ ਹੀ ਫੋਨ ਕਰਕੇ ਪੁੱਛਿਆ ਵੀ ਤੁਸੀਂ ਤਰੀਕ ਪੱਖੋਵਾਲ ਰੱਖ ਲਓ, ਬੜੇ ਖੁਸ਼ ਹੋ ਕੇ ਕਹਿੰਦੇ ਬਸ ਜਿਹੜੀ ਤਰੀਕ ਮਿਲਦੀ ਅਸੀਂ ਖੁਸ਼ ਹਾਂ। ਤੇ ਮੈਨੂੰ ਕਿਸੇ ਨੇ ਤਾਂ ਕਹਿੰਦੇ ਲੱਡੂ ਵੰਡੇ ਪਿੰਡ 'ਚ, ਕਹਿੰਦੇ ਸਾਨੂੰ ਦੀਵਾਨ ਮਿਲ ਗਏ, ਇੰਨੇ ਚਾਹ ਨਾਲ ਨਗਰ ਵਾਲਿਆਂ ਨੇ ਇਹ ਉਤਸ਼ਾਹ ਨਾਲ ਪ੍ਰੋਗਰਾਮ ਕੀਤਾ। ਸੋ ਤੁਹਾਡੇ ਉਤਸ਼ਾਹ ਨੂੰ ਫਲ ਲੱਗੇ, ਕੀ ਫਲ ਲੱਗੇ ਵੀ ਵੱਧ ਤੋਂ ਵੱਧ ਤੁਹਾਡੇ ਪਿੰਡ 'ਚ ਅੰਮ੍ਰਿਤਧਾਰੀ ਸਿੰਘ ਬਣ, ਇਲਾਕੇ 'ਚ ਭਲਾ ਹੋਵੇ, ਇਹੀ ਤੁਹਾਡੀ ਵੱਡੀ ਭੇਟ ਹੈ। ਜਿਹਨੂੰ ਮਰਜ਼ੀ ਪੁੱਛ ਲਓ, ਕਦੇ ਨਹੀਂ ਕਿਹਾ ਸਾਨੂੰ ਇੰਨੇ ਪੈਸੇ ਦਿਓ ਅਸੀਂ ਤਾਂ ਕੀਰਤਨ ਕਰਨ ਆਉਣਾ। ਗੱਲਾਂ ਉਡਾਉਣ ਵਾਲਿਆਂ ਨੇ ਬਹੁਤ ਉਡਾਈਆਂ ਹੁੰਦੀਆਂ ਨੇ, ਉਡਾਉਣ ਵਾਲੇ ਤਾਂ ਜੋ ਮਰਜ਼ੀ ਕਹੀ ਜਾਣ, ਮੂੰਹ ਹੀ ਹਿਲਾ ਦੇਣਾ ਹੁੰਦਾ। ਪਰ ਵੇਖੋ ਆਹ ਭੇਟ ਹੈ, ਤੁਸੀਂ ਪਿਆਰ ਨਾਲ ਬਹਿ ਕੇ ਸੁਣੋ, ਪਰਸੋਂ ਅੰਮ੍ਰਿਤ ਛਕਣ ਵਾਸਤੇ ਤੁਸੀਂ ਮਨ ਬਣਾਓ, ਤਿਆਰੀਆਂ ਕਰੋ, ਇਹ ਸਾਡੀ ਭੇਟ ਹੈ। ਸਿੰਘ ਸਜੋ ਨਾ ਗੁਰੂ ਵਾਲੇ ਬਣੋ, ਇਲਾਕੇ ਵਿੱਚ ਪ੍ਰਚਾਰ ਹੋਵੇ, ਨਵੇਂ ਸਾਡੇ ਨੌਜਵਾਨ ਵੀਰ ਸੁਧਰਨ, ਭਰਾ ਸਾਡੇ ਤਿਆਰ ਵਰ ਤਿਆਰ ਹੋਣ, ਇਹਦੀ ਸਾਨੂੰ ਲੋੜ ਹੈ। ਸੋ ਧੰਨਵਾਦ ਹੈ ਇੱਥੋਂ ਦੀ ਸੰਗਤ ਦਾ। ਤੇ ਮੈਂ ਕੱਲ੍ਹ ਵਾਸਤੇ ਬੇਨਤੀ ਕਰਾਂਗਾ
ਕਿ ਡੇਢ ਵਜੇ ਮੈਂ ਵੈਸੇ ਕੋਸ਼ਿਸ਼ ਕਰਾਂਗਾ, ਜੇ ਡੇਢ ਨਾ ਆਇਆ ਤੇ ਪੌਣੇ ਦੋ ਤੱਕ ਤੇ ਜ਼ਰੂਰ ਆਵਾਂਗਾ, ਕੋਸ਼ਿਸ਼ ਕਰਾਂਗਾ। ਕਈ ਵਾਰੀ ਫਾਟਕ ਲੱਗ ਜਾਂਦਾ ਹੈ, ਅੱਜ 2 ਵਜੇ ਆਇਆ ਕੱਲ ਇਦੋਂ ਪਹਿਲਾਂ ਆਵਾਂਗੇ, ਤਾਂ ਜੋ ਉਧਰ ਨੂੰ ਵਧਾ ਲਓ ਟਾਈਮ। ਬਾਅਦ ਚ ਇੱਥੇ ਕਈਆਂ ਨੂੰ ਹੁੰਦਾ ਉਹ ਬਾਬੇ ਵਿਹਲੇ, ਆਪਣੀਆਂ ਮੱਝਾਂ ਭੁੱਖੀਆਂ ਖੜੀਆਂ ਹੋਣਗੀਆਂ, ਜਾ ਕੇ ਪੱਠਿਆਂ ਦਾ ਵੀ ਕਰਨਾ ਹੈ, ਬੀਬੀਆਂ ਨੇ ਘਰ ਜਾ ਕੇ ਰੋਟੀ ਪਾਣੀ ਦਾ ਕਰਨਾ, ਵੀ ਇਹਨਾਂ ਨੂੰ ਤੇ ਪੱਕੀਆਂ ਪਕਾਈਆਂ ਮਿਲਦੀਆਂ ਨੇ ਘਰ, ਵੀ ਆ ਗਈ ਤੂੰ ਕਿੱਧਰੋਂ ਆਈ ਆ ਹੁਣ, ਦੀਵਾਨ ਤੋਂ ਸੁਣਾਉਣਾ ਤੈਨੂੰ ਦੀਵਾਨ। ਹੁੰਦੇ ਨੇ ਨਾ ਭਾਈ ਇਦਾਂ ਦੇ ਵਿੱਚ ਹੁੰਦਾ, ਬੀਬੀਆਂ ਵਿਚਾਰੀਆਂ ਨੂੰ ਆਪਣਾ ਫਿਕਰ ਕਰਦਾ। ਤਾਂ ਮੈਂ ਕਹਿ ਰਿਹਾ ਭਾਈ ਵੀ ਆਪਾਂ ਸਮਾਪਤੀ ਤੇ ਇਹੀ ਇਸੇ ਟਾਈਮ ਹੀ ਕਰਾਂਗੇ 4 ਵਜੇ, ਪਰ ਸ਼ੁਰੂ ਜਲਦੀ ਕਰ ਲਿਆ ਕਰਾਂਗੇ, ਉੱਧਰ ਟਾਈਮ ਵਧਾ ਲਈਏ, 1:30 ਵਜੇ ਆ ਜਾਇਓ ਕੱਲ, ਜਥਾ ਪਹਿਲਾਂ ਆਇਆ ਹੁੰਦਾ 1:30 ਨਹੀਂ ਉਦੋਂ ਵੀ ਘੰਟਾ ਪਹਿਲਾਂ ਆ ਕੇ ਚੌਂਕੜੇ ਮਾਰ ਕੇ ਬੈਠ ਕੇ ਆਪਾਂ ਕੱਲ ਚਮਕੌਰ ਸਾਹਿਬ ਦੇ ਵਿੱਚ ਚਮਕੌਰ ਦਾ ਸਾਕਾ, ਫਿਰ ਸਾਹਿਬਜ਼ਾਦਿਆਂ ਦੇ ਦਿਨ ਚੱਲਦੇ ਨੇ, ਆਪਾਂ ਨਾਲ ਨਾਲ ਕੋਸ਼ਿਸ਼ ਕਰਾਂਗੇ ਵਿਸਥਾਰ। ਵੇਖੋ ਇਤਿਹਾਸ ਤੇ ਨਾ ਇੱਕ ਇੱਕ ਪੁਆਇੰਟ ਤੇ ਜੇ ਰੁਕ ਕੇ ਆਪਾਂ ਆਰਾਮ ਨਾਲ ਵਿਚਾਰ ਕਰੀਏ, ਫਿਰ ਤੇ ਕਈ ਦਿਨ ਚਾਹੀਦੇ ਨੇ, ਜਿਵੇਂ ਜਿਵੇਂ ਅੱਜ ਦਾ ਦਿਨ, ਫਿਰ ਕੱਲ ਦਾ ਦਿਨ, ਫਿਰ ਪਰਸੋਂ ਦਾ, 7 ਦਿਨ ਨੇ ਇਹ, ਇੱਕ ਹਫ਼ਤਾ 7 ਦਿਨ ਨੇ, 7 ਦਿਨ ਵਿਚਾਰ ਆਰਾਮ ਨਾਲ ਹੋਵੇ, ਪਰ ਆਪਾਂ ਥੋੜ੍ਹੀ ਥੋੜ੍ਹੀ ਕੋਸ਼ਿਸ਼ ਕਰਾਂਗੇ। ਬਾਕੀ ਸਮਝਦਾਰ ਲਈ ਇਸ਼ਾਰਾ ਹੀ ਕਾਫੀ ਹੁੰਦਾ ਹੈ, ਸਮਝਦਾਰ ਲਈ ਇਸ਼ਾਰਾ ਹੀ ਕਾਫੀ ਹੁੰਦਾ ਹੈ, ਉਹਨੇ ਇਸ਼ਾਰੇ ਹੀ ਲੈਣੇ ਨੇ ਇਤਿਹਾਸ ਵਿੱਚੋਂ, ਆਪਣੀ ਜ਼ਿੰਦਗੀ ਬਣਾ ਲੈਣੀ ਹੈ। ਸੋ ਮੇਰੀ ਬੇਨਤੀ ਸੰਗਤ ਦੇ ਚਰਨਾਂ ਵਿੱਚ ਇਹੋ ਹੀ ਹੈ ਕਿ ਹਾਂ, ਇੱਕ ਹੋਰ ਫੋਨ ਆਇਆ ਹੈ ਵਾਹਿਗੁਰੂ, ਮੇਰੇ ਕੋਲ ਮੈਸੇਜ ਆਇਆ, ਭਾਈ ਗੁਰਪ੍ਰੀਤ ਸਿੰਘ ਕਲਾਲ ਮਾਜਰਾ, ਇਹ ਸਿੰਘ ਨੇ ਮਹਿਲ ਕਲਾਂ ਦੇ, ਮਹਿਲ ਕਲਾਂ ਦੇ ਨੇੜੇ ਦੇ ਨੇ ਕਲਾਲ ਮਾਜਰੇ ਦੇ, 4 ਸਾਹਿਬਜ਼ਾਦੇ ਫਿਲਮ ਇਹ ਪਿੰਡਾਂ ਵਿੱਚ ਵਿਖਾਉਂਦੇ ਨੇ, ਤੇ ਅੱਜ ਕੱਲ੍ਹ ਦੇ ਦਿਨਾਂ 'ਚ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ, ਤੁਹਾਡੇ ਪਿੰਡ 'ਚ ਆ ਕੇ ਫਿਲਮ ਵਿਖਾ ਕੇ ਜਾਣ, ਗੁਰਦੁਆਰੇ ਵਿੱਚ ਲਾ ਕੇ, ਤੇ ਸਾਰੇ ਪਿੰਡ ਵਾਲੇ ਬੱਚੇ ਇਕੱਠੇ ਕਰ ਲਓ, ਜਿਹੜਾ ਘਰ ਘਰ ਸੀਡੀਆਂ ਲਿਆਉਣ ਨਾਲੋਂ ਇਹ ਵੀ ਚੰਗਾ ਕੰਮ ਹੈ। ਇਹ ਫਿਲਮਾਂ ਵਿਖਾਉਣ ਵਾਲਾ ਹੋਰ ਵੀ ਉਪਰਾਲੇ ਕਰੋ ਭਾਈ, 40-50 ਹਜ਼ਾਰ ਦਾ ਪ੍ਰੋਜੈਕਟਰ ਆ ਜਾਂਦਾ ਹੈ, ਪ੍ਰੋਜੈਕਟਰ ਲੈ ਆਓ ਤੇ ਪਿੰਡਾਂ ਪਿੰਡਾਂ ਵਿੱਚ ਤੁਸੀਂ ਦੀਵਾਨ ਵਿਖਾ ਸਕਦੇ ਹੋ, ਕੋਈ ਗੁਰਮਤਿ ਦੀ ਵਿਚਾਰ ਫਿਲਮ ਵਿਖਾ ਸਕਦੇ ਹੋ, ਇਹਦੇ ਨਾਲ ਬਹੁਤ ਭਲਾ ਹੁੰਦਾ, ਬਹੁਤ ਸੁਧਾਰ ਹੁੰਦਾ ਹੈ। ਇਹ ਪਿੰਡਾਂ ਪਿੰਡਾਂ ਵਿੱਚ ਉਪਰਾਲਾ ਕਰਨਾ ਚਾਹੀਦਾ, ਕਮੇਟੀਆਂ ਕਰਨ ਜਾਂ ਨੌਜਵਾਨ ਰਲ ਕੇ ਕਰ ਲਿਆ ਕਰੋ, ਅੱਗੇ ਅੱਗੇ ਪਿੰਡਾਂ ਵਿੱਚ ਕਰੋ। ਬਾਕੀ ਅੰਮ੍ਰਿਤ ਛਕਣ ਵਾਸਤੇ ਪ੍ਰਬੰਧਕਾਂ ਦੇ ਪਾਸ ਆਪਣੇ ਨਾਮ ਦਰਜ ਕਰਾਓ, ਜਿਨ੍ਹਾਂ ਨੇ ਪਰਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਉਹ ਪ੍ਰਬੰਧਕ ਵੀਰਾਂ ਦੇ ਕੋਲ ਆਪਣੇ ਨਾਮ ਦਰਜ ਕਰਾਓ। ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਉੱਠ ਕੇ ਨਹੀਂ ਜਾਣਾ। ਸਾਰੀ ਸੰਗਤ ਨੇ ਅਰਦਾਸ ਤੋਂ ਬਾਅਦ ਹੁਕਮਨਾਮੇ ਸੁਣ ਕੇ ਗੁਰੂ ਸਾਹਿਬ ਜੀ ਦੇ ਜਾਣ ਤੋਂ ਬਾਅਦ ਫਿਰ ਆਪਾਂ ਚੱਲਾਂਗੇ। ਸਾਰੀ ਸੰਗਤ ਪਿਆਰ ਨਾਲ ਇਕਾਗਰਤਾ ਨਾਲ ਬੈਠੇ ਰਹੀਏ, ਤੇ ਜੋ ਮੈਂ ਬੇਨਤੀ ਅੱਜ ਕੀਤੀ ਹੈ ਉਹਨੂੰ ਇੰਨੀ ਕੀ ਗੱਲ ਸਮਝ ਲਈਏ ਵੀ ਪੂਰਨੇ ਪਾਣੇ ਨੇ, ਆਪ ਗੁਰਸਿੱਖ ਬਣਾਂਗੇ, ਆਪਣਾ ਜੀਵਨ ਬਣਾਵਾਂਗੇ, ਉਹਦੇ ਵੱਲ ਵੇਖ ਕੇ ਫਿਰ ਅੱਗੇ ਸਾਡਾ ਪਰਿਵਾਰ ਉਹਨਾਂ ਉੱਤੇ ਅਸਰ ਹੋਏਗਾ। ਯਤਨ ਕਰੀਏ ਪਹਿਲਾਂ ਆਪਣੇ ਆਪ ਨੂੰ ਸਵਾਰੀਏ, ਆਪ ਸਵਾਰੇ ਮੈਂ ਮਿਲਿਆ ਰੀਦਾ, ਜੇ ਤੂੰ ਮੇਰਾ ਹੋਇ ਰਹਿ ਸਭ ਜਗ ਤੇਰਾ ਹੋਇ ਤੇਰਾ। ਜਿਹੜੇ ਰਹਿ ਗਏ ਆ ਮੱਥਾ ਨਹੀਂ ਟੇਕਿਆ ਅੱਗੇ ਆਓ ਮੱਥਾ ਟੇਕ ਲਓ ਭਾਈ। ਰਾਮ ਕਲੀ ਮੁਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਗੁਰਦਾ ਪਾਇਆ ਮੈਂ ਤੇਰੀ ਮਨ ਵਜਿਆ ਬਣਾਇਆ, ਰਾਗ ਤਨ ਤਲਵਾਰ ਕਰੀਏ ਸ਼ਬਦ ਗਾ ਵੜਿਆਈ, ਸਭੋ ਤਾਂ ਗਾ ਸਤਿਗੁਰੂ ਮੈਂ ਪਾਇਆ, ਮੇਰੇ ਸਤ ਸਾਰਾ ਵਿਚਾਰ ਕਰੀ
ਸਰਵਾਪੀ ਤੋ ਕਿਉਂ ਮਨ ਹੋ ਸਾਰੇ ਸੁਣੀ ਸੱਚੀ ਬਾਣੀ